जी सतमिश्मिल जी आय मेरा नाँ है अली उस्मान बाजवा पाकिस्तान टेलीविजन लाहौर सेंटर तो तहू जी आय नू कहने प्रोग्राम का ना अज का मेहमान और पसंदीदा प्रोग्राम है और यकीनी तौर पर पता चलता रहा है खाद पत् चिट्ठी तो ਡਿਜੀਟਲ ਚਿੱਠੀ ਜਿਹੜੀ ਤੁਸੀਂ ਈਮੇਲ ਰਾਹੀਂ ਭੇਜਦੇ ਹੋ ਉਹਦੇ ਥਰੂ ਵੀ ਪਤਾ ਚੱਲਦਾ ਚਲਾ ਜਾਂਦਾ ਔਰ ਬੜਾ ਖੁਸ਼ੀ ਦਾ ਮਕਾਮ ਹੁੰਦਾ ਔਰ ਬੜਾ ਚੰਗਾ ਲੱਗਦਾ ਜਦੋਂ ਆਪਣੇ ਵੇਖਣ ਵਾਲਿਆਂ ਨਾਲ ਰਾਪਤਾ ਹੁੰਦਾ ਅੱਜ ਆਉਂਦੀ ਹੈ ਮੇਰੇ ਜ਼ਿਹਨ ਦੇ ਵਿੱਚ ਇੱਕ ਚੀਜ਼ ਆ ਰਹੀ ਸੀ ਕਿ ਜ਼ਿੰਦਗੀ ਵਾਕਈ ਔਖੀ ਹੈ ਕਿਉਂਕਿ ਅੱਜ ਕੱਲ੍ਹ ਸੌਣ ਭਾਦਰਾ ਦਾ ਮੌਸਮ ਹੈ ਉਹ ਥੋੜੀ ਜੀ ਵੀ ਤਰੇਲੀ ਆਵੇ ਮੱਥੇ ਤੇ ਇਨਸਾਨ ਥੋੜੇ ਪਰੇਸ਼ਾਨ ਹੋ ਜਾਂਦੇ ਨੇ ਲੇਕਿਨ ਕਈ ਵਾਰੀ ਸੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਮੁਸ਼ਕਲ ਕਰ ਲੈਨੇ ਆ ਐਡੀ ਔਖੀ ਜ਼ਿੰਦਗੀ ਨਹੀਂ ਹੁੰਦੀ ਜਿੰਨੀ ਅਸੀਂ ਬਣਾ ਲੈਨੇ ਆ ਛੋਟੀਆਂ-ਛੋਟੀਆਂ ਖੁਸ਼ੀਆਂ ਪੁੱਲ ਜਾਣੇ ਆ ਹਰ ਮੌਸਮ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇੰਜੋਏ ਕਰ ਸਕਦੇ ਹੋ ਉਹਨੂੰ ਪੁੱਲ ਕੇ ਤੇ ਬਾਕੀ ਦੁੱਖ ਜਿਹੜੇ ਨੇ ਉਹ ਇਕੱਠੇ ਕਰ ਲੈਣੇ ਆ ਇਹ ਖਿਆਲ ਉਦੋਂ ਆਇਆ ਜਦੋਂ ਲੰਗ ਦੇ ਬਾਜ਼ਾਰ ਵਿੱਚੋਂ ਮੈਂ ਵੇਖਿਆ ਕਿ ਇੱਕ ਜਗ੍ਹਾ ਮਿੱਠੇ ਵੇਚਦੇ ਸਨ ਤੇ ਔਰ ਇਹ ਮੌਸਮ ਦੇ ਵਿੱਚ ਜ਼ਿਆਦਾਤਰ ਇਹ ਫਲ ਜਿਹੜਾ ਉਹ ਥੋੜੇ ਅਰਸੇ ਲਈ ਆਉਂਦਾ ਔਰ ਲੋਕ ਇਹਨੂੰ ਇਸਤੇਮਾਲ ਕਰਦੇ ਨੇ ਪਹਿਲੇ ਪੂਰੀਆਂ ਗਰਮੀਆਂ ਤੁਸੀਂ ਜਿਹੜਾ ਉਹ ਆਮਬ ਦਾ ਮਜ਼ਾ ਲਿਆ ਔਰ ਵਨਸ ਵਨੀਆਂ ਉਹਦੀਆਂ ਕਿਸਮਾਂ ਚੱਖੀਆਂ ਔਰ ਉਸ ਤੋਂ ਪਹਿਲੇ ਸਰਦੀਆਂ ਦੇ ਫਲ ਸਨ ਸੋ ਫਲਾਂ ਦੇ ਨਾਲ ਜ਼ਿੰਦਗੀ ਨੂੰ ਜੋੜਨਾ ਰੰਗਾਂ ਦੇ ਨਾਲ ਜੋੜਨਾ ਛੋਟੀਆਂ-ਛੋਟੀਆਂ ਖੁਸ਼ੀਆਂ ਇਕੱਠੀਆਂ ਕਰਨੀਆਂ ਮੌਸਮੀ ਫਲ ਖਾ ਕੇ ਰੱਬ ਦਾ ਸ਼ੁਕਰ ਅਦਾ ਕਰਨਾ ਔਰ ਇੰਜੋਏ ਕਰਨਾ ਇਹ ਸਿ ਭੁੱਲ ਗਏ ਅਸੀਂ ਇੱਕ ਦੂਜੇ ਦਾ ਸ਼ੁਕਰੀਆ ਕਰਨਾ ਭੁੱਲ ਗਏ ਆ ਮਾਫ਼ਰਤ ਕਰਨਾ ਭੁੱਲ ਗਏ ਆ ਰਲ ਕੇ ਬਹਿਣਾ ਭੁੱਲ ਗਏ ਆ ਔਰ ਸਾਰਾ ਫੋਕਸ ਸਾਡਾ ਸ਼ਾਇਦ ਇੰਟਰਨੈਟ ਦੀ وجہ ਤੋਂ ਸ਼ਾਇਦ ਕਿਸੇ ਹੋਰ وجہ ਤੋਂ ਦੁੱਖਾਂ ਵੱਲ ਪਰੇਸ਼ਾਨੀਆਂ ਵੱਲ ਨੈਗੇਟਿਵ ਖਬਰਾਂ ਵੱਲ ਜ਼ਿਆਦਾ ਜਾਂਦਾ ਸੋ ਕੋਸ਼ਿਸ਼ ਕੀਤਾ ਕਰੋ ਕਿ ਇਸ ਵਿਖੇੜੇ ਤੋਂ ਨਿਕਲ ਕੇ ਵੀ ਇੱਕ ਛੋਟੀ ਜਿਹੀ ਦੁਨੀਆ ਬਸਾਓ ਤੁਹਾਡੇ ਅੰਦਰ ਕੋਈ ਬੱਚਾ ਵਸਦਾ ਉਹਨੂੰ ਮਰਨ ਨਾ ਦਿਓ ਕਦੇ ਕਦਾਇ ਹਾਸ ਲਿਆ ਕਰੋ ਸੋ ਇਹ ਪ੍ਰੋਗਰਾਮ ਜਿਹੜਾ ਜ਼ਰੂਰ ਵੇਖਿਆ ਕਰੋ ਇਹਦੇ ਵਿੱਚ ਹਾਸੇ ਖੇੜੇ ਦੀਆਂ ਗੱਲਾਂ ਵੀ ਹੁੰਦੀਆਂ ਨੇ ਸਾਡੇ ਜਿਹੜੇ ਪਹਿਲੇ ਅਜ ਪ੍ਰਾਣੇ ਨੇ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਨੇ ਬਕਾਇਦਾ ਮੈਂ ਉਹਨਾਂ ਦੀ ਸ਼ਾਗਿਰਦੀ ਤੇ ਨਹੀਂ ਕੀਤੀ ਕਿਸੇ ਯੂਨੀਵਰਸਿਟੀ ਕਾਲਜ ਚ ਲੇਕਿਨ ਮੇਰੇ ਉਸਤਾਦ ਨੇ ਪੰਜਾਬੀ ਜ਼ੁਬਾਨ ਨੂੰ ਸਿੱਖਣ ਦੇ ਇਤਬਾਰ ਨਾਲ ਇਹ ਪੰਜਾਬੀ ਅਦਬ ਨੂੰ ਸਮਝਣ ਦੇ ਇਤਬਾਰ ਨਾਲ ਤਾਰੂਫ ਬਹੁਤ ਲੰਮਾ ਚੌੜਾ ਤਕਰੀਬਨ 27 ਕਿਤਾਬਾਂ ਨੇ ਸਭ ਦਾ ਨਾਂ ਜ਼ਾਹਿਰ ਨਹੀਂ ਲੈ ਸਕਾਂਗੇ ਵਕਤ ਦੀ ਕਿੱਲਤ ਹੈ ਕੁਇਕਲੀ ਮੈਂ ਕੁਝ ਕਿਤਾਬਾਂ ਦੇ ਨਾਂ ਤੁਹਾਡੇ ਵਾਸਤੇ ਲੈ ਦਿੰਨਾ ਕਹਾਣੀਆਂ ਦੇ ਪਰਾਗੇ ਜਿਹੜੇ ਨੇ ਔਰ ਬੁਨਿਆਦੀ ਤੌਰ ਤੇ ਉਹ ਆਪਣੇ ਆਪ ਨੂੰ ਇੱਕ ਕਹਾਣੀਕਾਰ ਦੇ ਤੌਰ ਤੇ ਮੰਨਦੇ ਨੇ ਸੇਵਾਕਾਰੀ ਪਰਚਾਕਾਰੀ ਸਹਾਫਤ ਜਾਂ ਬਾਕੀ ਜਿੰਨੇ ਵੀ ਸ਼ੋਬੇ ਨੇ ਉਹਨਾਂ ਤੋਂ ਨਿਕਲ ਕੇ ਪੜਾਣ ਤੋਂ ਪੜਨ ਪੜਾਣ ਤੋਂ ਇਲਾਵਾ ਕਹਾਣੀਕਾਰੀ ਦੇ ਤੌਰ ਤੇ ਕਹਾਣੀਕਾਰ ਦੇ ਤੌਰ ਤੇ ਬੁਨਿਆਦੀ ਤੌਰ ਤੇ ਆਪਣੀ ਤਾਰੀਫ ਕਰਦੇ ਨੇ ਵਾਪਸੀ ਦਾ ਸਫਰ ਮਨੀ ਪਲਾਂਟ ਅਕਲਾਪੇ ਦਾ ਜੰਗਲ ਤੇ ਮੈਂਡਲ ਦਾ ਕਾਨੂੰਨ ਇਹ ਸਾਰੇ ਕਹਾਣੀ ਪ੍ਰਾਗੇ ਨੇ ਮੈਂਡਲ ਦਾ ਕਾਨੂੰਨ ਦੀ ਸੈਂਟੈਂਸ ਹੀ ਆਇਆ ਤੁਸੀਂ ਲੈ ਕੇ ਬਾਜ਼ਾਰ ਤੋਂ ਪੜ ਸਕਦੇ ਹੋ ਤਰਜਮਾਕਾਰੀ ਦੀ ਗੱਲ ਕਰੀਏ ਤੇ ਇੱਕ ਗਲੋਬ ਕਹਾਣੀ ਨਾਂ ਦੀ ਕਿਤਾਬ ਇਹਨਾਂ ਨੇ ਜੋੜੀ 35 ਜ਼ੁਬਾਨਾਂ ਦੀਆਂ 75 ਕਹਾਣੀਆਂ ਦਾ ਤਰਜਮਾ ਇਹਦੇ ਵਿੱਚ ਤੁਹਾਨੂੰ ਮਿਲਦਾ ਔਰ ਇੱਕ ਇੱਕ ਵੱਡਾ ਕੰਮ ਹੈ ਕਿ ਤੁਸੀਂ ਸਾਰੀ ਦੁਨੀਆ ਦਾ ਅਦਬ ਜਿਹੜਾ ਪੰਜਾਬੀ ਆਪਣੀ ਮਾਂ ਬੋਲੀ ਦੇ ਵਿੱਚ ਪੜ ਸਕਦੇ ਹੋ ਨੋਵੇਲੇਟ ਦੀ ਗੱਲ ਕਰੀਏ ਤੇ ਅਜ਼ਾਬ ਦਿਨ ਅਜ਼ਾਬ ਰਾਤਾਂ ਇਹਨਾਂ ਦੇ ਨੋਵੇਲੇਟ ਦਾ ਨਾਂ ਹੈ ਇਸੇ ਤਰ੍ਹਾਂ ਨਾਵਲ ਦੇ ਤਰਜਮੇ ਦੀ ਗੱਲ ਕਰੀਏ ਤੇ ਅਰਨਸਟ ਹੈਮਿੰਗਵੇ ਦਾ ਬੜਾ ਮਸ਼ਹੂਰ ਨਾਵਲ ਦ 올ਡ ਮੈਨ ਐਂਡ ਦ ਸੀ ਉਹਦਾ ਅੰਗਰੇਜ਼ੀ ਤੋਂ ਪੰਜਾਬੀ ਤਰਜਮਾ ਇਹਨਾਂ ਨੇ ਬੁੱਢਾ ਤੇ ਸਮੁੰਦਰ ਦੇ ਸਰਨਾਮੇ ਹੇਠ ਕੀਤਾ ਇਸੇ ਤਰ੍ਹਾਂ ਲਹੂ ਰੰਗ ਤਰਤੀ ਜਿਹੜੀ ਹੈ ਉਹ ਐਰਿਕ ਮੇਰੀਆ ਰਿਮਾਰਕ ਦਾ ਇੱਕ ਜਰਮਨ ਨਾਵਲ ਸੀ ਜਿਹੜਾ ਇਹਨਾਂ ਨੇ ਤਰਜਮਾ ਕੀਤਾ ਗੁਰਮੁਖੀ ਲਿਪੀ ਤੋਂ ਸ਼ਾਮੁਖੀ ਦੇ ਵਿੱਚ ਸਫ਼ਰਨਾਮੇ ਵੀ ਲਿਖਦੇ ਨੇ ਔਰ ਲੰਡਨ ਦਾ ਸਫ਼ਰ ਰੀਸੈਂਟਲੀ ਕੀਤਾ ਤੇ ਸਫ਼ਰਨਾਮਾ ਲਿਖਿਆ ਲੰਡਨ ਲਾਹੌਰ ਵਰਗਾ ਹੈ ਅਵੇਸੀ ਪੁੱਛਾਂਗੇ ਕਿ ਕਿਆ ਹੋਂ ਐ ਇਸੇ ਤਰ੍ਹਾਂ ਮੈਪਲ ਦੀ ਛਾਂ ਵਿੱਚ ਮੈਂ ਵੀ ਹਾਜ਼ਰ ਹੋਇਆ ਇਹ ਸਾਰੇ ਇਹਨਾਂ ਦੇ ਸਫ਼ਰ ਨਾਮੇ ਨੇ ਪਾਕਿਸਤਾਨੀ ਪੰਜਾਬੀ ਅਫਸਾਨਾ ਤਹਿਕੀਕ ਜਾਂ ਖੋਜ ਦੀ ਕਿਤਾਬ 60 ਸਾਲਾ ਚੌਣੇ ਦੇ ਵਿੱਚ 60 ਸਾਲ ਵਿੱਚ ਜੋ ਕੁਝ ਲਿਖਿਆ ਗਿਆ ਪੰਜਾਬੀ ਅਦਬ ਕਹਾਣੀ ਦੇ ਵਿੱਚ ਖਾਸ ਕਰ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀ ਕਾਇਦਾ ਡਿਜ਼ਾਈਨ ਕੀਤਾ ਬੱਚਿਆਂ ਹਾਸਤੇ ਬੜਾ ਨਾਸਤੇ ਪਰਚਾਕਾਰੀ ਦੀਆਂ ਕਿਤਾਬਾਂ ਲਿਖੀਆਂ ਲੁਗਤ ਲਿਖੀ ਪੰਜਾਬੀ ਕਿਵੇਂ ਲਿਖੀਏ ਉਹ ਕਿਤਾਬ ਲਿਖੀ ਕੋਰ 18 ਟਾਇਰ ਕਿਤਾਬਾਂ ਜਿਨ੍ਹਾਂ ਦਾ ਜ਼ਿਕਰ ਸ਼ਾਇਦ ਨਾ ਹੋ ਸਕੇ ਇਸੇ ਤਰ੍ਹਾਂ ਖ਼ਬ਼ਰਾਂ ਔਰ ਪਰਚੀਆਂ ਦਾ ਜ਼ਿਕਰ ਕਰੀਏ ਤੇ ਰੋਜ਼ਦਾਰ ਲੁਕਾਈ ਅਖ਼ਬਾਰ ਇਹਦੇ ਨਾਲ ਮਨਸਲਿਕ ਨੇ ਸਵੇਰ ਇੰਟਰਨੈਸ਼ਨਲ ਬੜਾ ਵਧੀਆ ਰਸਾਲਾ ਚੱਲਦਾ ਰਿਹਾ ਅੱਜਕੱਲ ਬੰਦ ਦੇ ਕਿਉਂ ਬੰਦ ਦੇਦੇ ਤੇ ਵੀ ਗੱਲ ਹੋਵੇਗੀ ਰਵੇਲ ਦੇ ਨਾਲ ਮਨਸਲਿਕਲੇ ਔਰ ਜਿੰਨੀਆਂ ਪੰਜਾਬੀ ਅਖ਼ਬਾਰਾਂ ਅੱਜ ਤੱਕ ਪਾਕਿਸਤਾਨ ਦੇ ਵਿੱਚ ਪੰਜਾਬੀ ਚ ਨਿਕਲੀਆਂ ਕਿਸੇ ਨਾ ਕਿਸੇ ਪੱਖੋਂ ਉਹਦਾ ਹਿੱਸਾ ਰਹਿੰਦੇ ਨੇ 골ਡ ਮੈਡਲਿਸਟ ਐਮਏ ਪੰਜਾਬੀ 골ਡ ਮੈਡਲਿਸਟ ਐਮਏ ਉਰਦੂ ਔਰ 2022 ਦੇ ਵਿੱਚ ਤਮਗਾ ਇਮਤਿਆਜ਼ پاکستان ਸਰਕਾਰ ਵੱਲੋਂ ਇਹਨਾਂ ਨੂੰ ਮਿਲਦਾ ਹੈ ਮੇਰੀ ਮਰਾਦ ਹੈ ਡਾਕਟਰ ਜਮੀਲ احمد ਪਾਲ ਸਾਹਿਬ ਦੇ ਹਵਾਲੇ ਨਾਲ ਅਸਲਾਮੁਅਲੈਕਮ ਡਾਕਟਰ ਵਸਲਾਮ ਕਿਸੀ ਤਬੀਅਤ ਦਸ ਜੀ ਅੱਲਾ ਦਾ ਬਹੁਤ ਸ਼ੁਕਰ ਤੁਸੀਂ ਕਿਵੇਂ ਵੇਖਦੇ ਹੋ ਪਹਿਲਾਂ ਤੇ ਆ ਦੱਸੋ ਅੱਜ ਦਾ ਜਿਹੜਾ ਮੌਸਮ ਹੈ ਅਜੀਬ ਗੱਰੀਬ ਤੁਸੀਂ ਕਿਵੇਂ ਡੀਲ ਕਰਦੇ ਹੋ ਕਿਉਂਕਿ ਸਾਨੂੰ ਸਿੱਖਣ ਨੂੰ ਮਿਲੇਗਾ ਮੈਂ ਹੈਰਾਨ ਹੋਂਨਾ ਕਿ ਸਾਵਣ ਦਾ ਮੌਸਮ ਹੋਏ ਜਿਹਦੇ ਬਾਰੇ ਸਾਡੇ ਸ਼ਾਇਰਾਂ ਨੇ ਨਜ਼ਮਾਂ ਤੇ ਗੀਤ ਲਿਖੇ ਫਿਲਮਾਂ ਵਿੱਚ ਸਭ ਤੋਂ ਜ਼ਿਆਦਾ ਸੀਨ ਸਾਵਣ ਦੇ ਬਖਾਇਆ ਜਾਂਦੇ ਨੇ ਅਮਲੀ ਤੌਰ ਤੇ ਮੌਸਮ ਜਿਹੜਾ ਹੈ ਵੈਸੇ ਤੇ ਕੁਦਰਤ ਦੇ ਸਾਰੇ ਰੰਗ ਚੰਗੇ ਨੇ ਪਰ ਸਭ ਤੋਂ ਜ ਫਜ਼ੂਲ ਮੌਸਮ ਕਿਹਾ ਜਾਏ ਉਹ ਸਾਵੰਦਾਈ ਹੁੰਦਾ ਸਾਵੰਦਾਈ ਹੁੰਦਾ ਗਰਮੀ ਹੁੰਦੀ ਹੈ ਉਤੋਂ ਪਸੀਨਾ ਵਗ ਰਿਹਾ ਹੁੰਦਾ ਹੈ ਤੇ ਇਸ ਮੌਸਮ ਵਿੱਚ ਕੁਝ ਵੀ ਨਹੀਂ ਹੋ ਸਕਦਾ ਸਿਵਾਏ ਪੱਕੇ ਥੱਲੇ ਬੈਠ ਕੇ ਆਰਾਮ ਕਰਨ ਦੇ ਜਾਂ ਕਿਤਾਬ ਥੋੜੀ-ਬਹੁਤ ਪੜਨ ਦੇ ਪਰ ਉਹ ਜਦੋਂ ਲੋਡ ਸ਼ੈਡਿੰਗ ਹੁੰਦੀ ਹੈ ਤਾਂ ਇਹ ਵੀ ਕੰਮ ਨਹੀਂ ਹੋ ਸਕਦਾ ਬਿਲਕੁਲ ਇਸੇ ਤਰ੍ਹਾਂ ਜਿਹੜਾ ਸਭ ਕੁਝ ਨੌਜਵਾਨ ਬੱਚੇ ਵੇਖ ਰਹੇ ਹੋਣਗੇ ਟੀਵੀ ਦੇ ਉੱਤੇ ਮੈਂ ਚਾਹ ਰਿਹਾ ਕਿ ਤੁਸੀਂ ਉਹਨਾਂ ਨੂੰ ਇਹ ਦੱਸੋ ਕਿ ਤੁਸੀਂ ਪੰਜਾਬੀ ਜਾਂ ਮਾਂ ਬੋਲੀ ਦੇ ਨਾਲ ਕਿਵੇਂ ਜੁੜਦੇ ਹੋ ਕੋਈ ਇੱਕ ਖਾਸ ਵਾਕਿਆ ਸੀ ਘਰ ਦਾ ਮਾਹੌਲ ਸੀ ਜਾਂ ਬਾਅਦ ਵਿੱਚ ਕੋਈ ਅਵੇਅਰਨੈਸ ਆਉਂਦੀ ਹੈ ਚੀਜ਼ਾਂ ਨੂੰ ਪੜ੍ਹ ਵੇਖ ਕੇ ਔਰ ਫਿਰ ਇੱਕ ਸਾਰੀ ਜ਼ਿੰਦਗੀ ਪੰਜਾਬੀ ਨੂੰ ਦੇ ਦੇਣਾ ਤੁਹਾਡਾ ਜਿਹੜਾ ਸਫ਼ਰ ਹੈ ਉਹ ਬੱਚਿਆਂ ਦੇ ਹਵਾਲੇ ਨਾਲ ਨੌਜਵਾਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਉਦੋਂ ਤੇ ਸਤ੍ਰੈ ਮੇਰੀ ਕੁਛ ਨਸੀਬੀਏ ਕੇ ਵਾਲਾ ਸਾਹਿਬ ਮੇਰੇ 에ਅਰ ਫੋਰਸੇ ਸੰ। ਉਸ ਵੇਲੇ ਪਾਕਿਸਤਾਨ ਪੂਰਾ ਸੀ। ਸਾਡੇ ਵਾਲਾ ਸਾਹਿਬ ਦੀ ਟ੍ਰਾਂਸਫਰ ਹੋ ਗਈ ਟਾਕਾ ਬੰਗਾਲ। 6ਵੀਂ ਤੋਂ 8ਵੀਂ ਮੈਂ ਉੱਥੇ ਪੜੀ। ਸਹੀ। ਤੇ ਉਹ ਉਹ ਦਿਨ ਸੰ ਜਦ ਉਹ ਉੱਥੇ ਤਰੀਕੀ ਆਜ਼ਾਦੀ ਜਨਮ ਲੈ ਰਹੀ ਸੀ, ਪੋਂਗਰ ਰਹੀ ਸੀ। 8ਵੀਂ ਸਮਾਂ ਤੇ ਜਦੋਂ ਇਹ ਸਾਨਿਆ ਹੋ ਗਿਆ। ਉੱਥੇ ਇੱਕ ਸਕੂਲ ਲੋਅਰ ਮਿਡਲ ਸਕੂਲ ਸੀ ਉਹਦੇ ਚ ਐਸਾ ਸੀ ਕਿ ਇੱਕੋ ਕਲਾਸ ਵਿੱਚ ਬੰਗਾਲੀ ਮੀਡੀਅਮ ਤੇ ਉਰਦੂ ਮੀਡੀਅਮ ਦੇ ਬੱਚੇ ਇਕੱਠੇ ਪੜਦੇ ਸਨ। ਸਿਲੇਬਸ ਹੀ ਕੋਈ ਹੁੰਦਾ ਸੀ ਤਕਰੀਬਨ ਉਸਤਾਦ ਮਹਤਮਰਮ ਨੇ ਸਾਨੂੰ ਪਹਿਲਾਂ ਉਰਦੂ ਚ ਪੜਾਣਾ ਉਸਤੀ ਬਾਦ ਉਹ ਚੀਜ਼ ਉਹਨਾ ਬੰਗਾਲੀ ਬਚਨ ਪੜਾਣੀ ਤੇ ਬੰਗਾਲੀ ਥੋੜੀ ਬਹੁਤ ਆਮਦੀ ਸੀ ਲਾਜ਼ਮੀ ਮਜ਼ਮੂਨ ਵੀ ਸੀ ਤੇ ਪਤਾ ਨਹੀਂ ਕਿਉਂ ਇੱਕ ਦਿਨ ਉਸਤਾਦ ਮਹਤਮਰਮ ਕਹਿਣ ਲਗੇ 6ਵੀਂ ਦੇ ਸਾਂ ਤੇ ਕੋਈ ਕਹਿਣ ਲਗੇ ਪਾਕਿਸਤਾਨ ਮੇਂ ਦੋ ਹੀ ਜਵਾਨ ਹੈ ਬੰਗਲਾ ਬੰਗਲਾਦੇਵਨਾ ਨਾ ਪਹਿਲਾਂ ਔਰ ਉਹਨਾ ਔਰ ਕੀ ਹੈ ਤੇ ਉਰਦੂ ਕਹਿਣ ਲਗੇ ਹੋਣਗੇ ਮੈਂ ਐਵੇਂ ਖੜਾ ਹੋ ਗਿਆ ਪਤਾ ਨਹੀਂ ਕਿਉਂ ਉਹਨਾ ਇਸ ਤਰ੍ਹਾਂ ਸਵਾਲੀਆ ਅੱਖਾਂ ਨਾਲ ਪੁੱਛਿਆ ਕੀ ਕਰ ਮੈਂ ਹਾਂ ਸਾਲ ਪੰਜਾਬੀ ਹੂੰ उन्होंने तंजिया जहाँ हसते हंस के कहें इस जबान का कोई हस्ती नहीं है अच्छा मैं थोड़ा सीरीयस हाँ उन्हें वेखिया मुंडा सीरीयस होना क्या में कोई अखबार निकलता है कोई रसाला है कोई किताब है अच्छा और जिस तरह चंगे पंजाबी बच्चे ने उन्होंने पंजाबी का पता ही नहीं मनो ही नहीं, नहीं सी, पता तो वह मैं चुप करके बह गया वो चीज़ मेरे जेहन तो एक सट जि बजी कि अख अखबार रसाला जरा क्यों कितने जाए क्यों नहीं निकलता या ਮੈਂ ਕਿਉਂ ਨਹੀਂ ਵੇਖੇ ਜੇ ਨਿਕਲਦੇ ਵੀ ਨੇ ਤੇ ਉਹ ਫਿਰ ਛੋਟੀ ਜੀ ਗੱਲ ਸੀ ਛੋਟਾ ਜਿਹਾ ਵਾਕਿਆ ਸੀ ਉਹ ਜਦੋਂ ਮੈਂ ਇੱਥੇ ਆਇਆ ਤੇ ਮੈਂ ਫਿਰ ਵੇਖਿਆ ਬਾਕੀ ਨਾ ਅਖਬਾਰ ਹੈ ਨਾ ਰਸਾਲਾ ਹੈ ਨਾ ਕਿਤਾਬ ਹੀ ਨਹੀਂ ਸੀ ਮਿਲਦੀ ਆਮ ਸਕੂਲਾਂ ਕਾਲਜਾਂ ਚ ਵੀ ਕੋਈ ਨਹੀਂ ਸੀ ਕਮਤੋਂ-ਦਿਲੀ ਮੇਰੀ ਹਦੂਸਨ ਉਹ ਤੇ ਕਿਸੇ ਸਕੂਲ ਕਾਲਜ ਵਿੱਚ ਨਹੀਂ ਸੀ ਉਹ ਫਿਰ ਥੋੜਾ ਸਿਆਣਾ ਪਾਈ میٹرਕ ਕੀਤਾ میٹرਕ ਦੇ ਜ਼ਮਾਨੇ ਚ ਮੈਂ ਸ਼ਾਇਰੀ ਹਰ ਬੱਚਾ ਹੀ میٹرਕ ਪਾਸ ਕਰਦਾ ਜਿਹੜਾ ਉਹ ਸ਼ਾਇਰ ਹੁੰਦਾ ਹਮ ਸ਼ਾਇਰੀ ਦੀ ਉਮਰ ਹੁੰਦੀ ਹੈ ਬਾਰਿਸ਼ ਜ਼ਿੰਦਗੀ ਦੇ ਮਸਾਲ ਬੰਦੇ ਨਸਰ ਨਹੀਂ ਕਰ ਬਣਾ ਦਿੰਦੇ ਨੇ ਤੇ ਉਹ ਮੈਂ ਵੇਖਿਆ ਖੀਰ ਇੱਕ ਦੋ ਸੈਕੰਡ ਹੈਂਡ ਰਸਾਲੇ ਮਨੋਂ ਅਨਾਰਕਲੀ ਬੜਾ ਅੱਛਾ ਬਾਜ਼ਾਰ ਲੱਗਦਾ ਸੈਕੰਡ ਹੈਂਡ ਕਿਤਾਬਾਂ ਰਸਾਲਿਆਂ ਦਾ ਇਤਵਾਰ ਨੂੰ ਉੱਥੋਂ ਮਿਲੇ ਪੰਜਾਬੀ ਦੀਆਂ ਕਿਤਾਬਾਂ ਤੇ ਰਸਾਲੇ ਪੰਜਾਬੀ ਜ਼ੁਬਾਨ ਇੱਕ ਪਰਚਾ ਨਿਕਲਦਾ ਸੀ ਡਾਕਟਰ ਸ਼ਹੀਦ ਅਨਵਰ ਕਰਦੇ ਸਾਂ ਉਹ ਮੈਂ ਪੜੀ ਤੇ ਮਨੂੰ ਅੱਛਾ ਲੱਗਾ ਮੈਂ ਫਿਰ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਉਹ ਫਿਰ ਆਸਤਾ ਆਸਤਾ ਜੁੜਤ ਵਧ ਗਈ ਫਿਰ ਪੰਜਾਬੀ ਜਦੋਂ ਮੈਂ ਮਜ਼ੀਦ ਇਸ ਕੰਮ ਵਿੱਚ ਪਿਆ ਵੇਖਿਆ ਕਿੰਨੀ ਮਸਲੂਮ ਜ਼ੁਬਾਨ ਹੈ मैं फिर जिंदगी एफ करन का फैसला किया कि रोटी टुक्ड़ के मसायल खानदान मसायल तो होंगे ने बाकी टाइम मैं पाबा देंगा तो ओल्ला शुक्र है कि मैं पंजाबी जरा टाइम दे सकता वह देता वा अखबार वाकई कोई नहीं सी है सज्जन निकलिया अखबार क्डिया शफकी मिर्जा साहब तो हुसैन नकी साहब बुनियादी बंदे सर जफर याब अहमद न डकलेषन से कम किया और मैं वाहिद बनता वा कि पाकिस्तान चार पंजाबी अखबार निकले ने हूँ तक रोजनामे तो चार मेरी जरूरत रही ਉਸ ਤੋਂ ਬਾਅਦ ਪੁਲੇਖਾ ਨਿਕਲਿਆ ਫਿਰ ਖਬਰਾਂ ਨਿਕਲਿਆ ਫਿਰ ਮੈਂ ਆਪਣਾ ਲੁਕਾਈ ਕੱਢਿਆ ਤੇ ਉਹ ਤਲਕ ਮੇਰਾ ਸਾਫਤ ਨਲ ਹੈ ਤੇ ਬਾਕੀ ਬੁਨਿਆਦੀ ਤੌਰ ਤੇ ਮੈਂ ਕਹਾਣੀਕਾਰ ਆਪਣੇ ਆਪ ਨੂੰ ਸੰਝੇ ਪੰਜਾਬੀ ਆਪਣੀ ਥਾਂ ਤੇ ਰਾਇਜ ਹੁੰਦੀ ਸਰਕਾਰੀ ਜ਼ੁਬਾਨ ਹੁੰਦੀ ਅਦਾਲਤੀ ਜ਼ੁਬਾਨ ਹੁੰਦੀ ਤੇ ਮੈਂ ਸਿਰਫ ਕਹਾਣੀ ਲਿਖਣੀ ਸੀ ਤੇ ਕਹਾਣੀ ਪੜਨੀ ਸੀ ਹੋਰ ਕੁਝ ਨਹੀਂ ਸੀ ਕਰਨਾ ਅੱਛਾ ਡਾਕਟਰ ਸਾਹਿਬ ਪਿਛਲੇ ਕੁਝ ਜਰਸੇ ਤੋਂ ਵੇਖਿਆ ਗਿਆ ਕਿ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਇੱਕ ਤਹਿਰੀਕ ਨਜ਼ਰ ਆਉਂਦੀ ਹੈ ਦੋਸਤਾਂ ਦੇ ਵਿੱਚ ਪਰੇਸ਼ਾਨੀ ਨਜ਼ਰ ਆਉਂਦੀ ਹੈ ਔਰ ਸੋਸ਼ਲ ਮੀਡੀਆ ਤੋਂ ਲੈ ਕੇ ਬਾਹਰ ਵੀ ਅਸੀਂ ਵੇਖਨੇ ਆ ਕਿ ਹੁਣ ਗੱਲ ਹੋਣ ਲੱਗ ਪਈ ਏ ਮਾਂ ਬੋਲੀ ਦੇ ਹੱਕ ਦੇ ਵਾਸਤੇ ਲੇਕਿਨ ਇਹ ਤਹਿਰੀਕ ਸ਼ੁਰੂ ਦੇ ਵਿੱਚ 60s ਦੇ ਵਿੱਚ ਜਾਂ ਉਸ ਤੋਂ ਵੀ ਪਹਿਲੇ ਸ਼ਾਇਦ ਕਿਤੇ ਸ਼ੁਰੂ ਹੁੰਦੀ ਏ ਔਰ ਕਿਤੇ ਟਾਵਾ ਟਾਵਾ ਟੁਰਦੀ ਟੁਰਦੀ ਰਮ ਕੇ ਰਮ ਕੇ ਇਥੋਂ ਤੱਕ ਪਹੁੰਚਦੀ ਏ ਹੁਣ ਜਿਹੜੇ ਪੇਰੈਂਟਸ ਨੇ ਪੰਜਾਬੀ ਉਹ ਇੱਕ ਸਵਾਲ ਕਰਦੇ ਨੇ ਕਿ ਵੀ ਪੰਜਾਬੀ ਤੁਸੀਂ ਕਹਿੰਦੇ ਹੋ ਕਿ ਪੜਾਓ ਸਕੂਲਾਂ ਦੇ ਵਿੱਚ ਆਖਿਰ ਕਿਉਂ ਪੰਜਾਬੀ ਪੜਾਣੀ ਉਹਦੇ ਨਾਲ ਕੀ ਵਾਕਈ ਕੋਈ ਚੀਜ਼ ਬਦਲ ਜਾਏਗੀ ਕੀ ਵਾਕਈ ਸਾਡੇ ਬੱਚੇ ਜਿਹੜੇ ਨੇ ਉਹ ਅੱਛੇ ਰਿਜ਼ਲਟਸ ਵੀ ਦੇਣਾ ਸ਼ੁਰੂ ਹੋ ਜਾਣਗੇ ਔਰ ਸਾਇੰਟਿਸਟ ਵੀ ਪੈਦਾ ਹੋਣਾ ਸ਼ੁਰੂ ਹੋ ਜਾਣਗੇ ਇੰਜੀਨੀਅਰ ਡਾਕਟਰਸ कि ऐसा फायदा ज बहुत ही जरूरी है पंजाबी जुबान पढ़ा देखो जी सीधा साधा तो तुम जो तकाबल करना तो मशीबा कर लो जिसे पाबी जरिए वो जबान देख भी पक्के जे नौबल नाम याफ्ता ने डॉक्टर सलाम जी वह आए पटियाला अमृतसर यूनिवर्सिटी उन्होंने लैक्चर दते तो फिजिक्स के मौजूद उन्हें डेढ़ डेढ़ दो घंटे उ लैक्चर देते पंजाबी दते ਹੂੰ ਤੇ ਲੋਕਾਂ ਨੂੰ ਜ਼ਿਆਦਾ ਬਿਹਤਰ ਸਮਝ ਆਈ ਨਾ ਸਭ ਤੋਂ ਜ਼ਰੀਆ تعلیم ਜਿਹੜਾ ਸਭ ਤੋਂ ਆਸਾਨ ਹੋਣਾ ਚਾਹੀਦਾ ਤੇ ਮਾਦੀ ਜ਼ੁਬਾਨ ਤੋਂ ਜ਼ਿਆਦਾ ਆਸਾਨ ਕੋਈ ਨਹੀਂ ਹੁੰਦਾ ਹੂੰ ਸਾਡੇ ਜਿਹੜੇ ਇੱਥੇ ਪੜ੍ਹੇ ਜਾਂਦੇ ਨੇ ਅੰਗਰੇਜ਼ੀ ਮੀਡੀਅਮ ਹੁਣ ਆ ਗਿਆ ਪਹਿਲਾਂ ਉਰਦੂ ਮੀਡੀਅਮ ਸੀ ਤੇ ਉਹ ਬੱਚੇ ਦਾ ਜ਼ਿਹਨ ਤਰਜਮੇ 'ਚ ਉਲਝਿਆ ਰਹਿ ਜਾਂਦਾ ਹੈ ਇੱਕ ਚੀਜ਼ ਉਹ ਕੁਕੜੀ ਸੁਣ ਕੇ ਆਉਂਦਾ ਉੱਥੇ ਮੁਰਗੀ ਹੋ ਜਾਂਦੀ ਹੈ ਫਿਰ ਹਨ ਹੋ ਜਾਂਦੀ ਹੈ ਅੰਡਾ ਜਿਹੜਾ ਐਗ ਹੋ ਜਾਂਦਾ ਤੇ ਉਹ ਬੱਚੇ ਦਾ ਜ਼ਿਹਨ ਇਹਦੇ ਵਿੱਚ ਉਲਟ ਜਾਂਦਾ ਸਾਡੇ ਬੱਚੇ ਤੁਸੀਂ ਤਕਾਬਲ ਕਰ ਲਓ میٹرਕ ਪਾਸ ਬੱਚਾ ਜਿਹੜਾ ਉਨਾ ਉਹਨੂੰ ਉਰਦੂ ਆ ਰਹੀ ਹੁੰਦੀ ਹੈ ਨਾ ਅੰਗਰੇਜ਼ੀ ਆ ਰਹੀ ਹੁੰਦੀ ਹੈ ਉਰਦੂ ਵਿੱਚ ਵੀ ਉਹ ਕੰਮ ਚਲਾਉਂਦਾ ਹੈ ਵੱਡੇ ਵੱਡੇ ਅਖਬਾਰਾਂ ਦੇ ਤੇ ਜਿਹੜੇ ਨਿਊਜ਼ ਨੈਟਵਰਕ ਨੇ ਮੀਡੀਆ ਹੈ ਉੱਥੇ ਤੁਸੀਂ ਵੇਖੋਗੇ ਇਮਲਾ ਤਾਂ ਗਲਤ ਲਿਖੀ ਹੁੰਦੀ ਹੈ ਸੇ ਦੀ ਸਾ سین ਲਿਖਿਆ ਹੁੰਦਾ ਕਿ ਰਸਵਾ ਸਰ ਕੋ 3 ਐਸ ਦੇ ਬਦ ਕੇ ਸੁਦੀ ਦੋ ਤਿਆਂ ਨੇ ਤੇ ਵੀ ਹੈ ਤੋਏ ਵੀ ਹੈ ਤੋ ਚਾਰ ਸਰਕਲ Z ਨੇ ਜ਼ੇ ਜ਼ਾਲ ਜ਼ਵਾ ਜ਼ੋਏ ਤੇ ਵੱਡਾ ਜਿਹੜਾ ਉਰਦੂ ਦਾ ਸਭ ਤੋਂ ਵੱਡਾ মিডিਆ ਹੈ ਉਹਦੇ ਖਬਰਾਂ ਤੁਸੀਂ ਵੇਖੋ ਤੇ ਇੱਕ ਦੀ ਥਾਂ ਦੂਜਾ ਦੂਜੇ ਥਾਂ ਪਹਿਲਾ ਲਿਖਿਆ ਹੁੰਦਾ ਸਹੀ ਤੇ ਇਹਦੀ ਵਜ੍ਹਾ ਹੈ ਕਿ ਉਹ ਨਾ ਉਰਦੂ ਜੋਗੇ ਨੇ ਨਾ ਪੰਜਾਬੀ ਜੋਗੇ ਛੱਡੇ ਹੀ ਨਹੀਂ ਨਾ ਅੰਗਰੇਜ਼ੀ ਜੋਗੇ ਨੇ ਤੇ ਇਹ ਚੀਜ਼ਾਂ ਤੋਂ ਨਜਾਤ ਹੋ ਜਾਏਗੀ ਬੱਚੇ ਨੂੰ ਆਸਾਨ ਲੱਗੇਗਾ ਇਹ تعلیم ਸਾਡੇ ਇੱਥੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਬੱਚੇ ਸਕੂਲਾਂ ਚੋਂ ਨਸ ਜਾਂਦੇ ਨੇ ਵਜ੍ਹਾ ਹੈ ਕਿ ਜ਼ਬਾਨ ਉਹਨਾਂ ਨੂੰ ਮੁਸ਼ਕਲ ਲੱਗਦੀ ਹੈ ਕਿਤਾਬ ਡਰਾਪ ਆਊਟ ਜਿਹੜਾ ਉਹ ਇੱਕ ਜ਼ਮਾਨੇ ਤੇ 75% ਸੀ ਹੁਣ ਸ਼ਾਇਦ ਕੁਝ ਘਟਿਆ ਤੇ ਉਹਦਾ ਨਤੀਜਾ ਇਹ ਹੁੰਦਾ ਕਿ ਬੱਚਾ ਜਿਹੜਾ ਉਹਨੂੰ ਡੰਗਰ ਚੜ੍ਹਨਾ ਆਸਾਨ ਕੰਮ ਲੱਗਦਾ ਹੈ ਪੜ੍ਹਾਈ ਦੇ ਨਾਲੋਂ ਉਹ ਉਹ ਹੀ ਡੰਗਰ ਚੜ੍ਹਨ ਨੂੰ ਤਰਜੀਹ ਦਿੰਦਾ ਉਹ ਕੰਮ ਕਰਦਾ ਕੁਝ ਹਾਲਾਤ ਹੁੰਦੇ ਨੇ ਮਜ਼ੀਦ ਖਰਾਬ ਹੋ ਰਹੇ ਨੇ ਪਿੰਡਾਂ ਦੇ ਵਿੱਚ ਲੋਕ ਤਰਜੀਹ ਦਿੰਦੇ ਨੇ ਕਿ ਬੱਚਾ ਸਕੂਲ ਜਾਣ ਦੀ ਬਜਾਏ ਕਿ ਕੰਮ ਕਰ ਪਵੇ ਛੋਟਾ ਬਣ ਕੇ ਸਾਈਕਲ ਦੀ ਦੁਕਾਨ ਦੇ ਉੱਤੇ ਕੰਮ ਕਰੇ ਮੋਟਰਸਾਈਕਲ ਨੂੰ ਪੰਕਚਰ ਲਾਏ ਤਾਂ ਜੇ ਕੋਈ ਥੋੜੇ ਪੈਸੇ ਆਣ ਤਾਂ تعلیم ਸਾਰੇ ਤੋਂ ਮੁਸ਼ਕਲ ਕੰਮ ਸਮਝਿਆ ਗਿਆ ਬਣਾ ਦਿੱਤਾ ਗਿਆ ਤੇ ਦੀਕ وجہ ਜ ਬੁਨਿਆਦੀ ਬਜਾਏ ਉਹ ਗੈਰ ਮਾਦਰੀ ਸੁਬਾਨ

ਔਰ ਸਾਰੇ ਸੂਫੀ ਸ਼ੋਰਾਂ ਜਿਹੜੇ ਨੇ ਉਹਨੂੰ ਵਰਤਦੇ ਰਹੇ। ਸ਼ਾਮੁਖੀ ਲਿਖੀ ਹੋਰ ਹੁਣ ਜਦੋਂ ਅਸੀਂ ਲਿਖਨੇ ਆ ਤੇ ਇਹਦੇ ਵਿੱਚ ਕੁਝ ਔਕੜਾਂ ਨਵੇਂ ਲਿਖਣ ਵਾਲਿਆਂ ਨੂੰ ਵੀ ਪੈਦਾ ਹੋ ਰਹੀਆਂ ਨੇ ਔਰ ਕੁਝ ਲੋਕਾਂ ਦਾ ਇਤਰਾਜ਼ ਹੈ ਵੇ ਕਿ ਹਲੇ ਵੀ ਕੁਝ ਮਸਲੇ ਅੜ ਨੂ ਨੜਲਾ ਵਰਗੇ ਜਾਂ ਹੋਰ ਅੰਜ ਦੇ ਜਿਹੜੇ ਨੇ ਇੱਕ ਤੇ ਇਸ ਕਿਤਾਬ ਦੇ ਵਿੱਚ ਕੀ ਔਰ ਦੂਸਰਾ ਕੀ ਆ ਸਾਰੇ ਮਸਲੇ ਸ਼ਾਮੁਖੀ ਲਿਪੀ ਦੇ ਅਸੀਂ ਹੱਲ ਕਰ ਲਏ ਨੇ ਇਹਨੂੰ ਅਸੀਂ ਡਿਜੀਟਲਾਈਜ਼ ਕਰ ਸਕਦੇ ਆ ਜਾਂ ਕੁਝ ਮਸਾਇਲ ਹਲੇ ਚੱਲ ਰਹੇ ਨੇ ਸਾਰੇ ਮਸਲੇ ਤੇ ਕਿਸੇ ਵੀ ਜ਼ੁਬਾਨ ਦੇ ਅੰਗਰੇਜ਼ੀ ਸਾਰੇ ਤੋਂ ਵੱਡੀ ਜ਼ੁਬਾਨ ਅਸੀਂ ਮੰਨ ਲੈਣੇ ਆ। ਉਹਦੇ ਵਿੱਚ ਵੀ ਪਸੀਕੋਲੋਜੀ ਲਿਖ ਕੇ ਤੇ ਸਾਈਕਲੋਜੀ ਪੜਿਆ ਜਾਂਦਾ ਚੋ ਕਿ ਜਿਹੜੀ ਜ਼ੁਬਾਨ ਤੋਂ ਆਇਆ ਉੱਥੇ ਉਹ ਸਪੈਲਿੰਗ ਵੀ ਨਾਲ ਆ ਜਾਂਦੇ ਨੇ ਸਾਡੇ ਵੀ ਇਹ ਅਰਬੀ ਲਫ਼ਜ਼ ਜਿਹੜੇ ਆਏ ਨੇ ਉਹ ਅਰਬੀ ਦੇ ਸਪੈਲਿੰਗ ਨੇ ਮਤਲਬ ਅਸੀਂ ਬੋਲਨੇ ਆ ਬਿਲਕੁਲ ਲਿਖਨੇ ਅਸੀਂ ਵਸ਼ਕਾਰ ਅਲਫ਼ ਪਾ ਕੇ ਬਾਕੀ ਲਿਖਨੇ ਆ ਠੀਕ ਹੈ ਨਾ ਇਹ ਮਸਾਇਲ ਹੁੰਦੇ ਨੇ ਹਮੇਸ਼ਾ ਹਰ ਜ਼ੁਬਾਨੀ ਚ ਹੁੰਦੇ ਨੇ ਜ਼ੁਬਾਨਾਂ ਦੂਜੇ ਜ਼ੁਬਾਨਾਂ ਤੋਂ ਲਫ਼ਜ਼ ਲੈਂਦੀਆਂ ਨੇ ਨਾਲੇ ਮਿਲਾਵ ਗਿਆ ਜਾਂਦੀ ਹੈ ਅਸੀਂ ਅਰਬੀ ਤੋਂ ਇਮਲਾ ਲਈ ਤੇ ਉਹ ਸਾਰਾ ਕੁਝ ਸਾਰੇ ਮਸਾਲੇ ਅੜਨੂ ਨੜ ਲਾਮ ਦਾ ਵੀ ਦੱਸਦੇ ਆ ਜੀ ਜੀ ਅੜਨੂ ਜਿਹੜੀ ਹੈ ਸਾਰਾ ਪੰਜਾਬ ਬੋਲਦਾ ਹੈ ਅ ਲਾਮ ਜ਼ਿਆਦਾਤਰ ਇਲਾਕੇ ਮੇਰਾ ਜਿਹੜਾ ਮਾਦਰੀ ਲੈ ਜਾ ਉਹਦੇ ਚੜ ਲਾਮ ਮੌਜੂਦ ਹੈ ਪ੍ਰੋਣਾ ਐਸੀ ਖਵਾਲ ਪਿਆਲ ਕੇ ਟੋਰਿਆ ਖਵਾਲ ਨਹੀਂ ਖਵਾਲ ਪਿਆਲ ਕੇ ਟੋਰਿਆ ਇਹ ਬੋਲਦੇ ਨੇ ਸਹੀ ਅੱਛਾ ਇਹ ਇੱਕ ਹੱਦ ਤੱਕ ਤੇ ਇਹ ਵੀ ਕਿ ਜ਼ੁਬਾਨ ਵਿੱਚ ਹਰਫਾਂ ਦੀ ਗੁੰਜਾਇਸ਼ ਹੁੰਦੀ ਹੈ ਜ਼ਿਆਦਾ ਹਰੂਫ ਹੋਣ ਤਾਂ ਟਾਈਪਰਾਈਟਰ ਤੇ ਪੂਰੇ ਕਿ ਦੋ ਹੱਥਾਂ ਨਾਲ ਤੁਸੀਂ ਟਾਈਪਰਾਈਟਰ ਦੇਣਾ ਹੁੰਦਾ ਹੈ ਨਾ ਸਹੀ ਤੇ ਉਹ ਫਿਰ ਪੇਚੀਦਗੀ ਜੂਨ ਜੂਬਾਨ ਨੂੰ ਪੇਚੀਦਾ ਕਰੀਏ ਤਾਂ ਉਹ ਵੱਧਦੀ ਜਾਂਦੀ ਹੈ ਹੂੰ ਬੋਸਾਰੇ ਲਫ਼ਜ਼ ਐਸੇ ਨੇ ਸੱਟ ਸਿੱਟ ਸੁੱਟ ਪੰਜਾਬੀ ਚ ਤਿੰਨੇ ਫਸੀ ਨੇ ਤਿੰਨੇ ਠੀਕ ਵੀ ਨਹੀਂ ਅਰ ਅਰਦੂ ਚ ਵੀ ਖੈਂਚ ਖੇਂਚ ਖੀਂਚ ਅੱਛਾ ਹਿੰਦੀ ਵਾਲਿਆਂ ਉਹਦਾ ਚੁੱਕੇ ਜ਼ਬਾਨ ਬੁਣਾਈ ਤੋਤੇ ਕਿ ਹਾਲੇ ਕਿ ਨੇ ਤਿੰਨੇ ਲਫ਼ਜ਼ ਫਸੀ ਨੇ ਖੈਂਚ ਲਿਖ ਲਓ ਖੇਂਚ ਲਿਖ ਲਓ ਖੀਂਚ ਲਿਖ ਲਓ ਸਹੀ ਅਸੀਂ ਜ਼ੇਰ ਜ਼ਬਰ ਪਾਉਂਦੇ ਨੇ ਸੱਟ ਪਾ ਲਓ ਸਿੱਟ ਪਾ ਲਓ ਸੁੱਟ ਪਾ ਲਓ ਜੋ ਵੀ ਅਸੀਂ ਬੋਲਨੇ ਆ ਬਸਾਂ ਤੇ ਮਸਲਾ ਫਸ ਜਾਂਦਾ ਕਿ ਜ਼ੇਰ ਜ਼ਬਰ ਦੇ ਨਾਲ ਗਾਫ ਤਲਮ ਦੋ ਹਰਫ ਨੇ ਗਲ ਗਿਲ ਗੁਲ ਤਿੰਨੇ ਲਫ਼ਜ਼ ਮੈਨੇ ਵੀ ਮੁxtਲਿਫ ਰਖਦੇ ਨੇ ਬਾਮਾਨੀ ਵੀ ਨੇ ਗਲ ਦਾ ਮਤਲਬ ਹੋ ਰਿਹਾ ਫਿਰ ਗਲ ਵੀ ਹੈ ਰਾਮ ਦੇ ਨਾਲ ਵੀ ਹੈ ਗਿਲ ਵੀ ਹੈ ਫਾਰਸੀ ਤੋਂ ਭਾਵੇਂ ਆਇਆ ਜਾਂ ਮਿੱਟੀ ਦੇ ਮਹਨੇਜ ਚ ਗੁਲ ਗਿਲਖਜ਼ਾਤ ਵੀ ਹੈ ਗੁਲ ਵੀ ਹੈ ਫਾਰਸੀ ਫੁੱਲ ਉਹ ਉੱਥੇ ਮਸਲਾ ਹੁੰਦਾ ਕਿ ਤੇ ਜ਼ੇਰ ਜ਼ਬਰ ਲਾਜ਼ਮੀ ਪਾਣੀ ਚਾਹੀਦੀ ਹੈ ਗੁਰਮੁਖੀ ਚ ਖੂਬੀ ਹੈ ਕਿ ਜ਼ੇਰ ਜ਼ਬਰ ਤੋਂ ਬਗੈਰ ਤੁਸੀਂ ਲਫ਼ਜ਼ ਨਹੀਂ ਲਿਖ ਸਕਦੇ ਜ਼ੇਰ ਜ਼ਬਰ ਲਾਜ਼ਮੀ ਉਹਨਾਂ ਦੇ ਸਿਕ੍ਰਿਪਟਰੀ ਸ਼ਾਮਿਲ ਸਾਡੇ ਚੋਂ ਕਿ ਆਪਸ਼ਨਲ ਹੈ ਕੋਈ ਵੀ ਨਹੀਂ ਪਾਂਦਾ ਜਲਦੀ ਲਿਖਣੀ ਤੇ ਕਿਹਾ ਜਾਂਦਾ ਹੈ ਕਿ ਜੀ ਜ਼ੇਰ ਜ਼ਬਰ ਛੱਡ ਦਿਓ ਨਾ ਪਾਓ ਉਹਦੇ ਨਤੀਜੇ ਚ ਵਹਾਮ ਪੈਦਾ ਹੁੰਦਾ ਗਲਤੀਆਂ ਜ਼ਿਆਦਾ ਹੁੰਦੀਆਂ ਅੱਛਾ ਲਿਪੀ ਦਾ ਵੀ ਡਾਕਟਰ ਸਾਹਿਬ ਦੱਸ ਦਿਓ ਕਿ ਪਾਲੀ ਲਿਪੀ ਕੀ ਚੀਜ਼ ਹੈ ਜੀ ਪੁਰਾਣੀਆਂ ਨੇ ਉਹ ਤਾਂ ਨਿਕਲ ਗਈਆਂ ਨਾ ਪੁਰਾਣੀ ਸੀ ਜਾਂ ਕਿਸੇ ਜ਼ਮਾਨੇ ਚ ਖਰੋਸ਼ਟੀ ਵੀ ਰਹੀ ਹੈ ਜੀ ਉਹ ਪੁਰਾਣੀਆਂ ਉਹ ਇਸ ਉਹਨਾਂ ਚ ਲੁੰਡੇ ਵੀ ਰਹੀ ਹੈ ਇਹਨਾਂ ਸਾਰੀਆਂ ਚ ਜ਼ੇਰ ਜ਼ਬਰਾਨੀ ਸੰ ਜਲਦੀ ਲਿਖੀਆਂ ਜਾਂਦੀਆਂ ਸਨ ਲਿਪੀ ਲਾਜ਼ਮੀ ਸੈਂਟੀਫਿਕ ਹੋਣੀ ਚਾਹੀਦੀ ਹੈ ਹਰ ਹੂਫ ਵਿੱਚ ਘੱਟ ਤੋਂ ਘੱਟ ਹੋਣੇ ਚਾਹੀਦੇ ਨੇ ਤੇ ਇੰਨੇ ਜ਼ਰੂਰ ਹੋਣੇ ਚਾਹੀਦੇ ਕਿ ਸਾਰੀਆਂ ਆਵਾਜ਼ਾਂ ਦੀ کفਾਲਤ ਕਰ ਸਕਣ ਹਮ ਅੰਗਰੇਜ਼ੀ ਵਿੱਚ ਫੇ ਵਾਸਤੇ ਹੈ ਪਰ ਪੀ ਐਚ ਵੀ ਕਿਧਰੇ ਕਿਧਰੇ ਪਾੰਦੇ ਨੇ ਯਸ ਚਾ ਚਾ ਵਾਸਤੇ ਚੇਕ ਕੋਈ ਨਹੀਂ ਅਰਬੀ ਵਰਗੀ ਵੱਡੀ ਜ਼ੁਬਾਨ ਦੇ ਚੇਕ ਕੋਈ ਨਹੀਂ ਹੈ ਗਾਫ ਕੋਈ ਨਹੀਂ ਹੈ ਹਰ ਜ਼ੁਬਾਨ ਦੇ ਆਪਣੇ ਮਾਮਲੇ ਹੁੰਦੇ ਨੇ ਜ਼ੁਬਾਨ ਕੋਈ ਹੋਵੇ ਰਸੂਲ ਖਤ ਕੋਈ ਹੋਵੇ ਉਹ ਆਪਣੀ ਜ਼ੁਬਾਨ ਲਿਖਣ ਵਾਸਤੇ ਫਿੱਟ ਹੋਣਾ ਚਾਹੀਦਾ ਪੂਰਾ ਹੋਣਾ ਚਾਹੀਦਾ ਕਿ ਆਪਣੀ ਜ਼ੁਬਾਨ ਨੂੰ ਪਰਪੂਰਨ ਅਰਦਾਸ ਨਾਲ ਲਿਖਿਆ ਜਾ ਸਕੇ ਬਾਲ ਸਭ ਤੁਸੀਂ ਜ਼ਿਕਰ ਕੀਤਾ ਕਿ ਸਾਇੰਸ ਦੇ ਲੈਕਚਰ ਪੰਜਾਬੀ ਜ਼ੁਬਾਨ ਚ ਦਿੱਤੇ ਗਏ ਚੜ੍ਹਦੇ ਪੰਜਾਬ ਦਾ ਜ਼ਿਕਰ ਹੋਇਆ ਲੇਕਿਨ ਅੱਜ ਅਸੀਂ ਅਗਰ ਗੱਲ ਕਰੀਏ ਕਿ ਜੀ ਪੰਜਾਬੀ ਜ਼ੁਬਾਨ ਨੂੰ ਜ਼ਰੀਆ ਤਾਲੀਮ ਵੀ ਬਣਾਣਾ ਹੈ ਔਰ ਸਾਰੀਆਂ ਕਿਤਾਬਾਂ ਸਾਰੇ ਸਬਜੈਕਟ ਉੱਚ ਪੜਨ ਦੀ ਕੋਸ਼ਿਸ਼ ਕਰਨੀ ਹੈ ਪ੍ਰੈਕਟੀਕਲੀ ਅਸੀਂ ਕੀ ਕਰ ਸਕਨੇ ਆ ਕਿੱਥੇ ਖਲੋਤੇ ਆ ਕਿਉਂਕਿ ਇਲਿਆਸ ਕੁਮਨ ਸਾਹਿਬ ਅਗਰ ਰਿਡਾਰ ਵਰਗੀ ਕਿਤਾਬ ਜਾਂ ਕੰਪਿਊਟਰ ਦੀ ਲਿਖਦੇ ਨੇ ਲੇਕਿਨ ਉਹ ਟਾਵਾ ਟਾਵਾ ਕੰਮ ਇੱਕ ਅੱਧੀ ਕਿਤਾਬ ਹੈ ਸਾਰੇ ਮਜ਼ਾਮੀਨ ਕਿਵੇਂ ਟਰਾਂਸਲੇਟ ਹੋਣਗੇ ਔਰ ਬੱਚੇ ਕਿਸ ਤਰ੍ਹਾਂ ਜਿਹੜਾ ਨਾ ਉਹ ਪੰਜਾਬੀ ਜ਼ੁਬਾਨ ਵਿੱਚ ਹੀ ਸਾਰੇ ਸਬਜੈਕਟ ਪੜ੍ਹ ਸਕਣਗੇ ਦੇਖੋ ਜੀ ਕੁਮਨ ਸਾਹਿਬ ਤੇ ਮੈਂ ਸਾਂ ਕੁਝ ਹੋਰ ਦੋਸਤਾਂ 12 ਦੋਸਤਾਂ ਸੀ ਮਿਲ ਕੇ ਪੰਜਾਬੀ ਸਾਇੰਸ ਬੋਰਡ ਨਾਂ ਦਾ ਇੱਕ ਇਦਾਰਾ ਬਣਾਇਆ ਸੀ ਉਦੇਚ ਉਹਨਾਂ ਦੇ ਡਾਰ ਪਹਿਲੀ ਕਿਤਾਬ ਸੀ ਉਸ ਤੋਂ ਬਾਅਦ ਹੋਰ ਫਿਜ਼ਿਕਸ ਦੀ ਤਕਨੀਕੀ ਲਫ਼ਜ਼ਾਵਲੀ ਇੱਕ ਕਿਸੇ ਜ਼ਮਾਨੇ ਦੀ ਕਿਤਾਬ ਸੀ ਗੁਰਮੁਖੀ ਤੋਂ ਮੈਂ ਟ੍ਰਾਂਸਕ੍ਰਾਈਬ ਕੀਤੀ ਸੀ ਫਿਜ਼ਿਕਸ ਦੇ ਜਿੰਨੇ ਲਫ਼ਜ਼ ਨੇ ਉਹ ਸਾਰੇ ਸਾਰੇ ਪੰਜਾਬੀ ਵਿੱਚ ਤਰਜਮਾ ਹੋ ਚੁੱਕਾ ਸੀ 47 ਤੋਂ ਪਹਿਲੇ ਹਮਮਤ ਕੈਮਿਸਟਰੀ ਤੇ ਬਾਇਓਲੋਜੀ ਤੇ ਸਾਰੇ ਵੀ ਹੋ ਚੁੱਕੇ ਨੇ ਪਰਲੇ ਪਾਸੇ ਵਾਕਤ ਉਪਰਲੇ ਪਾਸੇ ਪੜਾਈ ਜਾ ਰਹੀਆਂ ਨੇ ਤੇ ਲਫ਼ਜ਼ ਮੌਜੂਦ ਨੇ ਟਰਮਨੋਲੋਜੀ ਜੀ ਮੌਜੂਦ ਹੈ ਉਹਦੇ ਚ ਬਾਅਦ ਲਫ਼ਜ਼ ਜ਼ਿਆਦਾ ਠੇਸ ਨੇ ਬਾਕੀ ਸਾਰੇ ਐਸੇ ਨੇ ਖੂਬਸੂਰਤ ਲਫ਼ਜ਼ ਨੇ ਜਿਹੜੇ ਪੰਜਾਬੀ ਹੀ ਲੱਗਦੇ ਨੇ ਪੰਜਾਬੀ ਚ ਇਸ ਤਰ੍ਹਾਂ ਕੋਈ ਹਰ ਹੈ ਨਹੀਂ ਇਲਮ ਤੇ ਜਿੱਥੇ ਮਿਲੇ ਸਾਡੀ ਵਿਰਾਸਤ ਤੇ ਉਸ ਨੂੰ ਲੈ ਸਕਨੇ ਆ ਕੁਝ ਲਫ਼ਜ਼ ਚੋਂ ਕਿ ਸਾਇੰਸ ਬਹੁਤ ਅੱਗੇ ਜਾ ਚੁੱਕੀ ਹੈ ਨਵੇਂ ਲਫ਼ਜ਼ ਘਰੇ ਵੀ ਜਾਣਦੇ ਨੇ ਪਰ ਇਹ ਵੇ ਕਿ ਉਸ ਜਿਹੜੀ ਲਫ਼ਜ਼ਾਲੀ ਅੰਗਰੇਜ਼ੀ ਦੀ ਉਹ ਵਰਤਣੀ ਅੱਜ ਕੱਲ੍ਹ ਹਰਜ ਕੋਈ ਨਹੀਂ ਹੈ ਕੰਪਿਊਟਰ ਦਾ ਲਫ਼ਜ਼ ਆਇਆ ਤੇ ਅਰਬੀ ਚੋ ਅਲ ਕੰਪਿਊਟਰ ਹੋ ਗਿਆ ਪੇ ਨਹੀਂ ਹੈ ਅਰਬੀ ਚ ਇਸ ਲਈ ਫਾਰਸੀ ਵਾਲੇ ਵੀ ਕੰਪਿਊਟਰ ਹੀ ਕਹਿੰਦੇ ਨੇ ਹੂੰ ਤਾਂ ਇਹ ਹਰ ਲਫ਼ਜ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਉਰਦੂ ਸਾਇੰਸ ਬੋਰਡ ਬਣਿਆ ਉਹ ਸਾਲ ਵੀ ਜਿੰਨੇ ਲਫ਼ਜ਼ ਤਰਜਮਾ ਕਰਦੇ ਸਨ ਮਹੀਨੇ ਚ ਉਹਨੇ ਨਵੇਂ ਲਫ਼ਜ਼ ਅੰਗਰੇਜ਼ੀ ਚ ਆ ਜਾਂਦੇ ਸਨ ਡਾਟਾ ਜਿਹੜਾ ਇਹਨਾਂ ਵੱਧ ਰਿਹਾ ਜੋ ਤਰਜਮੇ ਪਿੱਛੇ ਅਸੀਂ ਨਾ ਸੰਗੇ ਤੇ ਅਸੀਂ ਪਿੱਛੇ ਰਹਿ ਜਾਾਂਗੇ ਸਹੀ ਕਮ ਚਲਾਉਣ ਵਾਸਤੇ ਜਿਹੜੀ ਲਫਜ਼ਾਲੀ ਆ ਰਹੀ ਹੈ ਉਹ ਬਰਤਨ ਵਿੱਚ ਕੋਈ ਹਰਚ ਨਹੀਂ ਹੈ ਅੱਛਾ ਡਾਕਟਰ ਸਾਹਿਬ ਇੱਕ ਗੱਲ ਹਮੇਸ਼ਾ ਪੰਜਾਬੀਆਂ ਨੂੰ ਸੁਣਨ ਨੂੰ ਲੱਭਦੀ ਹੈ ਪਾਕਿਸਤਾਨ ਦੇ ਬਾਕੀ ਸੂਬਿਆਂ ਤੋਂ ਵੀ ਔਰ ਹਰ ਜਗ੍ਹਾ ਤੋਂ ਕਿ ਪੰਜਾਬੀ ਜਿਹੜੇ ਨੇ ਆਪਣੀ ਬੋਲੀ ਨਹੀਂ ਬੋਲਦੇ ਜੀ ਇਹ ਇੱਕ ਤੀਬ ਦਾ ਮਿਸਰਾ ਬਣ ਗਿਆ ਔਰ ਬਾਰ-ਬਾਰ ਸੱਚ ਵੀ ਜ਼ਾਹਿਰ ਨਹੀਂ ਬੋਲਦੇ ਲੈਕਿਨ ਕਦੇ ਵੀ ਇਹ ਸਵਾਲ ਨਹੀਂ ਸਾਡੇ ਸਾਹਮਣੇ ਆਉਂਦਾ ਕਿ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਔਰ ਕਿਸੇ ਐਸੀ ਜਗ੍ਹਾ ਤੇ ਜਾਣ ਮਸਲਨ ਕਿਸੇ ਵੱਡੇ ਬੈਂਕ 'ਚ ਜਾਂ ਕਿਸੇ ਸਰਕਾਰੀ ਵੱਡੇ ਦਫ਼ਤਰ ਵਿੱਚ ਜਾਂ ਕੋਈ ਅਸਰਾਂ ਦੀ ਜਗ੍ਹਾ ਸੱਜੀ ਸਮਰੀ ਉੱਥੇ ਗੰਗ ਹੋ ਜਾਂਦੇ ਨੇ ਬੋਲ ਹੀ ਨਹੀਂ ਸਕਦੇ ਪੰਜਾਬੀ ਇਹ ਜਿਹੜਾ ਖੌਫ ਏ ਚੁੱਪ ਕਰ ਜਾਣਾ ਗੰਗ ਹੋ ਜਾਣਾ ਪੰਜਾਬੀ ਨਾ ਬੋਲਣਾ ਜਾਂ ਅਗਰ ਕੋਈ ਬੋਲਦਾ ਤੇ ਸੱਤ ਧੌਣਾ ਘੁੰਮ ਕੇ ਤੁਹਾਨੂੰ ਵੇਖ ਰਹੀਆਂ ਨੇ ਇਹ ਸਾਰਾ ਪ੍ਰੋਸੈਸ ਏ ਸਾਰਾ ਖੌਫ ਕਿੱਨੇ ਪੈਦਾ ਕੀਤਾ ਕਿੱਥੋਂ ਆਉਂਦਾ ਜੀ ਇਹਦੇ ਪਿੱਛੇ ਕਮ ਉਸ ਕੰ 150 ਸਾਲ ਦਾ ਅਮਲ ਹੈ 1876 ਦੇ ਲਗਭਗ ਇਥੇ ਹਿੰਦੁਸਤਾਨੀ ਯਾਨੀ ਕਿ ਉਰਦੂ ਜਾਂ ਹਿੰਦੀ ਇਹਨੂੰ ਜਰੀਏ ਤਾਲੀਮ ਬਣਾਇਆ ਗਿਆ ਰਿਕਾਰਡ ਤੇ ਵੇਖਿਓ ਉਸ ਮੰਨ ਚ ਲੋਕਾਂ ਨੇ ਜਲੂਸ ਕੱਢੇ ਕਿ ਐਸੀ ਪੰਜਾਬੀ ਪੜਨੀ ਚਾਹੁੰਦੇ ਆਂ ਅੰਗਰੇਜ਼ ਬੜਾ ਸਿਆਣਾ ਸੀ ਪੰਜਾਬੀ ਪੜਾਉਣਾ ਨਹੀਂ ਸੀ ਚਾਹਦਾ ਉਹਨੇ ਆਪਸ਼ਨ ਦੇ ਦਿੱਤੀ ਪੰਜਾਬੀ ਪੜ੍ਹਨੀ ਜਾਂ ਗੁਰਮੁਖੀ ਚ ਪੜ ਲਓ ਅੱਛਾ ਸਿੱਖ ਪਹਿਲਾਂ ਹੀ ਗੁਰਮੁਖੀ ਚ ਪੜ ਸੋਣਾ ਗੁਰਮੁਖੀ ਵਾਲੇ ਚਲੇ ਕਿ ਮੁਸਲਮਾਨ ਕਿਉਂਕਿ ਫਾਰਸੀ ਰਸਮੁਖਤ ਦੇ ਜਿਵੇਂ ਫਾਰਸੀ ਸਰਕਾਰੀ ਜ਼ੁਬਾਨ ਉਹ ਉਹਨਾਂ ਫਾਰਸੀ ਰਸਮੁਖਤ ਨੂੰ ਤਰਜੀਹ ਦਿੱਤੀ ਨਤੀਜੇ ਇਹ ਕਿ ਹਿੰਦੁਸਤਾਨੀ ਜਾਂ ਉਰਦੂ ਆ ਗਈ ਹਮਮ ਅੱਛਾ ਉਸ ਇਸ ਵੇਲੇ ਸਾਡੀਆਂ 6 7 نسلਾਂ 8 نسلਾਂ ਗੁਜ਼ਰ ਚੁਕੀਆਂ ਨੇ ਉਰਦੂ ਪੜਦੀ ਹੈ ਪੜਦੀ ਸਹੀ ਇਹ ਨਾਲ ਇੱਕ ਸੋਚ ਡਿਵੈਲਪ ਹੋ ਗਈ ਕਿ ਪੰਜਾਬੀ ਵਿੱਚ ਕੋਈ ਕਮੀ ਹੈ ਕੋ ਖਾਮੀ ਹੈ ਇਹ ਬੋਲਣ ਦੀ ਜ਼ੁਬਾਨ ਹੈ ਲਿਖਣ ਪੜਨ ਦੀ ਜ਼ੁਬਾਨ ਨਹੀਂ ਜਾਂ ਲਿਖਣ ਪੜਨ ਦੀ ਜ਼ੁਬਾਨ ਨਹੀਂ ਬਣਾਈ ਜਾ ਸਕਦੀ نتیجہ یہ ہے کہ ਸਾਡੀਆਂ ਪਿਛਲੀਆਂ نسلਾਂ ਨੇ ਖਤ ਜਦੋਂ ਲਿਖਣ ਦਾ ਰਵਾਇ ਸੀ ਖਤ ਉਰਦੂ ਵਿੱਚ ਲਿਖਦੇ ਹੁੰਦੇ ਸਨ ਜਿਹੜਾ ਦੋ ਜਮਾਤਾ ਪੜ ਗਿਆ ਉਹਨੇ ਕੋਸ਼ਿਸ਼ ਕਰਨੀ ਕਿ ਮੈਂ ਉਰਦੂ ਬੋਲਾਂ ਉਰਦੂ ਪੜਾਂ ਕਿਉਂਕਿ ਇਰਦ گرد ਮਾਹੌਲ ਜਿਹੜਾ ਉਹ ਖਿਲਾਰਿਆ ਜਾ ਰਿਹਾ ਸੀ ਪਹਿਲੇ ਜਿਹੜੇ ਉਰਦੂ ਦੇ ਅਖਬਾਰ ਨਿਕਲਣ ਲੋਰਤ ਕੋਈ ਨਾ ਨਿਕਲੇ ਤੇ ਸਰਕਾਰ ਨੇ ਪਾਲਿਸੀ ਬਣਾਈ ਸੀ ਸنگریਸ਼ ਸਰਕਾਰ ਨੇ ਕਿ ਜਿੰਨਾ ਛਪੇਗਾ ਅਖਬਾਰ ਉਹ ਅੱਧਾ ਅਖਬਾਰ ਖਰੀਦ ਕੇ ਤੇ ਦਫ਼ਤਾਂ 'ਚ ਮੋਸਤ ਵੰਡੇਗੀ ਕੋਈ ਨਾ 333 ਕਾਪੀਆਂ ਛਪਦੀਆਂ ਸਨ 150 ਕਾਪੀਆਂ ਹਕੂਮਤ ਖਰੀਦ ਲੈਂਦੀ ਤੇ ਦਫ਼ਤਾਂ 'ਚ ਵੰਡ ਦਿੰਦੀ ਸੀ ਉਦੋਂ ਪੜਨ ਦਾ ਮਾਅਦ ਘਟਾ ਹੁੰਦਾ ਸੀ ਲੋਕਾਂ ਨੂੰ ਜਦੋਂ ਮੁਫਤ ਅਖਬਾਰ ਮਿਲਿਆ ਲੋਕ ਉਰਦੂ ਪੜ੍ਹ-ਪੜ ਕੇ ਉਰਦੂ ਨਾਲ ਪੱਕੇ ਹੁੰਦੇਗੇ ਫਿਰ ਇੱਥੇ ਇੱਕ ਤਰੀਕ ਪੈਦਾ ਕੀਤੀ ਗਈ ਉਰਦੂ ਬੋਲੋ ਉਰਦੂ ਲਿਖੋ ਉਰਦੂ ਪੜੋ ਇਹ ਵੇਖੇ ਤੁਸੀਂ ਸਾਰੇ ਜਿਹੜੇ ਨਾ ਇੱਥੇ ਇੱਕ ਪੈਸਾ ਅਖਬਾਰ ਹੁੰਦਾ ਸੀ ਉਹਦੇ 'ਚ ਇੱਕ ਬੈਨਰ ਜੀ ਹੁੰਦਾ ਸੀ ਪੰਜਾਬ ਯੂਨੀਵਰਸਿਟੀ ਵਾਈਸ ਚਾਂਸਰ ਬੰਗਾਲੀ ਸੀ ਉਹ ਆਇਆ ਚਿਤਨ ਜੀ ਸੋਰੀ ਚਿਤਨ ਜੀ ਦੇ ਨਾਂ ਤੇ ਉਰਦੂ ਬਜ਼ਾਰ ਦੀ ਇੱਕ ਸੜਕ ਵੀ ਯੂਨੀਵਰਸਿਟੀ ਵੱਲ ਜਾਂਦੀ ਹੈ ਉਹਨੇ ਕਿਹਾ ਤਕਰੀਰ ਕਨਵੋਕੇਸ਼ਨ ਦੇ ਵਿੱਚ ਕੀਤੀ ਤੇ ਉਹਨੇ ਕਹਿ ਦਿੱਤਾ ਕਿ ਪੰਜਾਬੀ ਤਾਂ ਬੜੀ ਖੂਬਸੂਰਤ ਜ਼ਬਾਨ ਹੈ ਪੰਜਾਬੀਆਂ ਨੂੰ ਪੰਜਾਬੀ ਬੋਲਣੀ ਚਾਹੀਦੀ ਸੀ ਹੂੰ ਉਦੋਂ ਤੱਕ ਉਰਦੂ ਦੇ ਅਖਬਾਰ ਆ ਚੁੱਕੇ ਸਨ ਜਿਨ੍ਹਾਂ ਦੇ ਕਾਰੋਬਾਰੀ ਮਕਾਸਦ ਬਣ ਚੁੱਕੇ ਸਨ ਹੂੰ ਹੂੰ ਮੁਨਾਫੇ ਜਾਰੇ ਸਨ ਅੰਗਰੇਜ਼ ਸਰਕਾਰ ਅਧੀਆਂ ਕਾਪੀਆਂ ਖਰੀਦਦੀ ਸੀ ਮੁਫਤ ਦੇਂਦੀ ਸੀ ਭਾਵੇਂ ਉਹਨਾਂ ਨੂੰ ਤਾਂ ਪੈਸੇ ਮਿਲ ਜਾਂਦੇ ਸਨ ਉਹਨਾਂ ਰੋਲਾ ਪਾਇਆ ਤਾਂ ਜੀ ਪੰਜਾਬੀ ਨਹੀਂ ਹੋਣੀ ਚਾਹੀਦੀ ਉਹ ਪੁਰਾਣੇ ਇਲਜ਼ਾਮ ਅੱਜ ਵੀ ਦੁਰਾਇਏ ਜਾਂਦੇ ਨੇ ਜੀ ਪੰਜਾਬੀ ਹਰ ਇਲਾਕੇ ਦੀ ਅਲੱਗ ਹੈ ਪੰਜਾਬੀ ਦੇ ਜਨਾਬ ਬਹੁਤ ਸਾਰੀ ਸੈਂਸ ਦੀ ਗੱਲ ਜਿਸ ਤਰ ਤੁਸੀਂ ਹੁਣੇ ਫਰਮਾਇਆ ਸੈਂਸ ਦੀ ਗੱਲ ਨਹੀਂ ਹੋ ਸਕਦੀ ਪੰਜਾਬੀ ਚ ਐ ਖਾਮੀ ਹੈ ਪੰਜਾਬੀ ਚ ਉਹ ਖਾਮੀ ਹੈ ਕਈ ਮਹੀਨੇ ਤੱਕ ਚੱਲੀ ਨਾਵਨਲ ਖਤ ਛਾਪੇ ਜਾਂਦੇ ਜਿਨ੍ਹਾਂ ਲੋਕਾਂ ਦਾ ਜ਼ਹਿਰ ਬਣਾ ਕੇ ਸ਼ਾਇਦ ਪੰਜਾਬੀ ਚ ਕੋਈ ਬਹੁਤ ਸਾਰੀਆਂ ਕਮੀਆਂ ਨੇ ਇਹ ਤੇ ਬਣੀ ਨਹੀਂ ਸਕਦੀ ਆਖਰੀ ਐਸੀ ਕਿ ਉਰਦੂ ਪੰਜਾਬੀ ਦੀ ਰਿਫਾਈਨਡ ਸ਼ਕਲ ਹੈ ਉਰਦੂ ਤਬਦੀਲ ਹੋ ਕੇ ਪੰਜਾਬ ਮੇ ਉਰਦੂ ਵਰਗੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਜਿਵੇਂ ਉਰਦੂ ਦਾ ਜਨਮ ਹੀ ਪੰਜਾਬ ਵਿੱਚ ਹੋਇਆ ਬਈ ਜ਼ੁਬਾਨ ਵਿੱਚ ਲੋਕ ਗੀਤ ਹੁੰਦੇ ਨੇ ਕਿਹੜੇ ਪਿੰਡ ਦੇ ਪੰਜਾਬ ਦਾ ਜਿਹਦੇ ਚ ਉਰਦੂ ਬੋਲੀ ਜਾਂਦੀ ਹੈ ਹੁਣ ਵੀ 150 ਸਾਲ ਬਾਅਦ ਵੀ ਤੇ ਲੋਕ ਗੀਤ ਕਿੱਥੇ ਨੇ ਜਿਹੜੇ ਜ਼ੁਬਾਨ ਨੇ ਜੇ ਇੱਥੇ ਜਨਮ ਲਿਆ ਲੋਕ ਗੀਤ ਸਾਰੇ ਸਾਰੇ ਯਾਨੀ ਕਈ ਇੱਕ ਫੈਕਟਰ ਨੇ ਔਰ ਇੱਕ ਲੰਮਾ ਅਰਸਾ ਲੰਮਾ ਅਰਸਾ ਪ੍ਰੋਪਰ ਲੋਕਾਂ ਦੇ ਜ਼ਿਹਨ ਵਿੱਚ ਬਹੁਤ ਸਲਸਲ ਗੱਲ ਬਣਦੀ ਗਈ ਪੰਜਾਬੀ ਚ ਬਹੁਤ ਸਾਰੀਆਂ ਖਾਮੀਆਂ ਨੇ ਇਹ ਜ਼ੁਬਾਨ ਬੋਲਣ ਵਾਲੀ ਨਹੀਂ ਹੈ ਘਟੀਆ ਜ਼ੁਬਾਨ ਹੈ ਇਹ ਗਾਲਾਂ ਬਹੁਤ ਹੈ ਭਈ ਗੱਲ ਹਰ ਜ਼ਬਾਨੇ ਚ ਹੁੰਦੀਆਂ ਨੇ ਜਿਹੜੇ ਲਫ਼ਜ਼ ਅਸੀਂ ਪੰਜਾਬੀ ਚ ਗੱਲ ਦੇ ਤੌਰ ਤੇ ਵਰਤਨੇ ਆ ਉਹਦਾ ਉਰਦੂ ਅੰਗਰੇਜ਼ੀ ਅਰਬੀ ਤਰਜਮਾ ਕਰੋ ਤੇ ਉੱਥੇ ਵੀ ਗਾਲ ਹੀ ਹੁੰਦੀ ਹੈ ਇਹ ਪ੍ਰੋਪਗੈਂਡੇ ਚ ਜਾਣ ਪਾਈ ਗਈ ਮੁਸلسل ਕਹਿ ਕੇ ਇਹਦੇ ਸੱਚਾਈ ਕੋਈ ਨਹੀਂ ਹੈ ਪਰ ਚੁਕੇ ਮੁਸلسل ਪਾਪੇ ਕਨੇ ਨਾ ਲੋਕਾਂ ਦੇ ਨਾ ਹਮਾਰਾ ਹੋ ਜਾਂਦਾ ਉਸ ਪਾਸੇ ਤੇ ਪੰਜਾਬੀ ਆਪਣੀ ਜ਼ਬਾਨ ਤੋਂ ਸ਼ਰਮਾਂਦੇ ਨੇ ਜਿੱਥੇ ਸਮਝਦੇ ਨੇ ਕਿ ਪੰਜਾਬੀਆਂ ਪਰ ਬੋਲਦੇ ਨੇ ਜਿੱਥੇ ਕੋਈ ਪੜਿਆ ਲਿਖਿਆ ਆ ਜਾਏ ਤੁਸੀਂ ਵੇਖੋ ਤੇ 10 ਬੰਦੇ ਬੈਠੇ ਪੰਜਾਬੀ ਚ ਆਸਾ ਮਜ਼ਾਕ ਕਰ ਰਹੇ ਨੇ ਇੱਕ ਉਰਦੂ ਬੋਲਣ ਆਇਆ ਤੇ ਸਾਰੇ ਉਰਦੂ ਸ਼ੁਰੂ ਹੋ ਜਾਂਦੇ ਨੇ ਰਕਸਪਾੜੀਆਂ ਕਿਤਾਬਾਂ ਤੇ ਢੇਰਾਂ ਢੇਰ ਇੱਥੇ ਪਈਆਂ ਨੇ ਦਾ ਜ਼ਿਕਰ ਵੀ ਅਸੀਂ ਜਿਹੜਾ ਉਹ ਡਿਟੇਲ ਨਾਲ ਨਹੀਂ ਕਰ ਸਕਾਂਗੇ ਹਰ ਕਿਤਾਬ ਦਾ ਲੇਕਿਨ ਤੁਸੀਂ ਜਿਵੇਂ ਦੱਸਿਆ ਕਿ ਸਾਇੰਸ ਦੀਆਂ ਕਿਤਾਬਾਂ ਔਰ ਸਾਇੰਸ ਦੀ ਗੱਲ ਹੋ ਸਕਦੀ ਹੈ ਔਰ ਸਾਡੇ ਕੋਲ ਕਲਾਸਿਕ ਵੀ ਬਹੁਤ ਜ਼ਿਆਦਾ ਹੈ ਸ਼ਾਇਰੀ ਦੇ ਵਿੱਚ ਪੰਜਾਬੀ ਚ ਅੱਜ ਦੀ ਗੱਲ ਕਰ ਲੈਣੇ ਆ ਕਿ ਅੱਜ ਪੰਜਾਬੀ ਅਦਬ ਕਿੱਥੇ ਖਲੋਤਾ ਆਇਆ ਔਰ ਪਾਕਿਸਤਾਨ ਦੀਆਂ ਬਾਕੀ ਜਿੰਨੀਆਂ ਜ਼ੁਬਾਨਾਂ ਚਾਹ ਦਾ ਪੈਦਾ ਹੋ ਰਿਹਾ ਹੈ ਉਰਦੂ ਸਮੇਤ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਤੇ ਖਲੋਤਾ ਹੈ ਖਾਸ ਕਰ ਖਾਸ ਕਰ ਪੰਜਾਬੀ ਕਹਾਣੀ ਕਿਉਂਕਿ ਤੁਸੀਂ ਕਹਾਣੀਕਾਰ ਹੋ ਔਰ ਨੋਵਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਕਹਾਣੀ ਪੜ੍ਹ ਕੇ ਫਖਰ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸੇ ਤੋਂ ਪਿੱਛੇ ਨਹੀਂ ਅਸੀਂ ਕਿਸੇ ਤੋਂ ਪਛੜੇ ਨਹੀਂ ਪ੍ਰੋਪੇਗੈਂਡਾ ਜਿਹੜਾ ਨਾ ਉਹ ਕੁਝ ਵੀ ਹੋ ਸਕਦਾ ਹੈ ਨਾ ਉਰਦੂ ਕਹਾਣੀ ਕਿਹਾ ਜਾਂਦਾ ਸੀ ਸਿੰਧੀ ਕਹਾਣੀ ਜਿਹੜੀ ਹੈ ਉਰਦੂ ਕਹਾਣੀ ਤੋਂ ਬਾਅਦ ਪਾਕਿਸਤਾਨੀ ਸਿੰਧੀ ਕਹਾਣੀ ਬਹੁਤ ਅੱਗੇ ਵੇ ਤੋ ਮੈਂ ਉਹ ਪੜੰਦਾ ਇਤਫਾਕ ਉਹ ਥੋੜੀ ਬਹੁਤ ਮੈ ਸਿੱਖੀ ਵੀ ਤੋ ਤਰਜਮੇ ਵੀ ਪੜੇ ਤੇ ਉਹ ਮੈਂ ਵੇਖਿਆ ਕਿ ਪੰਜਾਬੀ ਕਹਾਣੀ ਵਿੱਚ ਘਟ ਨਹੀਂ ਹੈ ਹੂੰ ਗੋ ਵੰਡ ਹੋਈ ਜਦੋਂ ਤੇ ਬਹੁਤ ਸਾਰੇ ਸਿੱਖ ਜ਼ਿਆਦਾਤਰ ਅਮ੍ਰਿਤਾ ਪ੍ਰੀਤਮ ਜਾਂ ਇਹੋ ਜੇ ਹੋਰ ਸੰਜੜੇ ਲਿਖਦੇ ਸਨ ਉਹ ਸਾਰੇ ਅਸੀਂ ਨਸਾ ਦਿੱਤੇ ਤੁ ਬਾਗੋਂ ਪਾਰ ਕਰ ਦਿੱਤੇ ਨਵਾਜ਼ ਦਾ ਮجموعਾ ਸਾਨੂੰ 161 ਦੇ ਚਾਇਆ ਉਹ ਤੇ ਛਪਿਆ ਸਨ 61 ਜਨਵਰੀ ਕਾਟ ਚਾਇਆ ਕਹਾਣੀ ਰੋਮਾਨੀ ਜਈਆਂ ਕਹਾਣੀਆਂ ਫੈਰੀਫਤਾਈ ਰੰਦਾਵਾ ਸਾਹਿਬ ਆਏ ਤੋ ਨਾ ਕਹਾਣੀ ਨੂੰ ਜਦ ਹੀ ਦੋਰੀ داخل ਹੋ ਰੰਗ ਦਿੱਤਾ हुसैन شاہ شاہد ਸਾਹਿਬ ਬਾੜ ਰਹੇ ਨੇ ਉਹਨਾਂ ਪੰਜਾਬੀ ਕਹਾਣੀ ਨੂੰ ਨਾਰਮਲ ਅਸਰੀ ਕਹਾਣੀ ਦੇ ਮੁਤਾਬਿਕ ਕਰ ਦਿੱਤਾ ਉਸ ਬਾਦ ਫਰوق ندیم ਸਾਹਿਬ ਨੇ ਉਹ 12ਵੀਂ ਗਏ ਪੰਜਾਬੀ ਕਹਾਣੀ ਉਹਨਾਂ ਬੈਨਕਵਾਮੀਆਂ ਦੇ ਦਿੱਤੀ ਉਹ ਉਹਨਾਂ ਨੇ ਯੂਰਪ ਦੇ ਮਾਹੌਲ ਦੀਆਂ ਪੰਜਾਬੀ ਕਹਾਣੀਆਂ ਲਿਖੀਆਂ ਪੈਰਿਸ ਦੇ ਚ ਜਾਂ ਲੰਡਨ ਦੇ ਜਾਂ ਅਮਰੀਕਾ ਦੇ ਹੂੰ ਤੇ ظاہر ਪੰਜਾਬੀ ਕਹਾਣੀ ਦਾ ਕੈਨਵਸ ਜਿੰਨਾ ਖਿਲਰਦਾ ਚਲਾ ਗਿਆ ਉਹ ਨਹੀਂ ਕਹਾਣੀ ਚ ਉਹ ਸਤਾਨ ਦੀ ਚਲੀ ਗਈ ਹੂੰ ਹੂੰ ਕੁਮਨ ਸਾਹਿਬ ਦਾ ਦੌਰ ਤੇ ਬਾਅਦ ਚ ਆਇਆ ਨਾ ਉਦੋਂ ਤੱਕ ਪੰਜਾਬੀ ਕਹਾਣੀ ਦਾ ਦੂਜਾ ਦੌਰ ਆ ਚੁੱਕਿਆ ਸੀ ਕਿ ਰਵਾਇਤੀ ਕਹਾਣੀ ਫਜ਼ੂਲ ਕਹਾਣੀ ਕੱਚੀ ਕਹਾਣੀ ਨਾਲੋਂ ਬਿਹਤਰ ਕਹਾਣੀ ਲਿਖੀ ਜਾ ਰਹੀ ਹੈ ਉਹ ਰਾਜ ਕੁਆਂਟੀਟੀ ਔਰ ਕੁਆਲਿਟੀ ਜਿਹੜੀ ਦੋਵੇਂ ਹੀ ਤੁਹਾਨੂੰ ਨਜ਼ਰ ਆ ਰਹੀ ਹੈ ਕੁਆਂਟੀਟੀ ਵੀ ਕਾਫੀ ਕੁਆਲਿਟੀ ਤੇ ਅਸੀਂ ਪਹਿਲਾਂ ਇੰਪਰੂਵ ਕਰ ਲਈ ਸੀ ਨਾ ਕੁਆਂਟੀਟੀ ਪੱਖੋਂ ਕਿਸੇ ਪਾਸੋਂ ਇਹ ਕੁਮਨ ਸਾਹਿਬ ਨੇ ਕਿਤਾਬ ਤਰਤੀਬ ਦਿੱਤੀ ਵੰਡ ਉਸ ਦੀ ਬਾਦ ਦਾ ਦੂਜਾ ਇਸ ਪੰਜ ਸਿਆਚ ਵੰਡ ਬਾਰੇ ਕਹਾਣੀ ਹੈ ਉਹਨਾਂ ਨੇ 500 600 ਕਹਾਣੀ ਹੈ ਜੀ ਦੋ ਮجموعੇ ਆਏ ਨੇ ਪਹਿਲੇ ਦੋ ਗੁੱਸੂ ਕਹਾਣੀਆਂ ਪਰ ਕਿ ਫਖਰ ਦਾ احساس ਹੁੰਦਾ ਹੈ ਕਿ ਲੱਗਦਾ ਹੈ ਕਿ ਤੇ ਯੂਰਪ ਵਾਲੇ ਵੀ ਇਹੋ ਜਿਹੀ ਕਹਾਣੀ ਲਿਖ ਰਹੇ ਨੇ ਮੋਬਸਨ ਹੈ ਜਾਂ ਚੇਖੋਵ ਦੇ ਜਿਹੜੀ ਕਹਾਣੀ ਲਿਖੀ ਜਾਂ ਉਸਮਰ ਨਾਮ ਨੇ ਉਹੋ ਜਿਹੀ ਕਹਾਣੀ ਸਾਡੇ ਪੰਜਾਬੀ ਕਹਾਣੀਕਾਰ ਲਿਖ ਚੁੱਕੇ ਨੇ ਸਹੀ ਡਾਕਟਰ ਸਾਹਿਬ ਵਕਤ ਦੀ ਕਿੱਲਤ ਆਖਰੀ ਸਵਾਲ ਤੁਹਾਡੇ ਤੋਂ ਇਹ ਵੇ ਕਿ ਬਤੌਰ ਕਹਾਣੀਕਾਰ ਹਰ ਕਿਸੇ ਦਾ ਇੱਕ ਪ੍ਰੋਸੈਸ ਹੁੰਦਾ ਇੱਕ ਕਹਾਣੀਕਾਰ ਅਬਜ਼ਰਵ ਕਰਦਾ ਚੀਜ਼ਾਂ ਨੂੰ ਕਹਾਣੀ ਨੂੰ ਦਿਲ ਵਿੱਚ ਰੱਖਦਾ ਪਕਾਂਦਾ ਅਠਾਰੀ ਲਿਖਦਾ ਕਈ ਤਰੀਕੇ ਕਰ ਹੋ ਸਕਦੇ ਨੇ ਕਰੈਕਟਰ ਨੂੰ ਅਬਜ਼ਰਵ ਕਰਕੇ ਉਹਨੂੰ ਕਿਤੇ ਕਹਾਣੀ ਚ ਲਿਆਉਣਾ ਜੋ ਵੀ ਤੁਹਾਡਾ ਪ੍ਰੋਸੈਸ ਕਹਾਣੀ ਲਿਖਣ ਦਾ ਕੀ ਹੈ ਜੀ ਮੈਨ ਤੁਸੀਂ ਆਪ ਚੁੱਕ ਕੇ ਕਹਾਣੀ ਕਰਦੇ ਤਾਂ ਪ੍ਰੋਸੈਸ ਤੁਸੀਂ ਬਿਆਨ ਕਰ ਦਿੱਤਾ ਸਾਰਾ ਕਹਾਣੀ ਇਸੇ ਤਰ੍ਹਾਂ ਲਿਖੀ ਜਾਂਦੀ ਹੈ ਇਹ ਹੋਵੇ ਕਿ ਤੁਸੀਂ ਕਹਾਣੀ ਨੂੰ ਕਿੰਨਾ ਚਿਰ ਆਪਣੇ ਅੰਦਰ ਰੱਖਦੇ ਹੋ ਕਿੰਨਾ ਪਕਾਂਦੇ ਹੋ ਉਨੀ ਖੂਬਸੂਰਤ ਕਹਾਣੀ ਜਿਹੜੀ ਉਹ ਲਿਖੀ ਜਾਂਦੀ ਹੈ ਕਹਾਣੀ ਲਿਖਣਾ ਇੱਕ ਬੜਾ ਖੂਬਸੂਰਤ ਕੰਮ ਹੈ ਉਹ ਬਾਗੇ ਪਾਰ ਦੇ ਕਿ ਲਿਖਾਰੀ ਸਨ ਉਹਨਾਂ ਨੇ ਕਿਹਾ ਕਿ ਇੱਕ ਐਸੀ ਚੀਜ਼ ਜਿਹੜੀ ਵਜੂਦ ਹੀ ਨਹੀਂ ਰੱਖਦੀ ਤੁਸੀਂ ਉਹਨਾਂ ਨੂੰ ਉਹਨੂੰ ਵਜੂਦ ਵਿੱਚ ਲਿਆਉਂਦੇ ਹੋ ਖਾਲਕ ਵਰਗਾ ਕੰਮ ਹੈ ਤੁਸੀਂ ਤਖਲੀਕ ਕਰ ਰਹੇ ਹੁੰਦੇ ਹੋ ਤਖਲੀਕ ਦਾ ਕੰਮ ਹਮੇਸ਼ਾ ਮਜ਼ੇਦਾਰ ਲੱਗਦਾ ਹੈ ਤੁਸੀਂ ਜਦੋਂ ਲਿਖ ਲੈਂਦੇ ਹੋ ਤੁਹਾਨੂੰ ਇੱਕ ਇਤਮਿਨਾਨ ਹੁੰਦਾ ਹੈ ਕਿ ਮੈਂ ਇੱਕ ਖੂਬਸੂਰਤ ਚੀਜ਼ ਤਹਿਰੀਰ ਕੀਤੀ ਹੈ ਦੂਜੇ ਵੀ ਪੜਦੇ ਨੇ ਦਾਤ ਦੇਂਦੇ ਨੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਤਾਂ ਇੱਕ ਵੱਡਾ ਕੰਮ ਕਰ ਦਿੱਤਾ ਹੈ ਖੂਬਸੂਰਤ ਚੀਜ਼ ਲਿਖੀ ਕੜਨ ਵਾਲਾ ਕਿਹੜੀ ਕਹਾਣੀ ਸੀ ਜਿਨੇ ਤੁਹਾਨੂੰ ਤੰਗ ਬੜਾ ਕੀਤਾ ਕਿਉਂਕਿ ਕੁਝ ਕਹਾਣੀਆਂ ਤੰਗ ਕਰਦੀਆਂ ਨੇ ਉਹ ਬੜੇ ਧੇਰ ਨਾਲ ਕਹਾਣੀਆਂ ਸਾਰੀਆਂ ਹੀ ਤੰਗ ਕਰਦੀਆਂ ਨੇ ਵੈਸੇ ਤੇ ਇੱਕ ਇਹ ਪਿੱਛੇ ਜੇ ਮੈਂ ਕਹਾਂ ਲੇ ਹਿਨਾਪਾ ਅੱਛਾ ਉਹ ਬੰਗਾਲ ਦੇ ਪਸਵਾਂ ਜ਼ਰ ਦੀ ਕਹਾਣੀ ਹਿਨਾਪਾ ਇੱਕ ਮੇਰੇ ਤੋਂ ਕੋ ਦੋ ਤਿੰਨ ਸਾਲ ਮੇਰੇ ਉਹਦੇ ਦੋ ਭਰਾ ਮੇਰੇ ਕਲਾਸ ਫੈਲ ਹੁੰਦੇ ਸੀ ਸਕੂਲ ਫੈਲੋ ਇੱਕ ਇੱਕ ਕਲਾਸ ਅੱਗੇ ਸੀ ਇੱਕ ਪਿੱਛੇ ਸੀ ਤੇ ਹਿਨਾਪਾ ਬੜੀ ਖੂਬਸੂਰਤ ਸੀ ਬੰਗਾਲ ਦਾ ਕਈ ਬੜੀਆਂ ਬੰਗਾਲ ਦਾ ਜਾਦੂ ਐਵੇਂ ਨਹੀਂ ਮਸ਼ਹੂਰ ਹੂੰ ਤੇ ਉਹਤ ਮਕਾਨੀ ਲਿਖਣੀ ਚਾਹੁੰਦਾ ਸੀ ਮੈਨੂੰ ਕੋ ਲਿਖੀ ਨਹੀਂ ਸੀ ਜਾ ਰਹੀ ਯਾਨੀ 50 ਸਾਲ ਬਾਅਦ 50 ਸਾਲ ਇੱਕ ਤਰ ਦੇਚ ਮੈਂ ਵੇਖਿਆ ਜਾਂ 70 ਇਚ 50 ਸਾਲ ਬਾਅਦ ਮੈਂ ਉਹ ਕਹਾਣੀ ਲਿਖੀ ਉਹ ਵੀ ਇਸ ਤਰ੍ਹਾਂ ਨੈਟ ਦਾ ਪਲਾ ਹੋਵੇ ਕਿ ਨੈਟ ਤੇ ਉਸ ਸਮਾਂ ਵਿੱਚ ਕਲਾਸ ਵਿੱਚ ਬੰਗਾਲੀ ਨਾ ਤਾਂ ਇੱਕ ਉਸਤਾਦ ਮਹਤਮਰ ਨੇ ਸੁਣਾਈ ਸੀ ਬੱਚਿਆਂ ਕੋ ਵੀ ਸੁਣਦੇ ਸਨ ਉਹ ਮੈਂ ਤਲਾਸ਼ ਕੀਤੀ ਨੈਟ ਉੱਤੇ ਤੋਂ ਨੈਟ ਉੱਤੇ ਪਈ ਸੀ ਉਹ ਹੀ ਨਾਟ ਉਹ ਵੇਖੀ ਮੈਂ ਤੇ ਇੱਕ ਦੋ ਹੋਰ ਗਾਣੇ ਸੁਣੇ ਸਨ ਉਹ ਨੈਟ ਦੇ ਉੱਤੇ ਮਿਲ ਜਾਂਦੇ ਨੇ ਅੱਜ ਕੱਲ ਉਹ ਸੁਣਦਾ ਬੰਦਾ ਫਿਰ ਮੈਂ ਉਸੇ ਦੌਰ ਵਿੱਚ ਪਹੁੰਚ ਗਿਆ ਫਿਰ ਮੇਰੇ ਕੋਲ ਉਹ ਕਹਾਣੀ ਲਿਖੀ ਗਈ

और अगले प्रोग्राम में बड़ी मेहरबानी मेहरबाना भी बहुत बहुत शुक्रिया नाजरीन आ, वेला हो गया निकी जी ब्रेक तो ब्रेक पर जावे मुड़ के वापस आवाने एक होर प्राणे साढ़े नाल होना नाल ਜੀ ਮੁੜ ਕੇ ਵਾਪਸ ਆ ਗਏ ਆ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ ਮੇਰਾ ਨਾਮ ਅਲੀ ਉਸਮਾਨ ਬਾਜਵਾ ਹੈ ਪ੍ਰੋਗਰਾਮ ਅੱਜ ਦਾ ਮਹਿਮਾਨ ਚੱਲਦਾ ਪਿਆ ਬ੍ਰੇਕ ਤੋਂ ਪਹਿਲੇ ਡਾਕਟਰ ਜਮੀਲ ਅਹਿਮਦ ਪਾਲ ਸਾਹਿਬ ਨਾਲ ਟੇਰਾ ਟੇਰ ਗੱਲਾਂ ਹੋਈਆਂ ਔਰ ਬਹੁਤ ਕੁਝ ਤੁਸੀਂ ਸਿੱਖਿਆ ਹੋਣਾ ਪੰਜਾਬੀ ਜ਼ੁਬਾਨ ਦੀ ਤਹਿਰੀਕ ਤੋਂ ਲੈ ਕੇ ਅੱਜ ਕੱਲ ਪੰਜਾਬੀ ਅਦਬ ਚ ਕੀ ਹੋ ਰਿਹਾ ਪਰਚਾਕਾਰੀ ਸਹਾਫਤ ਜਾਂ ਹੋਰ ਉਹ ਸਾਰੇ ਤੋਖਲੇ ਸਾਰੇ ਖਦਸ਼ੇ ਸਾਰੇ ਸਵਾਲ ਜਿਹੜੇ ਤੁਹਾਡੇ ਜ਼ਿਹਨ ਵਿੱਚ ਹੁੰਦੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਛੋਟਾ ਮੋਟਾ ਜਵਾਬ ਮਿਲਿਆ ਹੋਣਾ ਔਰ ਤੁਸੀਂ ਚਿੱਠੀ ਲਿਖ ਕੇ ਇਸ ਬਾਰੇ ਜ਼ਰੂਰ ਦੱਸ ਸਕਦੇ ਹੋ ਸਾਡੇ ਸਟੂਡੀਓ ਵਿੱਚ ਦੋ ਹੋਰ ਪ੍ਰੋਣੇ ਇਸ ਟਾਈਮ ਮੌਜੂਦ ਨੇ ਔਰ ਇੱਕ ਜਿਹੜੇ ਪ੍ਰਾਣੇ ਨੇ ਉਹ ਸਿਹਤ ਦੇ ਹਵਾਲੇ ਨਾਲ ਉਹਨਾਂ ਦਾ ਤਾਲੁਕ ਹੈ ਉਹ ਦੰਦਾਂ ਦਾ ਖਿਆਲ ਇਸ ਤਰ੍ਹਾਂ ਰੱਖਦੇ ਨੇ ਕਿ ਅਸੀਂ ਗਾਣਾ ਗਾ ਸਕੀਏ ਇਸ ਲਈ ਨਾਲ ਇੱਕ ਸਿੰਗਰ ਵੀ ਮੌਜੂਦ ਨੇ ਦੋਵਾਂ ਦਾ ਤਾਰਫ ਤੁਹਾਡੇ ਨਾਲ ਕਰਾਂਦਾ ਚੱਲਣਾ ਜਨਾਬ ਸਪੈਸ਼ਲਾਈਜੇਸ਼ਨ ਇਨ ਡੈਂਟਲ ਇੰਪਲਾਂਟਸ ਔਰ ਇਸੇ ਤਰ੍ਹਾਂ ਸਰਟੀਫਿਕੇਸ਼ਨ ਹੈ ਨਾ ਡੈਂਟਲ ਇੰਪਲਾਂਟ ਚਿਕੀਤੀ ਕੋਰੀਆ ਵਰਗੇ ਮੁਲਕ ਦੇ ਵਿੱਚ ਪਤਾ ਨਹੀਂ ਉਹ ਤੇ ਕੀ ਖਾਂਦੇ ਸਣ ਜਾਂ ਕੀ ਗੱਲਾਂ ਕਰਦੇ ਹੋਣਗੇ ਵੀ ਉਹਨਾਂ ਕੋਲ ਪੁੱਛਾਂਗੇ ਡਾਕਟਰ ਇਮਰਾਨ ਜ਼ਿਆ ਸਾਡੇ ਨਾਲ ਮੌਜੂਦ ਨੇ ਅਸਲਾਮੁਅਲੈਕਮ ਜੀ ਵੈਲਕਮ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕਿ ਐਸੀ ਤਬੀਅਤ ਹੈ ਅੱਲਾ ਦਾ ਸ਼ੁਕਰ ਤੁਹਾਡੀ ਮਿਹਰਬਾਨੀ ਜੀ ਬਿਲਕੁਲ ਨਾਜ਼ਰੀਨ ਹੋਰ ਇਹਨਾਂ ਦੇ ਨਾਲ ਇੱਕ ਨੌਜਵਾਨ ਸਿੰਗਰ ਗਾਇਕ ਗੁਲੁਕਾਰਾ ਮੌਜੂਦ ਹੈ ਗਿਆਨੇ ਗਵਰਨਮੈਂਟ ਕਾਲਜ ਯੂਨੀਵਰਸਿਟੀ ਦੀ ਬਹੁਤ ਪੁਰਾਣੀ ਤਾਰੀਖੇ 150 ਸਾਲਾ ਪੁਰਾਣੀ ਯੂਨੀਵਰਸਿਟੀ ਦੇ ਵਿੱਚ ਇੱਕ ਅਦਦ ਸੋਸਾਇਟੀ ਹੈ ਸੋਸਾਇਟੀ ਤਾਂ ਵੈਸੇ ਬਹੁਤ ਜ਼ਿਆਦਾ ਹਨ ਉਹਨਾਂ ਚ ਇੱਕ ਸੋਸਾਇਟੀ ਦਾ ਨਾਂ ਹੈ ਨੈਮਸ ਰਾਵੀਅਨ ਜੋ ਨੂੰ ਨੈਮਸ ਕਹਿੰਦੇ ਨੇ ਵੈਸੇ ਆਫੀਸ਼ੀਅਲੀ ਨਜ਼ੀਰ ਅਹਿਮਦ 뮤ਜ਼ਿਕ ਸੁਸਾਇਟੀ ਨੂੰ ਕਿਹਾ ਜਾਂਦਾ ਪਰ ਨਜ਼ੀਰ ਅਹਿਮਦ ਸਾਹਿਬ ਨੇ ਇਹ ਸੁਸਾਇਟੀ ਜਿਹੜੀ ਹੈ ਕਦੋਂ ਬਣਾਈ ਸੀ ਇਹ ਸੀ ਸਾਡੀ ਪ੍ਰਾਣੀਆਂ ਜਿਹੜੀਆਂ ਉਹਨਾਂ ਕੋਲ ਪੁੱਛਾਂਗੇ ਡਰਾਮੈਟਿਕ ਸੁਸਾਇਟੀ ਹੋ ਜਾਏ ਡਿਬੇਟਿੰਗ ਹੋ ਜਾਏ ਜਾਂ ਇਸ ਤਰ੍ਹਾਂ ਦੀਆਂ ਹੋਰ ਸੁਸਾਇਟੀਆਂ ਇਸ ਯੂਨੀਵਰਸਿਟੀ ਦੀਆਂ ਮੰਨੀਆਂ ਪਰ ਮੰਨੀਆਂ ਨੇ ਲੇਕਿਨ ਨੈਮਸ ਦੇ ਆਪਣੇ ਰੰਗ ਨੇ ਕਿਉਂਕਿ ਇਹ ਸੋਰਬ ਖੇਰਦੇ ਨੇ 올 ਪਾਕਿਸਤਾਨ 뮤ਜ਼ਿਕ ਕਾਨਫਰੰਸ ਹੋਵੇ ਜਾਂ ਕਿਸੇ ਵੀ ਹੋਰ ਜਗ੍ਹਾ ਤੇ ਜੀਸੀ ਦੀ ਰਿਪਰੈਜ਼ੈਂਟੇਸ਼ਨ ਹੋਵੇ ਤੇ ਇਹ ਸੁਸਾਇਟੀ ਕਰਦੀ ਅੱਛਾ ਜਦੋਂ ਦੀ ਇਹ ਬਣੀ ਹੈ ਮਜ਼ੇਦਾਰੀ ਗੱਲ ਹੈ ਕਿ ਇਹਦੇ ਵਿੱਚ ਹਮੇਸ਼ਾ ਮੇਲ ਪ੍ਰੈਜ਼ੀਡੈਂਟ ਮੇਲ ਸਟੂਡੈਂਟਸ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਰਹੇ ਇਹ ਪਹਿਲੀਆਂ ਨੇ ਇਹ ਫੀਮੇਲ ਪ੍ਰੈਜ਼ੀਡੈਂਟ ਜਿਹੜੀਆਂ ਪਿਛਲੇ ਸਾਲ ਬਣਾਈਆਂ ਗਈਆਂ ਇਹ ਅਜ਼ਾਜ਼ੇ ਨਾਲੋਂ ਕੋਈ ਨਹੀਂ ਖੋ ਸਕਦਾ ਤੇ ਸਾਡੇ ਨਾਲ ਮੌਜੂਦ ਨੇ ਜਨਾਬ ਉਮੇ ਲੈਲਾ ਅਸਲਾਮੁਅਲੈਕਮ ਵੈਲਕਮ ਅਮੇ ਲੈਲਾ ਕਿਸੀ ਤਬੀਅਤ ਮੈਂ ਬਿਲਕੁਲ ਠੀਕ ਤੁਸੀਂ ਸੁਣਾਓ ਕਿਵੇਂ ਕਾਲਜ ਦੇ ਹਾਲਾਤ ਵੈਸੇ ਹੀ ਨੇ ਅਸੀਂ ਰੰਗੀਨੀ ਹੈ ਵੈਸੀ ਖੁਸ਼ੀ ਹੈ ਹਾਂ ਜੀ ਵੈਸੇ ਹੀ ਹੈ ਤੇ ਅਸੀਂ ਦੁਆ ਕਰਨੇ ਆ ਕਿ ਅੱਗੇ ਵੀ ਅੰਜੀ ਰਵੇ ਬਿਲਕੁਲ ਇਸ ਤਰ੍ਹਾਂ ਅੱਛਾ ਉਮੇ ਲੈਲਾ ਤੁਸੀਂ ਸਟਾਰਟ ਕਰਨੀ ਹੈ ਇੱਕ ਤੇ ਸਾਨੂੰ ਦੱਸੋ ਕਿ ਜੀ ਹੈ ਨੈਮਸ ਕਦੋਂ ਬਣਦੀ ਹੈ ਔਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਕਹਿੰਦੇ ਇੱਕ ਤਰ੍ਹਾਂ ਦਾ ਇਜ਼ਾਜ਼ ਹੈ ਬੀਇੰਗ ਅ ਫਰਸਟ ਫੀਮੇਲ ਪ੍ਰੈਜ਼ੀਡੈਂਟ ਆਫ ਨੈਮਸ ਤੇ ਇਹਨੂੰ ਸੋਚ ਕੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਮਿਊਜ਼ਿਕ ਸੁਸਾਇਟੀ ਜਿਹੜੀ ਹੈ ਇਹ ਪਹਿਲੇ ਕਲਚਰ ਕਲੱਬ ਦੇ ਨਾਂ ਤੋਂ ਹੁੰਦੀ ਸੀ ਗਵਰਨਮੈਂਟ ਕਾਲਜ ਦੇ ਵਿੱਚ ਉਹਦੇ ਵਿੱਚ ਮਿਊਜ਼ਿਕ ਤੇ ਦੂਸਰੀ ਐਕਟੀਵਿਟੀਆਂ ਵੀ ਕੀਤੀਆਂ ਜਾਂਦੀਆਂ ਸਨ ਤੇ ਬਾਅਦ ਚ ਡਾਕਟਰ ਨਜ਼ੀਰ ਅਹਿਮਦ ਦੀ ਵਫਾਤ ਤੋਂ ਬਾਅਦ ਉਹਨਾਂ ਨੇ ਇਹਦੀ ਬੁਨਿਆਦ ਰੱਖੀ ਸੀ ਇਹਨੂੰ ਮਿਊਜ਼ਿਕ ਸੁਸਾਇਟੀ ਬਣਾਇਆ ਸੀ ਤੇ ਉਹਨਾਂ ਦੀ ਵਫਾਤ ਤੋਂ ਬਾਅਦ ਇਹਨਾਂ ਨੂੰ ਐ ਸੁਸਾਇਟੀ ਨੂੰ ਨਜ਼ੀਰ ਅਹਿਮਦ ਮਿਊਜ਼ਿਕ ਸੁਸਾਇਟੀ ਦਾ ਨਾਂ ਦਿੱਤਾ ਗਿਆ ਉਹਨਾਂ ਨੂੰ ਟ੍ਰਿਬਿਊਟ ਪ੍ਰੇਸ਼ ਕਰਨ ਵਾਸਤੇ ਤੇ ਇਹਦਾ ਕਸਟਮ ਸੀ ਇਹਦਾ ਰਿਵਾਜ ਸੀ ਫਰਾਨੀ ਸਾਹਿਬ ਨੇ ਇਹਨੂੰ ਵੇਖਿਆ ਨੀ ਸਾਰੇ ਜ਼ਿੰਦਗੀ ਐ ਸੋਸਾਇਟੀ ਦੇ ਨਾਂ ਕਰਦੀ ਐ ਦੀ ਖidmat ਕੀਤੀ ਤੇ ਐਦਾ ਰਿਵਾਜ ਸੀ ਕਿ ਜੋ ਮੁੰਡੇ ਹੁੰਦੇ ਸੀ ਉਹ ਇਹਨੂੰ ਵੇਖਦੇ ਸੀ ਬਤੌਰੇ ਸਦਰ ਜਾਂ ਪ੍ਰੈਜ਼ੀਡੈਂਟ ਐਦੀ ਸਾਰੇ ਕੰਮ ਕਰਦੇ ਸੀ ਇਹਨੂੰ ਐਦੀ ਲੀਡਰਸ਼ਿਪ ਕਰਦੇ ਸੀ ਤੇ ਕੁੜੀਆਂ ਨੂੰ ਐ ਮੌਕਾ ਨਹੀਂ ਫਰਾਮ ਕੀਤਾ ਜਾਂਦਾ ਸੀ ਉਹ ਉਹਦੇ ਪਿੱਛੇ ਇਹ ਮਕਸਦ ਸੀ ਕਿ ਉਹ ਸਮਝਦੇ ਸੀ ਕਿ ਕੁੜੀਆਂ ਇੰਨਾ ਕੰਮ ਨਹੀਂ ਕਰ ਸਕਦੀਆਂ ਜਾਂ ਰਾਤ ਤੱਕ ਰੁਕ ਨਹੀਂ ਸਕਦੀਆਂ ਕਿ ਇਵੈਂਟਸ ਅਕਸਰ ਹੀ ਜਿਹੜੇ ਹੁੰਦੇ ਨੇ ਐ 뮤직 ਦੇ ਹਵਾਲੇ ਤੋਂ ਬੜੇ ਲੇਟ ਤੱਕ ਜਾਂਦੇ ਨੇ ਜਾਂ 9 10 ਵਜ ਜਾਂਦੇ ਨੇ ਤੇ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਨੇ ਕਿ ਸਾਡੀ ਤਿਆਈ ਨਹੀਂ ਹੈ ਤੇ ਉਹ ਸਮਝਦੇ ਸੀ ਕਿ ਬਾਹਰ ਆਣਾ ਜਾਣਾ ਇਹ ਸੇਫ ਨਹੀਂ ਹੈ ਉਹਨਾਂ ਦੇ ਵਾਸਤੇ ਸੋ ਐ ਐਨਜੀ ਹੁੰਦਾ ਸੀ ਕਿ ਉਹਨਾਂ ਨੂੰ ਨਹੀਂ ਬਣਾਉਂਦਾ ਜਾਂਦਾ ਸੀ ਅ ਮਗਰ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਨੀ ਆ ਇਸ ਮਾਮਲੇ ਵਿੱਚ ਕਿ ਜਿਹੜਾ ਸਾਲ ਗੁਜ਼ਰਿਆ ਆਇਆ ਹੈ ਇਹਦੇ ਵਿੱਚ ਮੈਨੂੰ ਇਹ ਇਜ਼ਾਜ਼ ਬਖਸ਼ਿਆ ਗਿਆ ਮੈਂ ਇਹਦੇ ਵਾਸਤੇ ਆਵਾਜ਼ ਬੁਲੰਦ ਕੀਤੀ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਬਹੁਤ ਸਾਡੀ ਸਪੋਰਟ ਕੀਤੀ ਮੇਰੀ ਦਰਖਾਸਤ ਸੁਣੀ ਤੇ ਮੇਰੀ ਇਲਤਜਾ ਸੁਣੀ ਤੇ ਸਾਰੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੇਖਦੇ ਹੋਏ ਕਿ ਅਗਰ ਇਹ ਕੁੜੀ ਕਹਿ ਰਹੀ ਹੈ ਤੇ ਇਹਦੇ ਵਿੱਚ ਇਹਦੀ ਕਾਬਲੀਅਤ ਹੈ ਕਿ ਇਹ ਸੰਭਾਲ ਸਕੇ ਜਾਂ ਚੀਜ਼ਾਂ ਨੂੰ ਮੈਨੇਜ ਕਰ ਸਕੇ ਲੈ ਕੇ ਚੱਲ ਸਕੇ ਤੇ ਸਾਡੀ ਐਡਵਾਈਜ਼ਰ ਮੈਡਮ ਕਾਨਿਤਾ ਸ਼ਾਹ ਔਰ ਹਿਸਟਰੀ ਦੀ ਪਹਿਲੀ ਫੀਮੇਲ ਐਡਵਾਈਜ਼ਰ ਨੇ ਤੇ ਮੈਂ ਫਰਸਟ ਫੀਮੇਲ ਵਰਕਿੰਗ ਪ੍ਰੈਜ਼ੀਡੈਂਟਾਂ ਇੱਕ ਚੀਜ਼ ਮੈਂ ਸ਼ਾਮਿਲ ਕਰਦੀ ਜਾਵਾਂ ਕਿ ਮੇਰੇ ਤੋਂ ਪਹਿਲੇ ਇੱਕ ਇੱਕ ਕੁੜੀ ਐਜ਼ ਅ ਕੋ ਪ੍ਰੈਜ਼ੀਡੈਂਟ ਅਪਾਇੰਟ ਹੋਈ ਸੀ ਮੇਲ ਪ੍ਰੈਜ਼ੀਡੈਂਟ ਤੋਂ ਮਤਲਬ ਕਿ ਜੋ ਪ੍ਰੈਜ਼ੀਡੈਂਸੀ ਉਹ ਮੇਲ ਸੀ ਤੇ ਕੁੜੀ ਕੋ ਕੋ ਪ੍ਰੈਜ਼ੀਡੈਂਸੀ ਮਤਲਬ ਕਿ ਉਹਨੂੰ ਫੁੱਲ ਜਿਹੜੀ ਲੀਡਰਸ਼ਿਪ ਹੈ ਉਹ ਨਹੀਂ ਗ੍ਰਾਂਟ ਕੀਤੀ ਗਈ ਸੀ ਤੇ ਮੈਂ ਅਲਹਮਦੁਲਿਲਾ ਵਿਦਆਊਟ ਐਨੀ ਮੇਲ ਸਪੋਰਟ ਜਾਂ ਵਿਦਆਊਟ ਐਨੀ ਮੇਲ ਪਾਰਟਨਰ ਤੇ ਲੈ ਕੇ ਚੱਲ ਰਹੀ ਹਾਂ ਤੇ ਹੁਣ ਤੇ ਮੈਨੂੰ ਸਾਲ ਵਾਲਾ ਹੈ ਤੇ ਬਸ ਕੁਝ ਦਿਨਾਂ ਦੇ ਮਹਿਮਾਨ ਆ ਅੱਛਾ ਬੜੀ ਖੁਸ਼ੀ ਦੀ ਗੱਲ ਹੈ ਔਰ ਔਰ ਮੈਂ ਪਾਵਰਮੈਂਟ ਤੁਸੀਂ ਕਰ ਰਹੇ ਹੋ ਇਸ ਛੋਟੇ ਜਿਹੇ ਪਲੇਟਫਾਰਮ ਦੇ ਉੱਤੇ ਔਰ ਹਰ ਜਗ੍ਹਾ ਹੋਣੀ ਚਾਹੀਦੀ ਹੈ ਔਰ ਜਿਹੜੇ ਸੀਨੀਅਰਸ ਹਨ ਉਹਨਾਂ ਦੇ ਨਾਲ ਚ ਆਪਣੀ ਕੋਈ ਗੱਲ ਹੋਵੇਗੀ ਲੇਕਿਨ ਸਵਾਣੀਆਂ ਜਿ ਕਿੰਨੀ ਤੌਰ ਤੇ ਲੀਡਰਸ਼ਿਪ ਰੱਖਦੀਆਂ ਨੇ ਕਰਦੀਆਂ ਨੇ ਔਰ ਪਾਕਿਸਤਾਨ ਹੀ ਉਹ ਮਲਕ ਹੈ ਜਿਹਦੇ ਵਿੱਚ ਪਹਿਲੀ ਫੀਮੇਲ ਪ੍ਰੈਜ਼ੀਡੈਂਟ ਇਸਲਾਮਿਕ ਵਰਡ ਦੇ ਵਿੱਚ ਹੁੰਦੀ ਹੈ ਮਹਤਰਮਾ ਬੇਨਜ਼ੀਰ ਭੁੱਟੋ ਦੀ ਅਗਰ ਅਸੀਂ ਗੱਲ ਕਰਦੇ ਆ ਅੱਛਾ ਡਾਕਟਰ ਸਾਹਿਬ ਜਿਹੜੇ ਦਿਲ ਦੇ ਜਿਹੜੇ ਡਾਕਟਰ ਹੁੰਦੇ ਨੇ ਜਾਂ ਬ੍ਰੇਨ ਦੇ ਜਾਂ ਉਹਨਾਂ ਦੇ ਹੋਰ ਟੌਰ ਹੁੰਦੇ ਨੇ ਅਗਰ ਪਿੰਡਾਂ ਦੀ ਗੱਲ ਕਰਾਂ ਲੇਕਿਨ ਡੈਂਟਿਸ ਦੇ ਉਹ ਟੌਰ ਕਿਉਂ ਨਹੀਂ ਹੁੰਦੇ ਇੱਕ ਤਾਂ ਇਹ ਦੱਸੋ ਔਰ ਤੁਸੀਂ ਡੈਂਟਿਸਟਰੀ ਜਿਹੜੀ ਉਹਨੂੰ ਤੁਸੀਂ ਪਰਸ਼ੂ ਕੀਤਾ ਔਰ ਜ਼ਿਆਦਾਤਰ ਲੋਕ ਜਿਹੜੇ ਨੇ ਇੱਥੇ ਮੰਨਿਆ ਜਾਂਦਾ ਕਿ ਉਹ ਇਸ ਤਰ੍ਹਾਂ ਦੇ ਸ਼ੋਭੇ ਦਿਲ ਦਾ ਹੋ ਗਿਆ ਦਿਮਾਗ ਦਾ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਕਰਦੇ ਨੇ ਫਿਰ ਡੈਂਟਿਸ ਵਿਚਾਰਾ ਥੋੜਾ ਅਨਸੰਗ ਹੀਰੋ ਕਿਉਂ ਬਣ ਗਿਆ ਸਾਡੀ ਸੋਸਾਇਟੀ ਦੇ ਵਿੱਚ असल जो हाले भी तुम देखो तो आबादी के हिसाब न मेडिकल डॉक्टर हाले भी घटने वो इसलिए ज़्यादा नज़र आते हैं शहर च उन्हों की इरतकाज़ ज़्यादा कॉन्सनट्रेस ज्यादा है पिंडा था डॉक्टर जाना पसंद नहीं करते बहुत सारी वजूहत ने डेंटिस्ट वैसे ही घटने ना कि जो सारे मेरे घर फैमिली डॉक्टर ने मैडिकल डॉक्टर ने तो मैं एक अद्धा डेंटिस्ट बन के देखा और अल्लाह तला ने फैसला सही किया ਹਮ ਵਧੀਆ ਹੋ ਗਿਆ ਬਿਲਕੁਲ ਫਿਟ ਡੈਂਟਿਸਟਰੀ ਬਿਲਕੁਲ ਵਧੀਆ ਤੁਸੀਂ ਇਸੇ ਲਈ ਬਣੇ ਹੋ ਇਸੇ ਲਈ ਪੈਦਾ ਹੋਏ ਹੋ ਕਿ ਤੁਸੀਂ ਦੰਦਾਂ ਦਾ ਇਲਾਜ ਕਰਦੇ ਹੋ ਇਹ ਵਧੀਆ ਗੱਲ ਹੈ ਕਿ ਤੁਸੀਂ ਵੀ ਗਵਰਨਮੈਂਟ ਕਾਲਜ ਯੂਨੀਵਰਸਿਟੀ ਤੋਂ ਤੁਹਾਡੇ ਤਾਲੁਕ ਹੈ ਔਰ ਤੁਹਾਡਾ ਵੀ ਔਰ ਮੇਰਾ ਵੀ ਸੋਤ ਰਹਿ ਰਹੀਆਂ ਜਿਹੜੇ ਨੇ ਉਹ ਐਸੇ ਤੇ ਅਸੀਂ ਮਿਲ ਬੈਠेंगे دیਵਾਨੇ 2 ਵਾਲਾ ਸਾਹਿਬ ਜੀ ਉਹਨਾਂ دیਵਾਨੇ 3 ਹੋ ਗਏ ਨੇ ਪਤਾ ਨਹੀਂ ਰੱਬ ਜਾਣੇ ਕੀ ਬਣਦਾ ਲੇਕਿਨ ਤੁਸੀਂ ਦੱਸ ਰਹੇ ਹੋ ਕਿ ਤੱਕ دیਵਾਨੇ ਤੇ 2 ਹੀ ਨੇ ਮੈਂ ਤੇ دیਵਾਨੀ ਆ ਅੱਛਾ ਇਹ ਵੀ ਠੀਕ ਹੈ ਫਿਰ ਵੀ ਮੈਨੂੰ ਪਾਵਰਮੈਂਟ ਆ ਗਈ ਤੇ ਪੂਰਾ ਸਾਲ ਗੁਜ਼ਰ ਗਿਆ ਤੁਹਾਨੂੰ ਤਕਰੀਬਨ ਸਰਦ ਕਰਦੇ ਆ ਨੈਮਸ ਨੂੰ ਔਰ ਫਰਾਨੀ ਸਾਹਿਬ ਦੀ ਯਾਦ ਜਿਹੜੀ ਉਹ ਆਉਂਦੀ ਹੈ ਹਮੇਸ਼ਾ ਕਿਉਂਕਿ ਜਦੋਂ ਮੈਂ ਪੜ ਰਿਆ ਸੀ ਉਹਦੇ ਫਰਾਨੀ ਸਾਹਿਬ ਨਾਲ ਮੁਲਾਕਾਤ ਹੋ ਰਹੀਂਦੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਚੀਜ਼ਾਂ ਥੋੜੀਆਂ ਡਗਮਗਾਈਆਂ ਆ ਆਲਪਕਸ ਮਿਊਜ਼ਿਕ ਕਾਨਫਰੰਸ ਦੀ ਵੀ ਸਾਈਡ ਪਰਫਾਰਮੈਂਸ ਜਿਹੜੀ ਇਹ ਉਹਨਾਂ ਦਿਨਾਂ ਦੇ ਵਿੱਚ ਥੋੜੀ ਜੀ ਡਾਵਾਂਡੋਲ ਰਹੀ ਮਗਰ ਅਸੀਂ ਉਹਨੂੰ ਵਿਨ ਕੀਤਾ ਤੇ ਟੀਮ ਟਰੋਫੀ ਲਿਫਟ ਵੀ ਕੀਤੀ ਮੈਂ ਉਹ ਪੁੱਛਣਾ ਚਾਹ ਰਿਹਾ ਹਾਂ ਸਾਲ ਵਿੱਚ ਟੀਮ ਟਰੋਫੀ ਅਸੀਂ ਲਿਫਟ ਕੀਤੀ ਅਲਹਮਦੁਲਿਲਾ ਚਾਹਾਂ ਤੁਹਾਡਾ ਕੰਪੀਟੀਸ਼ਨ ਵੀ ਮੈਂ ਉਹ イヤਸ ਕਰ ਰਿਹਾ ਕਿ ਪਿਛਲੇ ਕੁਝ ਸੇ ਤੋਂ ਉਹ ਨਹੀਂ ਸੀ ਆ ਰਹੀ ਟੀਮ ਟਰੋਫੀ ਸਾਡੀ ਆਈ ਸੀ ਵਿੱਚ ਜੇ ਇੱਕ ਪੈਚ ਆਇਆ ਸੀ ਜਿਹਦੇ ਵਿੱਚ ਥੋੜਾ ਪੰਜਾਬੀ ਯੂਨੀਵਰਸਿਟੀ ਲੀਡ ਕਰ ਰਹੀ ਸੀ ਫਿਰ ਤੁਸੀਂ ਮਤਲਬ ਆਂਦੇ ਹੋ ਜਾਂ ਬਾਕੀ ਟੀਮਾਂ ਹੁੰਦੀਆਂ ਔਰ ਚੀਜ਼ਾਂ ਦੁਬਾਰਾ ਰਿਦਮ ਬਚਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਹੜੇ ਮਸਾਇਲ ਜ਼ਿਆਦਾ ਰਹੇ ਪੂਰੇ ਸਾਲ ਦੇ ਵਿੱਚ ਬڑا ਔਖਾ ਹੋ ਗਿਆ ਕਿ ਬੜੀ ਪਰੇਸ਼ਾਨੀ ਹੋਈ ਹੋਵੇ ਕਿਸੇ ਵੀ ਚੀਜ਼ ਨੂੰ ਲੈ ਕੇ ਪਰ ਕਿਹੜਾ ਸਭ ਤੋਂ ਜ਼ਿਆਦਾ ਖੁਸ਼ੀ ਦਾ ਮਕਾਮ ਸੀ ਇਹ ਸਾਰੇ ਸਾਲ ਦੇ ਵਿੱਚ ਬੀਇੰਗ ਅ ਪ੍ਰੈਜ਼ੀਡੈਂਟ ਬੀਇੰਗ ਅ ਪ੍ਰੈਜ਼ੀਡੈਂਟ ਮੈਂ ਇਹ ਸਮਝਣੀਆਂ ਕਿ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਣੀਆਂ ਕਿ ਮੈਂ ਨੈਮਸ ਤੇ ਬੱਚਿਆਂ ਨੂੰ ਡਿਫਰੈਂਟ ਟੀਵੀ ਪਲੇਟਫਾਰਮਸ ਤੇ ਰੇਡੀਓ ਤੇ ਮੈਂ ਉਹਨਾਂ ਨੂੰ ਓਪਰਚ्युनिटीਜ਼ ਪ੍ਰੋਵਾਈਡ ਕੀਤੀਆਂ ਮੈਂ ਉਹਨਾਂ ਨੂੰ ਲੈ ਕੇ ਗਈ ਉਹਨਾਂ ਨੂੰ ਐਕਸਪੋਜ਼ਰ ਦਿੱਤਾ ਡਿਫਰੈਂਟ ਪਲੇਟਫਾਰਮਸ ਤੇ ਪਰਫਾਰਮ ਕਰਵਾਇਆ ਜੋ ਕਿ ਪਹਿਲੇ ਐਵੀ ਸਾਡਾ ਰੂਲ ਸੀ ਕਿ ਟੀਵੀ ਤੇ ਉਹ ਨਹੀਂ ਜਾਣ ਦਿੰਦੇ ਸੀ ਮੈਂ ਆਪ ਵੀ ਆਈ ਤੇ ਉਹਨਾਂ ਨੂੰ ਵੀ ਲੈ ਕੇ ਗਈ ਤੇ ਉਹਨਾਂ ਨੂੰ ਥੋੜਾ ਜਿਹਾ ਸੋਸ਼ਲ ਕੀਤਾ ਕਿ ਮਤਲਬ ਤੁਸੀਂ ਬਾਹਰ ਵੀ ਨਿਕਲ ਕੇ ਵੇਖੋ ਬਹੁਤ ਲੋਕ ਤੁਹਾਨੂੰ ਪਿਆਰ ਕਰਦੇ ਨੇ ਲੋਕਿ ਤੁਹਾਨੂੰ ਸੁਣਨਾ ਚਾਹੁੰਦੇ ਨੇ ਕਿ ਨਾਂਸ ਦੇ ਬੱਚੇ ਕਿਸ ਤਰ੍ਹਾਂ ਦੇ ਗਾਉਂਦੇ ਨੇ ਆ ਉਹਨਾਂ ਦੀ ਕਿਸ ਤਰ੍ਹਾਂ ਦੀ ਗਰੂਮਿੰਗ ਹੈ ਤੇ ਚੈਲੰਜਸ ਮੈਂ ਸਮਝਦੀ ਆ ਕਿ ਆਮ ਰੀਲੀ ਵੈਰੀ ਫੋਰਚੂਨੇਟ ਕਿ ਮੈਨੂੰ ਹਰ ਜਗ੍ਹਾ ਤੋਂ ਇੱਜ਼ਤ ਹੀ ਮਿਲੀ ਤੇ ਪਿਆਰ ਹੀ ਮਿਲਿਆ ਤੇ ਐਕਸੈਪਟੈਂਸੀ ਮਿਲੀ ਮੈਨੂੰ ਕਿਸੇ ਨੇ ਕਦੀ ਐ ਨਹੀਂ ਕਿਹਾ ਕਿ ਹਾਂ ਜੀ ਤੁਸੀਂ ਕੀ ਕੀਤਾ ਜਾਂ ਤੁਸੀਂ ਕੀ ਕਰਦੇ ਹੋ ਕਿਉਂਕਿ ਅਸੀਂ ਗੱਲਾਂ ਘੱਟ ਕੀਤੀਆਂ ਤੇ ਕੰਮ ਕਰਕੇ ਬੋਤਾ ਤੁਹਾਡੇ ਕ੍ਰੈਡਿਟ ਤੇ ਟੀਮ ਟਰੋਫੀ ਵੀ ਹੈ ਵਿਦਆਉਟ ਇਟਨ ਹੋਰ ਜੀ ਅਲਹਮਦੁ ਪਿਛਲੇ ਸਾਲ ਦੀ ਹੈ ਅਸੀਂ ਲੈ ਕੇ ਆਏ ਆ ਜਿਤਕੇ ਲੈ ਕੇ ਆਏ ਆ 라ਵਿੰਦ ਜੀ ਜੂਨ ਫਿਰ ਅਸੀਂ ਆਈ ਕਹਿ ਸਕਨੇ ਬਿੰਗ ਦੋਲ 라ਵਿੰਦ ਤੋਂ ਸਮਤ ਡਾਕਟਰ ਸਾਹਿਬ ਸਫਾਈ ਸਤਰਾਈ ਦੀ ਤਾਂ ਗੱਲ ਹਮੇਸ਼ਾ ਸੀ ਕਰਨੀ ਹੈ ਕਿ ਦੰਦਾਂ ਦੀ ਸਫਾਈ ਇਸ ਟਾਈਮ ਕਰੋ ਐ ਕਰਵਾਇਆ ਕਰੋ ਕੀ ਕੋਈ ਐਕਸਰਸਾਈਜ਼ ਹੈ ਨਾ ਜਿਹਦੇ ਨਾਲ ਦੰਦ ਮਜ਼ਬੂਤ ਵੀ ਹੋ ਜਾਣ ਜਿਵੇਂ ਹੱਥ ਦੀ ਤਾਕਤ ਬਣਾਉਣ ਵਾਸਤੇ ਗੇਂਦ ਜੈ ਇੰਜ ਜਨਪੀ ਦਾ ਤੇ ਕਿਹਾ ਕੋਈ ਚੀਜ਼ ਚਬੀ ਜਾਏ ਜਿਸ ਨਾਲ ਹੋ ਸਕਦਾ ਹੈ ਇਹ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ ਉਹ ਸਫਾਈ ਨਾਲ ਹੀ ਹੈ ਬਿਲਕੁਲ ਬੋਡੀ ਬਿਲਡਰ ਦਾ ਜਿਸਮ ਕਿਉਂ ਮਜ਼ਬੂਤ ਹੈ ਕਿਉਂਕਿ ਉਹਨੂੰ ਯੂਜ਼ ਕਰਦਾ ਜੀ ਤੇ ਤੁਸੀਂ ਜੇ ਜੁਸਾਂਤੇ ਔਰ ਕੌਨਫਲੈਕਸਰ ਉਹ ਕਹਤੇ ਦੰਦਾਂ ਤੇ ਕਦੀ ਵੀ ਸਹੀ ਨਹੀਂ ਰਹਿਣਗੇ ਹਮੇਸ਼ਾ ਖੁਰਾਕ ਖਾਓ ਜੇ ਤੁਹਾਨੂੰ ਕੁਝ ਮਿਹਨਤ ਕਰਨੀ ਪਵੇ ਹਮਮ ਗੋਸ਼ਤ ਖਾਓ ਸਬਜ਼ੀਆਂ ਜਿੰਨਾ ਚਬਾਨਾ ਪੈਂਦਾ ਪਰ ਦੰਦਾਂ ਦੀ ਐਕਸਰਸਾਈਜ਼ ਹੋਏਗੀ ਜਬੜਿਆਂ ਦੀ ਤੇ ਉਹਨਾਂ ਨੂੰ ਇੱਕ ਸਟਿਮੂਲਸ ਮਿਲੇਗਾ ਔਰ ਜੋ ਬੋਨ ਗ੍ਰੋਥ ਔਰ ਦੰਦਾਂ ਦੀ ਜਿਹੜੀ ਸਿਹਤ ਉਹਦੇ ਨਾਲ ਹੀ ਹੋ ਵੀ ਮਮਕਨ ਹੈ ਜੇ ਤੁਸੀਂ ਫਾਈਬਰਸ ਡਾਈਟ ਚਬਾਓਗੇ ਉਦਾਰੇ ਦੰਦਾਂ ਲਈ ਵੀ ਚੰਗੀ ਹੈ ਤੁਹਾਡੇ ਫੇਸ਼ੀਅਲ ਮਸਲ ਵਾਸਤੇ ਵੀ ਚੰਗੀ ਹੈ ਤੇ ਮੇਦੇ ਵਾਸਤੇ ਵੀ ਚੰਗੀ ਹੈ ਯਾਨੀ ਗਾਜਰ ਵਰਗੀ ਚੀਜ਼ ਜਾਂ ਇਸ ਤਰ੍ਹਾਂ ਦੀ ਸਖਤ ਜਿਹੜੀ ਕੱਚੀ ਸਬਜ਼ੂਦੀ ਉਹ ਤੁਸੀਂ ਜ਼ਰੂਰ ਚਬੋ ਜਿੰਨਾ ਖਾਦੀਆਂ ਗਾਜਰਾਂ ਟੇਡ ਉਹਨਾਂ ਦੇ ਪੀਟ ਚਲੋ ਫਿਰ ਬਾਅਦ ਦੀ ਕਰੀਏ ਉਹ ਛੇਤੀ ਜਨਾ ਨੂੰ ਕੋਰਾਮ ਰਾਮ ਰਾਮ ਨਾਲ ਖਾਓ ਚਬਾ ਕੇ ਖਾਓ ਅੱਛਾ ਉਮੇ ਲਲਾਏ ਦੱਸੋ ਕਿ ਅੱਜ ਕੱਲ ਇਹ ਮੰਨਿਆ ਜਾਂਦਾ ਹੈ ਕਿ ਆਟੋ ਟਿਊਨਰ ਨਾਲ ਦੀ ਇੱਕ ਬਲਾਹ ਆ ਗਈ ਜਦੋਂ 뮤직 ਇੰਡਸਟਰੀ ਦੇ ਵਿੱਚ ਤੇ ਫਿਰ ਸਾਰੇ ਸਿੰਗਰ ਬਣ ਗਏ ਠੀਕ ਹੈ ਉਹ ਕੋਈ ਵੀ ਫਜ਼ੂਲ ਕਿਸਮ ਦੇ ਲਿਰਿਕਸ ਲਿਖ ਕੇ ਔਰ ਉਹਦੇ ਤੇ ਇੱਕ ਬੀਟ ਲਾ ਕੇ ਔਰ ਆਟੋ ਟਿਊਨਰ ਨਾਲ ਲਵਾਸ ਪਰ ਕੇ ਔਰ ਵਿਊਜ਼ ਨੂੰ ਮੰਨ ਲਿਆ ਗਿਆ ਕਿ ਵਿਊਜ਼ ਇਜ਼ ਦ ਬੇਸ ਕਿ ਜਿਹਦੇ ਤੇ ਆ ਗਏ ਉਹ ਸਿੰਗਰ ਉਹ ਜਿੱਤੇ ਨਹੀਂ ਆਇਓ ਸਿੰਗਰ ਨਹੀਂ ਹੈ ਇਨੂੰ ਕਿਸ ਤਰ੍ਹਾਂ ਵੇਖਦੇ ਹੋ ਬੀਇੰਗ ਅ ਯੰਗ ਸਿੰਗਰ ਬੀਇੰਗ ਅ ਯੰਗ ਸਿੰਗਰ ਤੇ ਬੀਇੰਗ ਅ ਲਾਈਵ ਪਰਫਾਰਮਰ ਪਰਫਾਰਮਰ ਮੈਂ ਕਹਿਣਾ ਚਾਹਾਂਗੀ ਕਿ ਜਿਹੜੀ ਸਾਡੀ ਆਡੀਅੰਸ ਹੈ ਆਵਾਮ ਹੈ ਉਹ ਬੜੀ ਸਮਝਦਾਰ ਹੈ ਉਹ ਵੀ ਕਿ ਮਤ ਕੇ ਮਤਲਬ ਤੁਸੀਂ ਜਿੰਨੇ ਮਰਜ਼ੀ ਪੈਸੇ ਲਾ ਕੇ ਪ੍ਰੇਡ ਪ੍ਰੋਮੋਸ਼ਨ ਲਾ ਕੇ ਤੁਸੀਂ ਵਿਊਜ਼ ਲਾ ਲਵੋ ਆਪਣੀ ਚੀਜ਼ ਤੇ ਮਗਰ ਆਵਾਮ ਨਹੀਂ ਪਸੰਦ ਕਰਦੀ ਉਹ ਉਸੇ ਸਿੰਗਰ ਨੂੰ ਪਸੰਦ ਕਰਦੇ ਨੇ ਜਿਹੜਾ ਮੈਦਾਨ 'ਚ ਆ ਕੇ ਸਟੇਜ ਤੇ ਲਾਈਵ ਗਾਵੇ ਤੇ ਅੱਛਾ ਗਾਵੇ ਤੇ ਤੁਸੀਂ ਆਪਣੀ ਤਸੱਲੀ ਆਸਤੇ ਟਿਊਨਰ ਲਾ ਕੇ ਜਾਂ ਬੇ ਹੁੰਦਾ ਲਿਰਿਕਸ ਗਾ ਕੇ ਤੁਸੀਂ ਛਾਹ ਤੇ ਸਕਦੇ ਹੋ ਮਗਰ ਤੁਸੀਂ ਲੋਕਾਂ ਦੇ ਵਿਚਕਾਰ ਨਹੀਂ ਕਰ ਸਕਦੇ ਅਜਾ ਡਾਕਟਰ ਸਾਹਿਬ ਇੰਪਲੈਂਟ ਦੀ ਅਗਰ ਅਸੀਂ ਗੱਲ ਕਰੀਏ ਔਰ ਜਿਹੜੀ ਮਤਲਬ ਦੰਦਾਂ ਨੂੰ ਸਿੱਧਾ ਕਰਨ ਵਾਲੇ ਜਿਹੜੇ ਪ੍ਰੋਸੈਸਸ ਹੁੰਦੇ ਨੇ ਉਹਦੇ ਚ ਬ੍ਰੇਸਸ ਅਕਸਰ ਵੇਖਿਆ ਗਿਆ ਪਹਿਲੇ ਯੂਜ਼ ਹੁੰਦੇ ਸਨ ਉਸ ਤੋਂ ਬਾਅਦ ਦੀ ਕੁਝ ਟੈਕਨੀਕਸ ਵੀ ਆਈਆਂ ਨੇ ਅੱਜ ਕੱਲ ਕਿਹੜੀ ਟੈਕਨੀਕ ਹੈ ਜਿਹੜੀ ਦੰਦਾਂ ਨੂੰ ਸਿੱਧਾ ਕਰਨ ਦੀ ਕੋਈ ਐਡਵਾਂਸ ਟੈਕਨੀਕ ਹੈ ਵੇ ਜਾਂ ਅਸੀਂ ਬ੍ਰੇਸਸ ਦਾ ਹੀ ਕੋਈ ਇੱਕ ਵਰਜਨ ਵੇਖ ਰਹੇ ਹਾਂ ਨਹੀਂ ਸਰ ਜਿਸ ਨਾਲ ਹਰ ਫੀਲਡ ਜੀ ਐਡਵਾਂਸਮੈਂਟ ਹੋ ਰਹੀ ਹੈ ਇਸ ਸਰ ਕਿਹੜੇ ਦੰਦ ਸਿੱਧੇ ਕਰਨ ਚ ਵੀ ਗਲ ਬ੍ਰੇਸਸ ਤੋਂ ਅੱਗੇ ਚੱਲੀ ਗਈ ਇਨਵੀਜ਼ੀਬਲ ਅਲਾਈਨਰ ਸਾਡੇ ਕੋਲ ਅਜਕਲ ਕਲੀਨਿਕ ਤੇ ਕੋਈ 95% ਲੋਕ ਅਲਾਈਨਰਸ ਨੂੰ ਪ੍ਰੇਫਰ ਕਰ ਰਹੇ ਨੇ ਉਹਦੀ ਵਜ੍ਹਾ ਇਹ ਵੀ ਇੱਕ ਤਾਂ ਇਹਨਾਂ ਦਾ ਇਸਤੇਮਾਲ ਕਰਨਾ ਆਸਾਨ ਹੈ ਦੂਸਰੇ ਨਾਲ ਦੇ ਲੱਗੇ ਹੁੰਦੇ ਨਜ਼ਰ ਵੀ ਨਹੀਂ ਆਉਂਦੇ ਲੇਕਿਨ 올ਡ ਇਸ ਗੋਲਡ ਕੁਝ ਜਗ੍ਹਾ ਤੇ ਬ੍ਰੇਸ ਹੀ ਚੰਗਾ ਆਉਂਦਾ ਲੇਕਿਨ ਕਿਉਂਕਿ ਬ੍ਰੇਸ ਨਾਲ ਤੁਸੀਂ ਆਪਣੀ ਮੂਹ ਦੀ ਸਫਾਈ ਨਹੀਂ ਰੱਖ ਸਕਦੇ ਹੋ ਨਜ਼ਰ ਆਉਂਦੇ ਨੇ ਕਦੀ ਤਾਰ ਟੁੱਟ ਗਈ ਕਦੀ ਤਾਰ ਝੁبری ਕਦੀ ਬ੍ਰੈਕਟ ਉਤਰ ਗਈ ਕਦੀ ਰਬੜ ਉਤਰ ਗਈ ਡਾਕਟਰ ਨਹੀਂ ਅਵੇਲੇਬਲ ਕਦੀ ਪੇਸ਼ੈਂਟ ਨਹੀਂ ਅਵੇਲੇਬਲ ਉਹ ਟ੍ਰੀਟਮੈਂਟ ਦਾ ਸਪੈਨ ਜਾਂ ਦਾ ਡਿਊਰੇਸ਼ਨ ਵੱਧਦੀ ਜਾਂਦੀ ਹੈ ਤੇ ਅਲਾਈਨਰਸ ਨੂੰ ਅੱਜਕੱਲ ਪੇਸ਼ੈਂਟ ਔਰ ਅਸੀਂ ਡੈਂਟਿਸਟ ਪ੍ਰਿਫਰ ਕਰ ਰਹੇ ਹਾਂ ਕਿਉਂਕਿ ਇਹਦੀ ਕੰਪਲਾਈਐਂਸ ਜਿਆਦਾ ਸਮਝ ਲਓ ਵੀ ਇਹਦਾ ਇਸਤੇਮਾਲ ਕਰਨਾ ਜ਼ਿਆਦਾ ਆਸਾਨ ਹੈ ਸਹੀ ਬਦਿਆਰ ਔਰ ਇੰਪਲਾਂਟ ਹੁੰਦੇ ਨੇ ਜਿਹੜੇ ਅਸੀਂ ਜਿਹੜੇ ਦੰਦ ਕਢਵਾ ਦਿੱਤੇ ਜਾਂਦੇ ਨੇ ਮਿਸਿੰਗ ਦੰਦ ਉਹਨਾਂ ਦੀ ਜਗ੍ਹਾ ਤੇ ਅਸੀਂ ਜੋ ਬੋਨ ਜਬੜੀ ਦੀ ਹੱਡੀ ਚ ਉੱਥੇ ਹੀ ਸੀ ਇੰਪਲਾਂਟ ਲਾ ਦਿੰਦੇ ਹਾਂ ਨਾਲ ਦੇ ਦੰਦਾਂ ਨੂੰ ਪਹਿਲੇ ਗ੍ਰਾਈਂਡ ਕਰਕੇ ਬ੍ਰਿਜ ਬਣਾਇਆ ਜਾਂਦਾ ਸੀ ਪਿਛਲੇ ਜ਼ਮਾਨੇ 'ਚ ਔਰ ਅੱਜਕੱਲ ਵੀ ਹੁੰਦਾ ਹੈ ਉਹ ਵੀ ਜ਼ਰੂਰੀ ਕੁਝ ਜਗ੍ਹਾ ਤੇ ਲੇਕਿਨ ਇੰਪਲਾਂਟ ਨੂੰ ਅਸੀਂ ਪ੍ਰਿਫਰ ਕਰਦੇ ਹਾਂ ਸਹੀ ਇੰਪਲੈਂਟ ਤੁਸੀਂ ਕਰਦੇ ਹੋਰ ਦੰਦ ਸੋਹਣੇ ਹੋ ਜਾਂਦੇ ਨੇ ਔਰ ਉਹਦੇ ਨਾਲ ਗਾਇਕੀ ਜਿਹੜੀ ਉਹ ਸਹੀ ਇਸ ਤਰ੍ਹਾਂ ਹੋ ਜਾਂਦੀ ਹੈ ਕਿ ਕਿ ਗਾਇਕੀ ਜਿਹੜੀ ਹੈ ਉਹ ਸਿਰਫ ਗਲੇ ਦਾ ਕੰਮ ਨਹੀਂ ਜ਼ੁਬਾਨ ਔਰ ਦੰਦਾਂ ਔਰ ਸਾਰੀ ਚੀਜ਼ਾਂ ਦਾ ਕੰਮ ਹੈ। ਸਤਨ ਮੈਂ ਕਿਤੇ ਗੱਲ ਦਾ ਦੰਦ ਪੂਰੇ ਨਾ ਹੋਣ ਤੇ ਕੁਛ ਅਲਫਾਜ਼ ਦੀ ਅਦਾਇਗੀ ਨਹੀਂ ਅਦਾਇਗੀ ਨਹੀਂ ਹੋ ਸਕਦੀ। ਤੋਤਲਾ ਵੀ ਹੋ ਸਕਦਾ ਬੰਦਾ। ਬਿਲਕੁਲ ਤੇ ਇਹ ਮਿਊਜ਼ੀਕਲ ਜਾਣੇ ਉਮੇ ਲੱਲ ਔਰ ਦੰਦ ਪੂਰੇ ਹੋਣ ਗਲਾ ਸਹੀ ਹੋਵੇ ਰਿਆਜ਼ ਕੀਤਾ ਹੋਵੇ ਗਾਣਾ ਯਾਦ ਹੋਵੇ ਤੇ ਫਿਰ ਮਹਿਫਿਲ ਬਣ ਜਾਂਦੀ ਹੈ। ਕੋ ਵਧੀਆ ਜਗਤ ਵੇਖਣ ਵਾਲੇ ਨਾਲ ਲੱਗ ਤੁਸੀਂ ਸਾਂਝਾ ਕਰੋ। ਮੈਂ ਪਹਿਲੇ ਸੋਚਿਆ ਤੇ ਕੁਝ ਹੋਰ ਸੀ ਮਗਰ ਮਾਹੌਲ ਨੂੰ ਵੇਖਦੇ ਵੇਖਦੇ ਮੇਰਾ ਦਿਲ ਕਰ ਰਿਹਾ ਕਿ ਮੈਂ ਇੱਕ ਗਾਣਾ ਸੁਣਾਵਾਂ ਤੁਹਾਨੂੰ ਜਿਹੜਾ ਹੈਗਾ Nusrat Saab ਦਾ ਪਰਦੇਸ ਗਿਓ ਪਰਦੇਸੀ ਹੋ ਹੋ ਤੇ ਤੇਰੀ ਅਨਤ ਵਤਨਾ ਵਲ ਲੋਣਾ ਕਮਲ ਕਰਕੇ ਛੱਡ ਗਿਆ ਮਾਹੀ ਤੇ ਬੈਠੀ ਕੱਖ ਗਲੀਆਂ ਤੇ ਰੋਲਾ ਤੇਰੇ ਬਾਜੂ ਹੋ ਦਿਲਦਿਆਂ ਮਹਿਰਮਾ ਵੇ ਸਾਡਾ ਜੋਣਾ ਕਿਹੜੇ ਟਜਦਾ ਏ ਤੇਰੇ ਬਾਜੂ ਹੋ ਦਿਲਦਿਆਂ ਮਹਿਰਮਾ ਵੇ ਸਾਡਾ ਜੂਣਾ ਕਿਹੜੇ ਚਜਦਾਈ ਮੇਰੇ ਲੋਲੂ ਵਿੱਚ ਮੇਰੀ ਨਸ ਨਸ ਵਿੱਚ ਮੇਰੇ ਲੋਲੂ ਵਿੱਚ ਮੇਰੀ ਨਸ ਨਸ ਵਿੱਚ ਤੇਰੀ ਆਦਦਾ ਤੂੰ ਵਾ ਵਜਦਾ ਆ

ਝਣਾ ਤੈਨੂੰ ਅੱਖੀਆਂ ਉਡੀਕਦੀਆਂ ਰਾਜੀਵਾ ਬਹੁਤ ਖੂਬਸੂਰਤ ਬਹੁਤ ਹੀ ਵਧੀਆ ਔਰ ਮੈਂ ਇੱਕ ਨਾਕਾਮ ਕੋਸ਼ਿਸ਼ ਚੁਟਕੀ ਦੀ ਸੰਗਤ ਦੀ ਕੀਤੀ ਹੈ ਵਿੱਚ ਜਿਹੜੀ ਕਿ ਕਾਮਯਾਬ ਨਹੀਂ ਹੋ ਸਕੇ ਜੀ ਨਾਜ਼ਰੀਨ ਅੱਖੀਆਂ ਉਡੀਕਦੀਆਂ ਦਿਲਵਾਜਾ ਮਾਰਦਾ 5 ਮਿੰਟ ਬਾਅਦ ਤੁਸੀਂ ਵਾਪਸ ਆਉਣਾ ਔਰ ਅੱਖੀਆਂ ਉਡੀਕ ਰਹੀਆਂ ਰਹਿਣਾ ਸਾਡੇ ਨਾਲ ਵੜ ਕੇ ਵਾਪਸ ਆ ਗਏ ਆਂ ਔਰ ਵਾਕਈ ਅੱਖੀਆਂ ਉਡੀਕ ਰਹੀਆਂ ਸਾਨੂੰ ਤੁਸੀਂ ਮੋੜ ਆਇਓ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਦੇ ਪ੍ਰੋਗਰਾਮ ਦਾ ਨਾਮ ਅੱਜ ਦਾ ਮਹਿਮਾਨ ਹੈ ਮੇਰਾ ਨਾਮ ਅਲੀ ਉਸਮਾਨ ਬਾਜਵਾਏ ਦੋ ਪ੍ਰੋਨੇ ਸਟੂਡੀਓ ਵਿੱਚ ਬੈਠੇ ਨੇ ਔਰ ਸੰਗੀਤ ਦੀ ਗੱਲ ਵੀ ਹੋ ਰਹੀ ਔਰ ਸਿਹਤ ਦੀ ਗੱਲ ਵੀ ਹੋ ਰਹੀ ਸਾਡੇ ਨਾਲ ਡਾਕਟਰ ਇਮਰਾਨ ਜੀ ਆ ਔਰ ਉਮੇ ਲੈਲਾ ਮੌਜੂਦ ਨੇ ਡਾਕਟਰ ਸਾਹਿਬ ਤੁਹਾਡੇ ਕੋਲੋਂ ਪੁੱਛਣਾ ਸੀ ਕਿ ਤੁਹਾਨੂੰ ਗੀਤ ਕਿਹੋ ਜਿਹਾ ਲੱਗਾ ਬ੍ਰੇਕ ਤੇ ਚਲੇ ਗਏ ਸਾਨੂੰ ਸੀ ਕਿਹੋ ਜਿਹਾ ਰੰਗ ਬਣਿਆ ਕਿ ਲਾਈਫ ਹੈ ਸਰ ਹਰ ਚੀਜ਼ ਰਿਦਮ ਸੇ ਹਾਂ ਤੇ 뮤직 ਤੇ ਰਿਦਮ ਤੇ ਸੁਣਨ ਜੇ ਆਇਆ ਕਿ ਤੁਸੀਂ ਵੀ ਬੜੇ ਰਿਦਮ ਚ ਹੋ ਹਾਂਜੀ ਤੇ ਤੁਸੀਂ ਕਦੇ ਨਾ ਕਿਦਾਂ ਰਿਦਮ ਬਣਾ ਲੈਂਦੇ ਹੋ ਬਿਲਕੁਲ ਇਹਦਾ ਕੋਈ ਰੰਗ ਸੀ ਜ਼ਰੂਰ ਵੇਖਣਾ ਚਾਹਾਂਗੇ ਅਗਰ ਤੁਸੀਂ ਗਵਰਨਮੈਂਟ ਕਾਲਜ ਜੋ ਐਫਐਸਸੀ ਮੈ ਵੀ ਕੀਤੀ ਹੈ ਉੱਥੋਂ ਹੀ ਪੜ੍ਹ ਗਏ ਨਾ ਤੇ ਮੈਂ ਵੀ ਨੈਮਸ ਦਾ ਮੈਂਬਰ ਹਾਂ ਆਲਦੋ ਕਿ ਪ੍ਰੀ ਮੈਡੀਕਲ ਵਾਲੇ 2 ਸਾਲ ਚੁੱਕ 10 ਵਾਰ ਗਿਆ ਹੋਵਾਂਗੇ ਫਰੰਗੀ ਸਾਹਿਬ ਜੇਕਰ ਕੀਤਾ ਹੋਸੀ ਉਹਨਾਂ ਕੋਲੋਂ ਥੋੜਾ ਬਹੁਤ ਸੀ ਯਾਨੀ ਮੈਂ ਡਾਇਮੈਟਿਕਸ ਵਿੱਚ ਮੈਂ ਮਾਈਨੋਰਟੀ ਚ ਹਾਂ ਇਸ ਟਾਈਮ ਦੋ ਨੇਮਸ ਦੇ ਬੰਦੇ ਬੈਠੇ ਇੰਟਰਨਲ ਜਿਹੜੇ ਮਾਮਲੇ ਹਨ ਉਹ ਰਾਵੀਆਂ ਜੀ ਸਮਝ ਸਕਦੇ ਨੇ ਤੇ ਕੋਈ ਅਗਰ ਤੁਸੀਂ ਵੀ ਰੰਗ ਭਰਨ ਦੀ ਕੋਸ਼ਿਸ਼ ਕਰੋ ਤਾਂ ਕਿਹੜਾ ਮਜ਼ਾ ਆਏਗਾ ਕਿ ਉਹ ਮਿਲ ਲੈ ਕੋਈ ਮਸਲੇ ਮੈਂ ਮੈਨੂੰ ਪੰਜਾਬੀ ਵਿੱਚ ਕੋਈ ਮੈਨੂੰ ਆਂਦਾ ਨਹੀਂ ਹੈ ਗਜ਼ਲ ਲਾਈਕ ਮੈਦੀ ਸਭ ਦੀ ਜੋ ਚੱਲ ਸਕਦੀ ਤੇ ਉਹ ਦੋ ਬੋਲ ਸੁਣਾ ਦਿਓ ਫਿਰ ਉਹ ਕਿਸ ਕਿਸ ਨੂੰ ਬਤਾਏਗੇ जुदाई का सबब हम किस किस को, को बताएंगे के के। जुदाई का सबब अच्छा हम तू मुझ से, 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 से खफा है तो, तो जमाने के लिए यार सही दिल दुखाने के लिए सही खूबसूरत बहुत ही बढ़िया इस की बाद सो ए जी अज का मेहमान प्रोग्राम हो कि डेंटिस्ट भी गाने गांव ने सा एक यूनीक प्रोग्राम है मैं संगत कर रहा रहे ना मेरे कोई को इंसट्रूमेंट नहीं तो मैं चुटकियाँ छुटकिया साथ ही दे सशिश की लेकिन इस तरह ही जिंदगी होनी चाहिए और ਸਿੰਗਰ ਦਾ ਕੰਮ ਹੈ ਗਾਣਾ ગાਣਾ ਔਰ ਬਾਕੀਆਂ ਦਾ ਨਹੀਂ ਇਹ ਵਾਲਾ ਮੰਜ਼ਰ ਫਿਰ ਰਕਸ ਤੋਂ ਦੂਰੀ ਫਾਈਨ ਆਰਟਸ ਤੋਂ ਦੂਰੀ ਪਰਫਾਰਮਿੰਗ ਆਰਟਸ ਤੋਂ ਦੂਰੀ ਔਰ ਰਿਜਿਡਿਟੀ ਵੀ ਸੋਸਾਇਟੀ ਚ ਲੈ ਕੇ ਹੁੰਦੀ ਹੈ ਜਿਹਦਾ ਮਜ਼ਾਹਰਾ ਤੁਸੀਂ ਵੇਖਦੇ ਰਹਿੰਦੇ ਹੋ ਕਿਤੇ ਨਾ ਕਿਤੇ ਅੱਛਾ 올 ਪਾਕਸ ਮਿਊਜ਼ਿਕ ਕਾਨਫਰੰਸ 'ਚ ਤੁਹਾਡੀ ਕਿਹੜੀ ਕੈਟਾਗਰੀ ਸੀ ਤੁਸੀਂ ਕਿਦੇ ਵਿੱਚ ਮਤਲਬ ਉਹਦੇ 'ਚ ਫੋਕ ਹੁੰਦਾ ਚ ਹੋਰ ਚੀਜ਼ਾਂ ਹੁੰਦੀਆਂ ਨੇ ਤੁਸੀਂ ਕਿਦੇ ਵਿੱਚ ਗਾਇਆ ਸੀ ਪਰਫਾਰਮ ਕੀਤਾ ਸੀ ਮੈਂ 올 ਪਾਕਿਸਤਾਨ ਮਿਊਜ਼ਿਕ ਕਾਨਫਰੰਸ 'ਚ ਲਾਸਟ ਈਅਰ ਗਾਇਆ ਸੀ ਕਾਫੀ ਵਿੱਚ ਤੇ ਮੈਂ ਇੰਟਰਨੈਸ਼ਨਲ ਕਾਨਫਰੰਸ 'ਚ ਗਾਇਆ ਸੀ ਕੰਪੀਟੀਸ਼ਨ 'ਚ ਨਹੀਂ ਗਾਇਆ ਸੀ ਤੇ ਉਸ ਤੋਂ ਪਿਛਲੇ ਸਾਲ ਮੈਂ ਫੋਕ 'ਚ ਗਾਇਆ ਸੀ ਮੈਂ ਬੁੱਲੇ ਸ਼ਾਹ ਦਾ ਕਲਾਮ ਗਾਇਆ ਸੀ ਤੇ ਜਿਹੜਾ ਲਾਸਟ ਆਵਾਜ਼ ਤੋਂ ਹੀ ਲੱਗਦਾ ਕਿ ਤੁਸੀਂ ਫੋਕ ਸਿੰਗਰ ਹੋ ਜਾਂ ਉਹਨੂੰ ਜ਼ਿਆਦਾ ਸੂਟ ਕਰਦੀ ਤੁਹਾਡੀ ਆਵਾਜ਼ ذاتی ਤੌਰ ਤੇ ਵੀ ਤੁਹਾਨੂੰ ਫੋਕ ਜ਼ਿਆਦਾ ਪਸੰਦ ਹੈ ਗ਼ਜ਼ਲ ਜਾਂ ਪੌਪ ਮੋਸ਼ੀ ਕੀ ਜਾਂ ਮੈਨੂੰ ਮੈਨੂੰ ਸੂਫੀਆਨਾ ਕਲਾਮ ਜਿਹਨੂੰ ਕਹਿੰਦੇ ਨੇ ਉਹ ਫੋਕ 'ਚ ਹੀ ਆ ਜਾਂਦਾ ਹੈ ਜਿਹੜੇ ਕਾਫੀ ਕਹਿ ਲਵੋ ਤੁਸੀਂ ਗ਼ਜ਼ਲ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਮੈਂ ਬਹੁਤ ਜ਼ਿਆਦਾ ਸੁੰਨਾ ਵੀ ਪਸੰਦ ਕਰਨੀ ਆ ਤੇ ਗਾਣਾ ਵੀ ਪਸੰਦ ਕਰਨੀ ਆ ਫੋਕ ਤੇ ਗ਼ਜ਼ਲ ਪੌਪਲ ਮੇਰਾ ਥੋੜਾ ਜਿਹਾ ਥੋੜਾ ਜਿਹਾ ਕਟ ਰੁਝਾਨ ਹੈ ਮਗਰ ਅਸੀਂ ਸਭ ਕੁਝ ਗਾਣੇ ਆ ਕੋਸ਼ਿਸ਼ ਕਰਨੇ ਆ ਸਭ ਕੁਝ ਕਰਨ ਦੀ ਕਾਫੀ ਜਿਹੜੀ ਤੁਸੀਂ ਉਦੋਂ ਗਾਈ ਸੀ ਉਹ ਵੀ ਤੁਹਾਡੇ ਕੋਲ ਸੁਣਾਵਾਂਗੇ ਉਹ ਤੁਸੀਂ ਜ਼ਿਹਨ ਚ ਜਿਹੜਾ ਇਹ ਵੀ ਕਰ ਲੋ ਡਾਕਟਰ ਸਾਹਿਬ ਕੋ ਪੁੱਛਨੇ ਆ ਕਿ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਜ਼ਾਹਰ ਡਿਵੈਲਪਮੈਂਟ ਹੁੰਦੀ ਹੈ ਮੈਡੀਕਲ ਸਾਇੰਸ 'ਚ ਵੀ ਹੋ ਰਹੀ ਹੈ ਉਹਦੇ ਹਰ ਸ਼ੋਭੇ 'ਚ ਹੋ ਰਹੀ ਹੈ ਇੰਪਲੈਂਟੇਸ਼ਨ ਦੀ ਜਦੋਂ ਅਸੀਂ ਗੱਲ ਕਰਨੇ ਆ ਤੇ ਅੱਜਕੱਲ ਕੀ ਨਵੀਂ ਕੋਈ ਟੈਕਨੀਕ ਹੈ ਜਾਂ ਕੀ سلسلہ ਕਰ ਰਹੇ ਨਵੇਂ ਕੀ ਚੀਜ਼ ਆਈ ਹੈ ਬਿਲਕੁਲ ਸਰ ਜਦੋਂ ਪਹਿਲੇ ਕਿਸੇ ਵੀ ਵਜ੍ਹਾ ਤੋਂ ਦੰਦ ਕਢਵਾ ਦਿੱਤੇ ਜਾਂਦੇ ਸੀ ਤੇ ਮਿਸਿੰਗ ਦੰਦ ਦੀ ਜਗ੍ਹਾ ਤੇ ਦੋ ਤਰ੍ਹਾਂ ਦੇ ਦੰਦ ਬਗਦੇ ਹੁੰਦੇ ਸੀ ਇੱਕ ਉਤਾਰ ਵਾਲੇ ਜਿਹਨੂੰ ਬੀੜ ਵੀ ਕਹਿੰਦੇ ਨੇ ਪੰਜਾਬੀ ਵਿੱਚ ਉਹ ਲਾਲ ਲੈ ਖਾਣਾ ਵਾਣਾ ਖਾਦਾ ਉਤਾਰ ਕੇ ਸਾਫ਼ ਕਰਦੇ ਉਹ ਇੱਕ ਲੈ ਦਾ ਐਕਸਰਸਾਈਜ਼ ਉਸ ਤੋਂ ਬਾਅਦ ਤਰੀਕਾ ਡਿਵੈਲਪ ਹੋਇਆ ਬ੍ਰਿਜ ਦਾ ਇਨਕਿ ਜਿਹੜਾ ਦੰਦ ਨਿਕਲਿਆ ਆਇਆ ਉਹਦੇ ਸੱਜੇ ਖੱਬੇ ਜਿਹੜਾ ਅੱਗੇ ਪਿੱਛੇ ਦੰਦ ਦੇ ਉਹਨੂੰ ਗ੍ਰਾਈਂਡ ਕਰਕੇ ਉੱਤੇ ਕੈਪ ਛਾਂਦੇ ਸੀ ਤੇ ਫਿਰ ਉਹ ਨਾਲ ਤੀਸਰਾ ਦੰਦ ਜਿਹੜਾ ਕੱਢਿਆ ਉਹ ਮੇਸਿੰਗ ਦੀ ਜੁੜਿਆ ਜਾਂਦਾ ਸੀ ਇਹਨੂੰ ਡੈਂਟਲ ਬ੍ਰਿਜ ਕਹਿੰਦੇ ਸੀ ਸਹੀ ਇਹਦਾ ਫਾਇਦਾ ਐਸੀ ਵੀ ਫਿਕਸ ਹੁੰਦਾ ਸੀ ਲਾਣਾ ਨਹੀਂ ਸੀ ਪੈਂਦਾ ਲੇਕਿਨ ਦੋ ਕੁਦਰਤੀ ਦੰਦ ਗ੍ਰਾਈਂਡ ਕਰਨੇ ਪੈਂਦੇ ਸੀ ਹੂੰ ਇਹਨੂੰ ਦੇਖਦੇ ਅੱਜ ਤੋਂ ਕੁਝ ਸਾਲ ਪਹਿਲੇ ਫਿਰ ਡੈਂਟਲ ਇਮਪਲਾਂਟ ਇੱਕ ਚੀਜ਼ ਵਜੂਦ ਚਾਈ ਉਹ ਜਿਹੜੀ ਸੀ ਜਗ੍ਹਾ ਤੇ ਦੰਦ ਕੱਢਿਆ ਉੱਥੇ ਅਸੀਂ ਸਨ ਕਰਕੇ ਬੋਨ ਚ ਜਬੜੇ ਦੀ ਬੋਨ ਚ ਡ੍ਰਿਲ ਕਰਕੇ ਇੱਕ ਸਿਕਿਉਰ ਟੈਟਨੀਅਮ ਦਾ ਲਾ ਦਿੰਦੇ ਨੇ ਜ ਜਿਹਨਾਂ ਸੇ ਇੰਪਲਾਂਟ ਕੰਨ। ਉਹਦਾ ਫਾਇਦਾ ਇਹ ਤੇ ਕੁਦਰਤੀ ਤਕਰੀਬ ਹੋ ਗਿਆ ਜਿਸ ਨਾਲ ਦੰਦ ਦੀ ਜੜਾ ਹੱਡੀ ਚ ਨੈਸਾ ਇੰਪਲਾਂਟ ਵੀ ਹੱਡੀ ਚ ਹੈ ਔਰ ਉਹ ਹੱਡੀ ਪਕੜ ਲੈਂਦੀ ਉੱਤੇ ਦੰਦ ਲਾ ਦਿੰਦੇ। ਇਸ ਨਾਲ ਦੇ ਦੰਦਾਂ ਨੂੰ ਗ੍ਰਾਈਂਡ ਨਹੀਂ ਕਰਨਾ ਪੈਂਦਾ। ਇਹ ਚ ਜਿੱਦਤ ਹੋ ਰਹੀ ਵੀ ਫਰਕ ਕਰੋ ਜਬੜੇ ਦੀ ਹੱਡੀ ਘਾਟੇ ਤੇ ਅਸੀਂ ਬੋਨ ਗ੍ਰਾਫਟਿੰਗ ਕਰਕੇ ਐਡੀਸ਼ਨਲ ਬੋਨ ਪਾ ਕੇ ਅਸੀਂ ਉਹਨੂੰ ਕੰਮ ਚ ਲਾ ਲੈਣ। ਸਹੀ ਯਾਨੀ ਤੁਸੀਂ ਹੁਣ ਕਿਲ ਕਾਬਲੇ ਲੋਕਾਂ ਚ ਪਾਣੀ ਸ਼ੁਰੂ ਕਰ ਦਿੱਤਾ ਇਹ ਐਡਵਾਂਸਮੈਂਟ ਆਈ ਪਹਿਲਾਂ ਤਾਰਾਂ ਤੱਕ ਵਾਇਰਿੰਗ ਤੱਕ ਚੀਜ਼ਾਂ ਚੱਲ ਰਹੀਆਂ ਸਨ ਹੁਣ ਕਿਲ ਕਾਬਲੇ ਤੱਕ ਗੱਲ ਪਹੁੰਚ ਗਈ ਹੈ ਜੀ ਉਹ ਮਿਲ ਲਾ ਕਿਹੜੀ ਕਾਫੀ ਸੀ ਇੱਕ ਤੇ ਦੱਸੋ ਕਿਹੜੇ ਸੂਫੀ ਸ਼ਾਇਰ ਦੀ ਸੀ ਔਰ ਉਹ ਫਿਰ ਤੁਸੀਂ ਸਾਡੇ ਨਾਲ ਸਾਂਝੀ ਵੀ ਕਰਨੀ ਹੈ ਇਹ ਥੋੜੀ ਦੱਸੋ ਕਿ ਕਿੱਥੇ ਤੁਸੀਂ ਪਰਫਾਰਮ ਕੀਤਾ ਸੀ ਕਾਫੀ ਕਿਹੜੀ ਸੀ ਮੈਂ ਗੁਜ਼ਰਿਸ਼ਤਾ ਸਾਲ 올 ਪਾਕਿਸਤਾਨ 뮤ਜ਼ਿਕ ਕਾਨਫਰੈਂਸ ਤੇ ਇੰਟਰਨੈਸ਼ਨਲ ਕਾਨਫਰੈਂਸ ਤੇ ਜਿਹਨੂੰ ਕਹਿੰਦੇ ਨੇ ਕਰਾਨੇ ਦੀ ਗਾਇਕੀ ਕਰਾਨਿਆਂ ਦੀ ਜਿੱਥੇ ਮੁxtਲਫ ਕਲਾਸਿਕੀ ਮੂਸਿਕੀ ਦੇ ਕਰਾਨੇ ਗਾਉਂਦੇ ਨੇ ਮੈਂ ਉਹਦੇ ਵਿੱਚ ਗਾਈ ਸੀ ਕਾਫੀ ਗਾਈ ਸੀ ਜਿਹਦਾ ਟਾਈਟਲ ਸੀ ਦਿਲੜੀ ਲੁੱਟੀ ਤੇ ਯਾਰ ਸਜਣ ਦਿਲੜੀ ਲੁੱਟੀ ਤੇ ਯਾਰ ਸਜਣ ਜੇ ਉਹ ਮੈਂ ਤੁਹਾਨੂੰ ਸੁਣਾਨੀ ਆ ਓਹੋ ਦਿਲੜੀ लुटी तयारु सॼणु कॾहिं मोर मोहारा त वतनड़ी लुटी तयार सॼण

Gallenale, lave, ha, menu, no dinu, Gallenale, lave. ਬਹੁਤ ਕਬੀ ਹੈ ਔਰ ਇਹ ਕਾਫੀ ਜੜੀ ਹੈ ਬਹੁਤ ਜ਼ਿਆਦਾ ਸਿੰਗਰਸ ਨੇ ਜ਼ਾਹਰ ਗਾਈਏ ਤੁਸੀਂ ਜ਼ਾਹਦਾ ਪ੍ਰਵੀਨ ਸਾਹਿਬਾ ਦੀ ਆਵਾਜ਼ ਜਿਵੇਂ ਹਮੇਸ਼ਾ ਪਸੰਦ ਹੁੰਦੀ ਹੈ ਔਰ ਮੈਂ ਅਕਸਰ ਸੁਣਦਾ ਵੀ ਰਿਹਾ ਨਾ ਲੇਕਿਨ ਕਾਫੀ ਮੇਲ ਸਿੰਗਰ ਔਰ ਯੰਗਸਟਰਸ ਦੇ ਵਿੱਚ ਅਕਸਰ ਇਹ ਕਾਫੀ ਜੜੀ ਹੈ ਔਰ ਸੁਣੀ ਗਈ ਹੈ ਅੱਛਾ ਡਾਕਟਰ ਸਾਹਿਬ ਦੰਦਾਂ ਦੇ حوالے ਨਾਲ ਸਰ ਅਗਰ ਗੱਲ ਕਰੀਏ ਤੇ ਬ੍ਰਸ਼ ਦੀ ਗੱਲ ਮੇਰੇ ਜ਼ਿਹਨ 'ਚ ਆ ਰਹੀ ਸੀ ਕਿ ਉਹਦਾ ਜਿਹੜਾ ਫਾਈਬਰ ਹੁੰਦਾ ਉਹ ਪਲਾਸਟਿਕ ਦਾ ਹੁੰਦਾ ਯੂਜੂਲੀ ਕੀ ਹੋਰ ਵੀ ਕੋਈ ਮਟੀਰੀਅਲਸ ਹੁੰਦੇ ਨੇ ਸਿੰਥੈਟਿਕ ਜਿਹੜੇ ਬ੍ਰਸ਼ ਇਸਤੇਮਾਲ ਹੁੰਦੇ ਨੇ ਔਰ ਕੀ ਪਲਾਸਟਿਕ ਹੀ ਸਭ ਤੋਂ ਫੀਜ਼ੀਬਲ ਸਭ ਤੋਂ ਬਿਹਤਰੀਨ ਹੈ ਜਾਂ ਅਸੀਂ ਕੋਈ ਹੋਰ ਚੀਜ਼ ਵੀ ਪੇਸ਼ੂ ਕਰ ਸਕਦੇ ਹਾਂ ਸਿਲੀਕਾਨ ਫਾਈਬਰਸ ਹੁੰਦੇ ਨੇ ਪਲਾਸਟਿਕ ਦੇ ਸਿਲੀਕਾਨ اور ਸੌਫਟ ਸਿਲੀਕਾਨ ਹੈ ਜਿਹੜੇ ਕਿ ਦੰਦਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਹਾਂ ਜੇ ਉਹਨੂੰ ਤੁਸੀਂ ਲੰਬਾਈ ਦੇ ਰੁੱਖ ਦੀ بجائے ਤੁਸੀਂ ਚੌੜਾਈ ਦੇ ਰੁੱਖ ਕਰੋਗੇ ਫਿਰ ਉਹ ਹੀਟ ਪੈਦਾ ਕਰਕੇ ਦੰਦਾਂ ਨੂੰ ਕਸਾਏਗਾ ਇਹਨਾਂ ਕੇ ਦੰਦਾਂ ਨੂੰ ਵਰਟੀਕਲੀ ਉੱਪਰ ਤੋਂ نیچے ਦੰਦ ਸੌਫ ਕਰੋਗੇ ਔਰ ਨਾਰਮਲ ਪ੍ਰੈਸ਼ਰ ਨਾਲ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਦੇ ਦੇਣਾ ਕਿਉਂਕਿ ਸਾਡੇ ਕੋਲ ਕਈ ਪੇਸ਼ੈਂਟ ਆਉਂਦੇ ਨੇ ਜੀ ਸੰਰਸਿਤ ਬਰਸ਼ ਦਸਵਾ ਕਰਨੇ ਆ ਲੇਕਿਨ ਵੇ ਠੰਡਾ ਗਰਮ ਲੱਗਦਾ ਪਤਾ ਚੱਲਦਾ ਵੀ ਉਹ ਐਨੀ ਜ਼ੋਰ ਦੀ ਕਰਦੇ ਨੇ ਵੀ ਉਹ ਦੰਦ ਰਗੜੇ ਜਾਂਦੇ ਨੇ ਔਰ ਬ੍ਰਸ਼ਿੰਗ ਕੱਟ ਪੈ ਜਾਂਦੇ ਨੇ ਜਿਸ ਤਰ੍ਹਾਂ ਬਰਸ਼ ਨਾ ਕਰਨਾ ਨੁਕਸਾਨਦੇ ਹੈ ਇਸ ਤਰ੍ਹਾਂ ਸਖਤ ਤਰੀਕੇ ਨਾਲ ਜ਼ਿਆਦਾ ਬਰਸ਼ ਕਰਨਾ ਵੀ ਨੁਕਸਾਨਦੇ ਹੈ ਜ਼ਬਰਦਸਤ ਬਰਸ਼ ਕਰਨਾ ਵੀ ਨੁਕਸਾਨਦੇ ਹੈ ਸਿਲੀਕਾਨ ਜਿਹੜਾ ਹੈ ਉਹ ਇੱਕ ਐਸਾ ਮਟੀਰੀਅਲ ਹੈ ਜਿਹੜਾ ਹਲੇ ਤੱਕ ਇਨਸਾਨ ਨੇ ਇਨਵੈਂਟ ਕੀਤਾ ਫਾਰ ਦਦੀਤ ਔਰ ਉਹ ਹਲੇ ਤੱਕ ਕੰਮ ਬਿਹਤਰੀਨ ਕਰ ਰਿਹਾ ਹੈ ਬਿਲਕੁਲ ਔਰ ਫਰਦਰ ਜੇ ਹਲੇ ਕੋਈ आ, रिसर्च ਨਹੀਂ ਹੋ ਰਹੀ ਕਿ ਇਸ ਤੋਂ ਇਲਾਵਾ ਵੀ ਕੋ ਮਟੀਰੀਅਲ ਹੋ ਸਕਦਾ ਸ਼ਾਇਦ ਜਿਹੜਾ ਇਸ ਤੋਂ ਬਿਹਤਰ ਕੰਮ ਕਰੇ ਉਹਨਾਂ ਅੱਗੇ ਬਸਤੇ ਇਲੈਕਟ੍ਰੋਨਿਕ ਬਰਸ਼ਸ ਆ ਗਏ ਔਰ ਉਹ ਆਟੋਵਾਸ਼ਰ ਆ ਗਏ ਉਹ ਆਪਣੀ ਜਗ੍ਹਾ ਨੇ ਲੇਕਿਨ ਬਰਸ਼ ਹੋਰ ਇਸ ਮਸਵਾਗ ਦੀ ਹੈ ਮੇਦ ਆਪਣੀ ਜਗ੍ਹਾ ਕਿਉਂਕਿ ਜੋ ਬਰਸ਼ ਇਸ ਮਸਵਾਗ ਦੇ ਫਾਈਬਰਸ ਨੇ ਕੰਮ ਕਰਨਾ ਨਾ ਉਹ ਕੋ ਲਿਕਵਿਡ ਜਾਂ ਕੋ ਮਾਊਥਵਾਸ਼ ਉਹ ਕੰਮ ਨਹੀਂ ਕਰ ਸਕਦਾ ਸਹੀ ਮੈਨੂੰ ਲੱਗ ਕਵਿਕਲੀ ਦੱਸੋ ਕਿ ਤੁਹਾਡੀ ਰੁਟੀਨ ਕੀ ਹੁੰਦੀ ਹੈ ਬਿੰਗ ਸਿੰਗਰ ਕਿਉਂਕਿ ਰਿਆਜ਼ ਜਿਹੜਾ ਉਹ ਤੇ ਮਸਟ ਹੁੰਦਾ ਇੱਕ ਸਿੰਗਰਾਸਤੇ ਲੇਕਿਨ ਅੱਜ ਕੱਲ੍ਹ ਵੇਖਿਆ ਗਿਆ ਕਿ ਲੋਕ ਕਹਿੰਦੇ ਨੇ ਕਿ ਯਾਰ ਠੀਕ ਹੈ ਸੁਣਾਈ ਰਹੇ ਆ ਨਾ ਚੱਲ ਹੀ ਰਿਹਾ ਤੇ ਹੁਣ ਕੀ ਰਿਆਸ ਕਰਨਾ ਤੁਸੀਂ ਕਿੰਨਾ ਕੁ ਕਰਦੇ ਹੋ ਜਿਹੜੀ ਸਾਡੀ ਰੋਟੀਨ ਹੈ ਉਹ ਬਹੁਤ ਹੀ ਇਸ ਮਾਮਲੇ 'ਚ ਬਹੁਤ ਟਫ ਏ ਕਿ ਅਸੀਂ ਸਟੂਡੈਂਟ ਵੀ ਹਾਂ ਅਸੀਂ ਸਵੇਰੇ ਉੱਠਦੇ ਆਂ ਕਲਾਸ 'ਚ ਜਾਂਦੇ ਆਂ 2 ਵਜੇ ਤੱਕ ਕਲਾਸਾਂ ਹੁੰਦੀਆਂ ਨੇ ਤੇ ਨਾਲ ਅਸੀਂ ਜਿਹੜਾ ਆਪਣੇ ਪ੍ਰੋਜੈਕਟ ਤੇ ਵੀ ਕੰਮ ਕਰ ਰਹੇ ਆਂ ਜਿਹੜਾ ਸਾਡਾ ਥੀਸਿਸ ਏ ਕਿਉਂਕਿ ਮੈਂ ਲਾਸਟ ਈਅਰ ਦੇ ਸਟੂਡੈਂਟ ਆਂ 2 ਵਜੇ ਤੋਂ ਲੈ ਕੇ 5-6 ਵਜੇ ਤੱਕ ਫਿਰ ਅਸੀਂ 뮤직 ਸੁਸਾਇਟੀ ਵਿੱਚ ਹੁੰਨੇ ਆਂ ਫਿਰ ਅਸੀਂ ਉੱਥੇ ਗਾਣੇ ਵੀ ਆਂ ਵਜਾਣੇ ਵੀ ਆਂ ਤੇ ਸਿੱਖਣੇ ਵੀ ਆਂ ਸਿਖਾਣੇ ਵੀ ਆਂ ਸਾਡੇ ਜੂਨੀਅਰਸ ਨੂੰ ਤੇ ਇਸ ਤੋਂ ਬਾਅਦ ਮੈਂ ਆਪਣੀ ਕਲਾਸਿਸ ਵੀ ਲੈਣੀ ਆ ਜਿਹੜੇ ਮੇਰੇ ਉਸਤਾਦ ਨੇ ਉਹ ਉਹਨਾਂ ਤੋਂ ਬਾਅਦ ਫਿਰ ਅਸੀਂ ਡਿਫਰੈਂਟ ਇਵੈਂਟਸ ਤੇ ਜਾਈਦਾ ਪਰਫਾਰਮ ਕਰਨ ਵਾਸਤੇ ਤੁਸੀਂ ਬੁਲਾ ਲੈਂਦੇ ਹੋ ਜਾਂ ਅਸੀਂ ਕਿਤੇ ਹੋਰ ਚਲੇ ਜਾਂਦੇ ਆ ਜੀ ਬਹੁਤ ਸ਼ੁਕਰੀਆ ਤੁਸੀਂ ਆਏ ਸਾਡੇ ਕੋਲ ਤੇ ਆਇਂਦਾ ਵੀ ਕਿਸੇ ਪ੍ਰੋਗਰਾਮ 'ਚ ਤੁਹਾਨੂੰ ਦਾਵਤ ਦਾਂਗੇ ਔਰ ਨੈਮਸ ਦੇ ਬਾਕੀ ਬੱਚਿਆਂ ਨੂੰ ਵੀ ਜਿਹੜੇ ਸੀਨੀਅਰ ਜੂਨੀਅਰਸ ਸਾਰਿਆਂ ਨੂੰ ਡਾਕਟਰ ਸਾਹਿਬ ਸਾਡਾ ਤੇ ਘਰ ਵਾਲਾ ਮਾਮਲਾ ਹੋ ਗਿਆ ਔਰ ਸ਼ੁਕਰੀਆ ਕਿ ਤੁਸੀਂ ਟਾਈਮ ਕੱਢਦੇ ਹੋ ਤੁਹਾਡਾ ਸ਼ੁਕਰੀਆ ਸਰ ਇਸ ਇਸ ਦਫਾ ਅਸੀਂ ਗੀਤ ਵੀ ਸੁਣ ਲਿਆ ਅਗਲੀ ਦਫਾ ਜਿਹੜਾ ਨਾ ਪੰਜਾਬੀ ਗਾਣਾ ਵੀ ਤੁਹਾਡੇ ਕੋਲ ਸੁਣਾਵਾਂਗੇ ਥੈਂਕ ਯੂ ਸੋ ਮਚ ਫ ਕਮਿੰਗ ਥੈਂਕ ਯੂ ਸੋ ਮਚ ਫ ਕਮਿੰਗ ਫੇਰ ਕਿਸੇ ਟਾਈਮ ਬਵਾਂਗੇ ਜਿਹੜੀਆਂ ਰਹਿ ਗਈਆਂ ਨੇ ਉਹ ਕਰਾਂਗੇ ਜੀ ਨਾਜ਼ਰਿਨ ਵੇਲਾ ਹੋ ਗਿਆ ਬ੍ਰੇਕ ਦਾ ਬ੍ਰੇਕ ਤੇ ਜਾਵਾਂਗੇ ਮੁੜ ਕੇ ਵਾਪਸ ਆਵਾਂਗੇ ਤੇ ਇੱਕ ਹੋਰ ਪਰੋਣੇ ਸਾਡੇ ਨਾਲ ਹੋਣਗੇ ਰਹਿਣਾ ਸਾਡੇ ਨਾਲ ਪਹਿਲੇ ਜਿਹੜੇ ਸਾਡੇ ਪ੍ਰੋਣੇ ਸਨ ਉਹ ਇੱਕ ਆਦੀਪ ਸਨ ਅਸੀਂ ਪੰਜਾਬੀ ਅਦਬ ਦੀ ਗੱਲ ਕੀਤੀ ਉਸ ਤੋਂ ਬਾਅਦ ਅਸੀਂ ਦੰਦਾਂ ਦੇ ਡਾਕਟਰ ਦੇ ਨਾਲ ਗੱਲ ਕੀਤੀ ਡੈਂਟਿਸਟਰੀ ਦੀ ਔਰ ਇੱਕ ਨੌਜਵਾਨ ਸਿੰਗਰ ਸਾਡੇ ਨਾਲ ਮੌਜੂਦ ਸਨ ਗਾਇਕੀ ਦੀ ਗੱਲ ਹੋਈ ਹੁਣ ਸਾਡੇ ਸਟੂਡੀਓ ਵਿੱਚ ਜਿਹੜੇ ਪ੍ਰੋਣੇ ਨੇ ਉਹਨਾਂ ਦਾ ਤਾਲੁਕ ਅਦਾਕਾਰੀ ਦੇ ਨਾਲ ਇੱਕ ਐਸਾ ਮੁਸ਼ਕਿਲ ਸ਼ੋਭਾ ਜਿੰਨੂੰ ਹਰ ਕੋਈ ਪਰਖੂ ਨਹੀਂ ਕਰ ਸਕਦਾ ਔਰ ਹਰ ਕੋਈ ਟਿਕ ਵੀ ਨਹੀਂ ਸਕਦਾ ਲੇਕਿਨ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਮੇਰੀ ਉਮਰ ਦੇ ਨੌਜਵਾਨਾਂ ਚ ਜਿਹੜੀ ਉਹ ਉਹਨਾਂ ਦੇ ਜ਼ਿਹਨਾਂ ਦਾ ਹਿੱਸਾ ਇਸ ਲਈ ਬਣ ਗਿਆ ਕਿਉਂਕਿ ਬਚਪਨ ਚ ਜਦੋਂ ਕੋਈ ਚੀਜ਼ ਵੇਖਦੇ ਤੇ ਉਹ ਹਮੇਸ਼ਾ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਦੀ ਯਕੀਨੀ ਤੌਰ ਤੇ ਪਾਕਿਸਤਾਨ ਟੈਲੀਵਿਜ਼ਨ ਸੈਂਟਰ ਦੇ ਤੁਸੀਂ ਬੱਚਿਆਂ ਦਾ ਇੱਕ ਡਰਾਮਾ ਜ਼ਰੂਰ ਵੇਖਿਆ ਹੋਵੇਗਾ ਜਿਹਨੂੰ ਹਫੀਜ਼ ਤਾਹਿਰ ਸਾਹਿਬ ਨੇ ਪ੍ਰੋਡਿਊਸ ਕੀਤਾ ਨਾਂ ਸੀ ਅਨਕਵਾਲਾ ਜਿੰਨ ਔਰ ਉਹਦੇ ਵਿੱਚ ਜਿਹੜੇ ਜਿਹੜੇ ਐਕਟਰ ਨੇ ਕੰਮ ਕੀਤਾ ਉਹ ਯਾਦਗਾਰ ਬਣ ਗਿਆ ਔਰ ਹਰ ਕੈਰੈਕਟਰ ਜਿਹੜਾ ਅੱਜ ਵੀ ਸਾਡੇ ਨਾਲ ਜਿਉਂਦਾ ਇਨਾਂ ਸਾਰੇ ਕੈਰੈਕਟਰਸ ਦੇ ਵਿੱਚੋਂ ਜਿੱਥੇ ਜ਼ਕੂਟਾ ਜਿੰਸੀ ਨਸਤੂਰ ਸੀ ਬਲ ਬਤੋੜੀ ਸੀ ਹਮੂਨ ਜਾ ਇੱਕ ਕੈਰੈਕਟਰ ਜਿਹੜਾ ਉਹਨਾਂ ਸਾਰਿਆਂ ਚੋਂ ਵੱਖਰਾ ਸੀ ਜਿਹੜਾ ਕਿ ਲੱਗਦਾ ਕਿ ਯੂਰਪ ਤੋਂ ਇੰਪੋਰਟ ਕੀਤਾ ਗਿਆ ਸੀ ਇਹ ਵੀ ਪੁੱਛਾਂਗੇ ਕਿ ਭਈ ਇਹ ਕਿਸ ਤਰ੍ਹਾਂ ਆਈਡੀਆ ਆਇਆ ਕਿਸ ਤਰ੍ਹਾਂ ਫਿੱਟਨ ਹੋਇਆ ਉਹ ਚਾਰਲੀ ਮਾਮੂਦਾ ਕੈਰੈਕਟਰ ਸੀ ਜਿਹੜਾ ਕਿ ਪਰਫਾਰਮ ਕੀਤਾ ਗਿਆ ਸੀ ਅ ਅਸਦ ਭੰਡਾਰਾ ਸਾਹਿਬ ਵੱਲੋਂ ਜਿਹੜੇ ਸਾਡੇ ਸਟੂਡੀਓ ਵਿੱਚ ਇੱਥੇ ਮੌਜੂਦ ਨੇ ਇਹਨਾਂ ਤੋਂ ਪਹਿਲੇ ਆਮਰ ਹਯਾਤ ਭੰਡਾਰਾ ਸਾਹਿਬ ਵੀ ਇਸ ਸ਼ੋਅ ਦਾ ਹਿੱਸਾ ਹੈ ਲੇਕਿਨ ਅੱਜ ਸ਼ਾਇਦ ਉਹਨਾਂ ਦੇ ਰਿਸ਼ਤੇਦਾਰ ਨਹੀਂ ਹੈ ਕਿ ਸਿਲਸਿਲਾ ਵੀ ਉਹਨਾਂ ਕੋ ਪੁੱਛਾਂਗੇ ਅਸਦ ਬੰਡਾਰਾ ਸਾਹਿਬ ਸਾਡੇ ਨਾਲ ਮੌਜੂਦ ਨੇ ਔਰ ਮੇਰੇ ਔਰ ਤੁਹਾਡੇ ਸਭ ਦੇ ਪਸੰਦੀਦਾ ਚਾਰਲੀ मामੂ ਸਾਡੇ ਨਾਲ ਮੌਜੂਦ ਨੇ ਅਸਲਾਮੁਅਲੈਕਮ ਜੀ ਅਸਲਾਮੁਅਲੈਕਮ ਜੀ ਖੈਰੀਅਤ ਹੈ ਜੀ ਠੀਕ ਹੋ ਤੁਸੀਂ ਕੈਸੀ ਤਬੀਅਤ ਹੈ ਮੈਂ ਬਿਲਕੁਲ ਠੀਕ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਜਿਹੜਾ ਇੰਟਰੋ ਦੇ ਵਿੱਚ ਮੈਂ ਜ਼ਿਕਰ ਕੀਤਾ ਕਿ ਜਿੰਨ ਪੂਤ ਨੇ ਜਾਂ ਲੋਕਲ ਕਰੈਕਟਰ ਨੇ ਸਾਰਾ ਕੁਝ ਜੋ ਚ ਹੋ ਰਿਹਾ ਤੇ ਵਿੱਚ ਇੱਕ ਇੰਗਲਿਸ਼ ਕਰੈਕਟਰ ਆਉਂਦਾ ਜਿਹੜਾ ਜਿਹਦੀ ਬੋਲੀ ਵੀ ਜਿਹੜੀ ਹੈ ਉਹ ਸਭ ਤੋਂ ਵੱਖਰੀ ਹੈ ਔਰ ਉਹਦਾ ਅਟਾਇਰ ਵੀ ਵੱਖਰਾ ਹੈ ਇਹ ਚਾਰਲੀ ਮਾਮੂ ਕਿਸ ਤਰ੍ਹਾਂ ਰਾਈਟਰ ਨੇ ਬਣਾਇਆ ਔਰ ਫਿਰ ਤੁਹਾਨੂੰ ਪਰਸੂ ਕੀਤਾ ਗਿਆ ਜਾਂ ਕੀ ਸਿਲਸਿਲਾ ਸੀ ਅ ਬਸ ਮੈਂ ਸਮਝ ਨਹੀਂ ਆ ਗਈ ਇੱਕ ਡਰਾਮੇ ਦੇ ਵਿੱਚ ਜਿੰਨੀ ਵੈਰਾਈਟੀ ਹੁੰਦੀ ਹੈ ਨਾ ਉਹ ਇੱਕ ਡਾਇਰੈਕਟਰ ਸੋਚਦਾ ਹੈ ਉਹਦੇ ਬਾਰੇ ਵਿੱਚ ਹਮਮ ਕਿ ਅਸੀਂ ਇਹਨੂੰ ਕਿਵੇਂ ਹਟਕਾਣਾ ਹੈ ਹਮਮ ਤੇ ਮੇਰਾ ਖਿਆਲ ਹੈ ਖਾਸ ਇਹਦੇ ਵਿੱਚ ਕਰੈਕਟਰ ਬਣਾਉਣ ਚ ਹਫੀਜ਼ ਭਾਈ ਹਮਮ ਹਫੀਜ਼ ਦਾ ਜਿਹੜੇ ਸਾਡੇ ਪ੍ਰੋਡਿਊਸਰ ਸਨ ਜੀ ਤੇ ਉਹਨਾਂ ਨੇ ਮੈਨ ਸਿਲੈਕਟ ਕੀਤਾ ਸੀ ਇਹਦੇ ਲਈ ਅੱਛਾ 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 ਸਰ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ تعلق ਕਿਹੜੀ ਧਰਤੀ ਤੋਂ ਹੈ ਪੰਜਾਬ ਦੇ ਵਿੱਚ ਕਿੱਥੇ ਤੁਹਾਡੀ ਪੈਦਾਇਸ਼ ਹੁੰਦੀ ਹੈ ਔਰ ਫਿਰ ਅੱਜਕੱਲ ਕਿੱਥੇ ਤੁਸੀਂ ਰਿਹਾਇਸ਼ ਪ지ਰੋ ਮੈਂ ਵੀ ਪਾਕਪੋਤਨ ਸ਼ੀਫ ਤੋਂ ਬਿਲੋਂਗ ਕਰਨਾ ਜੀ ਜੀ ਮਾਸ਼ਾਅੱਲਾ ਬਾਬਾ ਫਰੀਦ ਬੜੀ ਵੱਡੀ ਹਸਤੀ ਨੇ ਉਸ ਹਵਾਲੇ ਨਾਲ ਪੂਰੇ ਬਰੇਸੀਰ ਚ ਇੱਕ ਨਾਮ ਹੈ ਸਾਡੇ ਸ਼ਹਿਰ ਦਾ ਹਮ ਹਮ ਤੇ ਉਸਨੂੰ ਜੋ ਵੀ ਬਜ਼ੁਰਗੀ ਦਾ ਇੱਕ ਇਫਾਦਿਅਤ ਮਿਲਦੀ ਹੈ ਉਥੋਂ ਹਮ ਹਮ ਅਸੀਂ ਮਾਸ਼ਾਅੱਲਾ ਉੱਥੇ ਹੀ ਮੈਂ ਵੱਡਾ ਹੋਇਆ ਪੈਦਾ ਉੱਥੇ ਹੀ ਹੋਇਆ ਹੂੰ ਹੂੰ ਵਧੀਆ ਅੱਛਾ ਇਹ ਗੱਲ ਇਸ ਲਈ ਖੁੱਲੀ ਸੀ ਕਿ ਉਹਨਾਂ ਨਾਲ ਐਵੇਂ ਗੱਲ ਹੋ ਰਹੀ ਸੀ ਮੈਂ ਕਿਹਾ ਭੰਡਾਰਾ ਉਹਨਾਂ ਮੈਨੂੰ ਕਿਹਾ ਕਿ ਮੇਰਾ ਨਾਂ ਸਹੀ ਲੈਣਾ ਭੰਡਾਰਾ ਕਹਿਣਾ ਅਕਸਰ ਐਂਕਰਸ ਨਹੀਂ ਸਹੀ ਲੈਂਦੇ ਮੈਂ ਕਿਹਾ ਜੀ ਮੈਂ ਕੋਸ਼ਿਸ਼ ਕਰਾਂਗਾ ਔਰ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜੀ ਗੋਤ ਇਹ ਘਟ ਤਦਾਦ ਵਿੱਚ ਇਸ ਲਈ ਘਟ ਘਟ ਤੁਹਾਨੂੰ ਭੰਡਾਰਾ ਲੱਭਦੇ ਨੇ ਤਾਂ ਕਰਕੇ ਸੀ ਬਿਲਕੁਲ ਐਕਚੁਅਲੀ ਭੰਡਾਰਾ ਅਸੀਂ ਖੈਰਾਤ ਜਿਹੜੀ ਵੰਡਨੇ ਆ ਨਾ ਜੀ 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 ਉਹ ਅਸੀਂ ਉਹ ਸਾਨੂੰ ਅੱਲ ਮਿਲੀ ਹੋਈ ਹੈ ਅੱਛਾ ਉਹ ਜਿਹੜਾ ਭੰਡਾਰਾ ਵੰਡੇ ਬੰਡਾਰਾ ਜਿਹੜਾ ਵੰਡੇਓ ਤੁਸੀਂ ਸਹੀ ਮੇਰੇ ਦਾਦਾ ਜੀ ਜਿਹੜੇ ਡੇਲੀ ਸ਼ਾਮ ਨੂੰ ਬੱਚਿਆਂ ਨੂੰ ਹੁਕਮ ਹੁੰਦਾ ਸੀ ਕਿ ਗੰਧਮ ਦੇ ਗੋਦਾਮ ਖੋਲ ਦੇਣੇ ਨੇ ਚੰਦ ਸਿੱਕੇ ਉਸ ਵਕਤ ਥੋੜੇ ਪੈਸੇ ਦੀ ਬੜੀ ਵੈਲੀ ਹੁੰਦੀ ਸੀ ਹਮ ਤੇ ਉਹ ਚੰਦ ਦੇ ਸਿੱਕੇ ਔਰ ਗੰਧਮ ਜਿਹੜੀ ਹੈ ਉਹ ਰੋਜ਼ਾਨਾ ਵਰਤਾਂਦੇ ਸਨ ਸਹੀ ਫੇਰ ਇਲਾਕੇ ਜਿੰਨੇ ਵੀ ਜਿੰਨੇ ਵੀ ਉਦੋਂ ਬ੍ਰਿਟਾਨੀਆ ਰਾਜ ਸੀ ਹਮ ਤੇ ਉਦੋਂ ਜਿੰਨੇ ਵੀ ਗੋਰੇ ਤੇ ਜਿਹੜੇ ਇਲਾਕੇ ਦੇ ਜ਼ਿਮੀਂਦਾਰ ਉਹ ਉਹਨਾਂ ਸਭ ਨੇ ਜਿਹੜਾ ਸਾਨੂੰ ਫਿਰ ਇਹ ਲਕਬ ਦੇ ਤੌਰ ਤੇ ਮੇਰੇ ਦਾਦਾ ਜੀ ਦੇ ਭੰਡਾਰਾ ਵੰਡਣ ਦੀ ਵਜ੍ਹਾ ਤੋਂ ਅੱਛਾ ਤੇ ਉਹਨਾਂ ਨੇ ਸਾਡਾ ਇਹ ਅਲ ਦੇ ਤੌਰ ਤੇ ਭੰਡਾਰਾ ਹੀ ਨਾਮ ਰੱਖ ਦਿੱਤਾ ਇਹ ਵੈਸੇ ਇਨਫੋਰਮੇਸ਼ਨ ਕੱਟ ਲੋਕਾਂ ਕੋਲ ਹੋਏਗੀ ਰਾਜ ਟੈਲੀਵਿਜ਼ਨ ਦੇ ਥਰੂ ਕਾਫੀ ਲੋਕਾਂ ਤੱਕ ਪਹੁੰਚ ਗਿਆ ਭਰਨਾ ਭੰਡਾਰਾ ਅਕਲੀਅਤ ਵੀ ਨੇ ਬਹੁਤ ਜੀ ਬਿਲਕੁਲ ਇਸੇ ਤਰ੍ਹਾਂ ਅੱਛਾ ਤੁਹਾਨੂੰ ਜਿਹੜੇ ਕੈਰੈਕਟਰ ਚ ਮੈਂ ਆਪਣੇ ਬਚਪਨ ਚ ਵੇਖਿਆ ਸੀ ਔਰ ਮੈਨੂੰ ਖੁਸ਼ੀ ਹੋ ਰਹੀ ਕਿ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਲੇਕਿਨ ਉਹ ਇੱਕ ਹੋਰ ਐਕਸੈਂਟ ਬੋਲਣ ਵਾਲਾ ਬੰਦਾ ਸੀ ਹੁਣ ਤੁਸੀਂ ਪੰਜਾਬੀ ਬੋਲ ਰਹੇ ਹੋ ਇਟਸ ਕਾਈਟ ਡਿਫਿਕਲਟ ਟੂ ਅੰਡਰਸਟੈਂਡ ਇਹ ਵਾਲੀ ਸਿਚੁਏਸ਼ਨ ਬਣ ਗਈ ਹੈ ਜਿਹੜੀ ਕਿ ਕਾਫੀ ਇੰਟਰਸਟਿੰਗ ਹੈ ਤੁਹਾਡੇ ਲਈ ਸਰਪ੍ਰਾਈਜ਼ ਹੈ ਤੁਸੀਂ ਮੈਂ ਨਾ ਨਹੀਂ ਦੇਖਿਆ ਹਾਂ ਹਾਂ ਬਿਲਕੁਲ ਇਸੇ ਤਰ੍ਹਾਂ ਅੱਛਾ ਇਹ ਕਰੈਕਟਰ ਕਰਨ ਦੇ ਜਦੋਂ ਸਟਾਰਟ ਤੁਹਾਨੂੰ ਦੱਸਿਆ ਕਿ ਵੀ ਤੁਸਾਂ ਇਹ ਕਰਨਾ ਹੈ ਤੇ ਇੱਕ ਤੇ ਡਾਇਰੈਕਟਰ ਦੱਸਦਾ ਪ੍ਰੋਡਿਊਸਰ ਦੱਸਦਾ ਹੈ ਔਰ ਹੋਰ ਸਾਰਾ سلسلہ ਕਰ ਹੁੰਦਾ ਇੱਕ ਐਕਟਰ ਆਪੀ ਵੀ ਵਿੱਚ ਕੋਈ ਚੀਜ਼ ਐਡ ਐਡ-ਆਨ ਕਰ ਰਿਹਾ ਹੁੰਦਾ ਬਣਾ ਰਿਹਾ ਹੁੰਦਾ ਹਾਊ ਯੂ ਡਿਵੈਲਪਡ ਦਿਸ ਪਾਰਟਿਕੂਲਰ ਕਰੈਕਟਰ ਬੇਸਿਕਲੀ ਤੁਹਾਡੇ ਜਦੋਂ ਇੱਕ ਜ਼ਿੰਮੇਵਾਰੀ ਪੈ ਜਾਂਦੀ ਹੈ ਨਾ ਤੇ ਫਿਰ ਤੁਹਾਡੇ ਜੀ ਇੱਕ ਪੈਸ਼ਨ ਹੁੰਦਾ ਹੈ ਤੇ ਫਿਰ ਤੁਸੀਂ ਕਰ ਜਾਂਦੇ ਹੋ ਤੁਹਾਡੇ 'ਚ ਇੱਕ ਕਰੈਕਟਰ ਤੋਂ ਕਈ ਕਰੈਕਟਰ ਫਿਰ ਬੋਲਣਾ ਸ਼ੁਰੂ ਹੋ ਜਾਂਦੇ ਨੇ ਜਿਸ ਤਰ੍ਹਾਂ ਮੈਚਿਓਰਿਟੀ ਆਂਦੀ ਹੈ ਤੁਸੀਂ ਕੈਮਰਾ ਫੇਸ ਕਰਦੇ ਹੋ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਢਾਲ ਲੈਂਦੇ ਹੋ ਤੇ ਫਿਰ ਬਹੁਤ ਸਾਰੀ ਉਹ ਤੁਹਾਡੇ 'ਚ ਕ੍ਰੀਏਟੀਵਿਟੀ ਜਿਹੜੀ ਹੈ ਉਹ ਫਿਰ ਰੰਗ ਲਿਆਂਦੀ ਇਹ ਚਾਹ ਦੇ ਵਿੱਚ ਇਕੱਲਾ ਡੋਬ ਕੇ ਜਿਹੜਾ ਸਟੈਂਡ ਸੀ ਇਹ ਤੁਹਾਡਾ ਸੀ ਜਾਂ ਪ੍ਰੋਡਿਊਸਰ ਦਾ ਸੀ ਇਹ ਸਾਰਾ ਜਿਹੜਾ ਇਹ ਹਮੀਦ ਸਾਹਿਬ ਜਿਹੜੇ ਰਾਈਟਰ ਨੇ ਸਾਡੇ ਜੀ ਦੇਖੋ ਹਫੀਜ਼ ਭਾਈ ਨੇ ਇੱਕ ਕਰੈਕਟਰ ਦਿੱਤਾ ਉਹਨਾਂ ਨੇ ਜਦੋਂ ਮੈਂ ਪਹਿਲੇ ਤਰਾਸ਼ਿਆ ਵੇਖਦੇ ਰਹੇ ਤੇ ਉਹਦੇ ਬਾਅਦ ਉਹਨਾਂ ਕਹਿਆ ਜਾ ਵੀ ਸਾਡੇ ਉਹ ਮਰਹੂਮ ਅਫਜ਼ਾਲ ਸਾਹਿਬ ਹਮਮ ਮੋਸ ਸੀਨੀਅਰ ਜਿਹੜੇ ਸਾਡੇ ਮੇਕਅਪ ਆਰਟਿਸਟ ਸਨ ਉਹਨਾਂ ਨੇ ਕਿਹਾ ਜਾ ਕੇ ਮੁੱਛ ਲਗਵਾਵੀ ਲੇਕਿਨ ਉਹ ਆਏ ਤੇ ਮੈਂ ਦੇਖਦੇ ਰਹੇ ਮੇਕਅਪ ਚ ਉਹਨਾਂ ਨੇ ਕਿਹਾ ਨਹੀਂ ਤੂੰ ਚਾਰਲੀ ਚੈਪਲਿਨ ਨੂੰ ਕਾਪੀ ਕਰਨਾ ਹਮਮ ਔਰ ਉਹ ਸਾਡਾ ਪਾਇਲਟ ਜਾਣਾ ਸੀ اسلامਾਬਾਦ ਉਹ ਮਾਸ਼ਾਅੱਲਾ ਅਪਰੂਵ ਹੋਇਆ ਉਹਦੇ ਬਾਅਦ ਫਿਰ ਮੇਰਾ ਕਰੈਕਟਰ ਜਿਹੜਾ ਹੈ ਉਹ ਏ ਹਮੀਦ ਸਾਹਿਬ ਨੇ ਵੀ ਉਹਨੂੰ ਸ਼ੇਪ ਅਪ ਕੀਤਾ ਬਹੁਤ ਬਿਹਤਰ ਉਹਨਾਂ ਨੇ ਫਿਰ ਕੇਲੇ ਦੀ ਕੰਟੀਨਿਊਟੀ ਦਿੱਤੀ اچھا ਇਸ ਕੈਰੈਕਟਰ ਤੋਂ ਇਲਾਵਾ ਜਿਹੜੀਆਂ ਤੁਹਾਡੀ ਪਰਫਾਰਮੈਂਸਸ ਨੇ ਉਹਨਾਂ ਦੇ ਬਾਰੇ ਵੀ ਸਾਨੂੰ ਦੱਸੋ ਹੋਰ ਐਕਟਿੰਗ ਕਿਹੜੇ ਕਿਹੜੇ ਪਲੇਸ ਦੇ ਵਿੱਚ ਤੁਸੀਂ ਕੀਤੀ ਹੈ theater ਚ ਕੀਤੀ ਹੈ ਬਾਕੀ ਪਲੇਟਫਾਰਮਸ ਤੇ ਨਹੀਂ ਮੈਂ ਸੁਮੇਨਾ ਮਾਸ਼ੱਲਾ ਮੇਰੇ ਲਈ ਇਹਨਾਂ ਕੋਲ ਜਿੰਨੀ ਇੱਕ ਸਿਕਾ ਹੈ ਹਮਮ ਔਰ ਮੈਂ ਉਹਦੀ ਖਿਦਮਤ ਜਿਹੜੀ ਹੈ ਨਾ ਉਹਨਾਂ ਨੂੰ ਉਜਾਇਆ ਨਹੀਂ ਕਰਨਾ ਚਾਹੁੰਦਾ ਅੱਛਾ ਅੱਛਾ ਤੇ ਮੈਂ ਉਹਦੇ ਇਲਾਵਾ ਕੀਤਾ ਵੀ ਨਹੀਂ ਨਾ ਹੀ ਮੈਨੂੰ ਕੋਈ ਆਫਰ ਆਈ ਹੈ ਲੇਕਿਨ ਮੈਂ ਖੁਸ਼ ਹਾਂ ਇਹਦੇ ਤੇ ਤੇ ਫਿਰ ਤੁਸੀਂ ਐਕਟਿੰਗ ਮਤਲਬ ਪਰਸੂ ਉਸ ਤਰ੍ਹਾਂ ਨਹੀਂ ਕੀਤੀ ਔਰ ਐਜ਼ ਅ ਚਾਈਲਡ ਸਟਾਰ ਜ਼ਾਇਰ ਤੁਸੀਂ ਨਹੀਂ ਸੋਏ ਲੇਕਿਨ ਕਿਸ ਤਰ੍ਹਾਂ ਫਿਰ ਤੁਸੀਂ ਡਰਾਮੇ ਦੇ ਵਿੱਚ ਆ ਗਏ ਮੈਨੂੰ ਫੀਸ ਬਈ ਨਹੀਂ ਪਸੰਦ ਕੀਤਾ ਜੀ ਉਹਨਾਂ ਨੇ ਰੱਖਿਆ ਹਾਂ ਉਹਨਾਂ ਨਾਲ ਲਿੰਕ ਸੀ ਤੇ ਉਹਨਾਂ ਨੇ ਕਿਹਾ ਦੇਖਨੇ ਤੂੰ ਕਰ ਸਕਨੇ ਤੇ ਉਹ ਮਾਸ਼ਾਅੱਲਾ ਉਹਨਾਂ ਦੇ ਮਿਆਰ ਤੇ ਫਿਰ ਮੈਂ ਪੂਰਾ ਉਤਰਿਆ ਇੱਕ ਵੱਡੇ ਡਰਾਮੇ ਦਾ ਹਿੱਸਾ ਬਣ ਕੇ ਅੱਜ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਬੱਚਿਆਂ ਲਈ ਜਿਹੜਾ ਕੰਟੈਂਟ ਹੈ ਉਹ ਸਾਡੇ ਟੀਵੀ ਜਨ ਤੇ ਨਾ ਹੋਣ ਦੇ ਬਰਾਬਰ ਹੈ ਇੱਕ ਪੀਟੀਵੀ ਨੂੰ ਕ੍ਰੈਡਿਟ ਜਾਂਦਾ ਜਿਨੇ ਇਹ ਡਰਾਮਾ ਬਣਾਇਆ ਉਸ ਤੋਂ ਬਾਅਦ ਵੀ ਉਹਨਾਂ ਕਾਫੀ ਕੋਸ਼ਿਸ਼ਾਂ ਕੀਤੀਆਂ ਬੱਚਿਆਂ ਆਸਤੇ ਬਣਾਉਣ ਆਸਤੇ ਡਾਟਾ ਕੰਟੈਂਟ ਅੱਜਕੱਲ ਅਗਰ ਨਹੀਂ ਆ ਰਿਹਾ ਤੇ ਤੁਹਾਨੂੰ ਕਿਹਦਾ ਮਹਿਸੂਸ ਹੁੰਦਾ ਹੈ ਔਰ ਉਹਦਾ ਨੁਕਸਾਨ ਕੀ ਹੋ ਰਿਹਾ ਹੈ ਜੀ ਇਹ ਤੇ ਸੰਸਦ ਮੈਂ ਸੀ ਜਿਹੜੇ ਲੋਕ ਬਾਹਰ ਬੈਠੇ ਅਸੀਂ ਦੇਖੋ 2.5 ਸਾਲ ਇੱਕ ਵਾਰ ਸਰਵ ਕੀਤਾ ਇੱਕ ਸਾਲ ਫਿਰ ਪਲੇ ਚੱਲਿਆ ਜੀ ਤੇ ਲੇਕਿਨ ਅਗਰ ਅਸੀਂ ਕਿਸੇ ਮੇਜਰ ਰੋਲ ਚ ਨਹੀਂ ਕੋਈ ਵੀ ਆ ਸਕੇ ਉਹਦਾ ਦੁੱਖ ਨਹੀਂ ਹੈ ਲੇਕਿਨ ਬੱਚਿਆਂ ਦੀ ਪ੍ਰੋਡਕਟ ਹੋਣ ਦੇ ਨਾਤੇ ਨਾਲ ਤੁਸੀਂ ਹੁਣ ਮਾਸ਼ਾਅੱਲਾ ਵੱਡੇ ਹੋ ਗਏ ਉਦੋਂ ਤੁਸੀਂ ਪੰਜਵੀਂ ਚੌਥੀ ਚ ਪੜਦੇ ਹੋਵੋਗੇ ਪੱਕੀ ਗੱਲ ਹੈ ਤੇ ਉਹ ਸਾਡੀਆਂ ਫੇਸਬੁਕਾਂ 'ਪਰੀਆਂ ਨੇ ਸੋਸ਼ਲ ਮੀਡੀਆ 'ਪਰਿਆ ਹੈ ਕਿ ਖੁਦਾ ਦਾ ਨਾਮ ਹੈ ਤੁਸੀਂ ਆਓ ਬੱਚਿਆਂ ਦੇ ਲਈ ਆਓ ਅਸੀਂ ਤੁਹਾਨੂੰ ਦੇਖਣਾ ਚਾਹਨੇ ਅਗਰ ਅਸੀਂ ਇਹਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕਰੀਏ ਤੇ ਅੱਜ ਵੀ ਕਿਤੇ ਨਾ ਕਿਤੇ ਬੱਚੇ ਮਿਲਦੇ ਨੇ ਔਰ ਖੁਸ਼ ਹੁੰਦੇ ਹੋਣੇ ਨੇ ਤੁਹਾਨੂੰ ਵੇਖ ਕੇ ਔਰ ਮੇਰੀ ਉਮਰ ਦੇ ਲੋਕ ਵੀ ਹੁੰਦੇ ਹੋਣਗੇ ਔਰ ਤੁਹਾਡੇ ਕੇ ਫਰਮਾਇਸ਼ੇ ਜ਼ਰੂਰ ਰੱਖਦੇ ਹੋਣਗੇ ਕਿ ਬਈ ਸਾਨੂੰ ਕਿ ਡਾਇਲੌਗ ਸੁਣਾਇਆ ਜਾਏ ਜਾਂ ਚਾਰਲੀ ਮਾਮੂ ਬਣ ਕੇ ਵਿਖਾਇਆ ਜਾਏ ਔਰ ਤੁਸੀਂ ਉਹ ਕੋਸ਼ਿਸ਼ ਕਰਦੇ ਹੋਣਾ ਉਹ ਦੇਖੋ ਨਾ ਸਾਨੂੰ ਇਹ ਫਖਰ ਹੈ ਕਿ ਅਸੀਂ ਇੱਕ ਤਰ੍ਹਾਂ ਸਕਾਫਤ ਦਾ ਹਿੱਸਾ ਬਣ ਗਏ ਜੀ ਉਹੜੀ ਹਿਸਟੋਰੀਕਲ ਚੀਜ਼ਾਂ ਨੇ ਨਾ ਜੀ ਵਕਤ ਲੰਘਿਆ ਹੁਣ ਉਹਦੇ ਚ ਸਾਡੀ ਉਹ ਵੀਡੀਓਜ਼ ਤੇ ਉਹ ਕਲਿੱਪ ਲੱਗਣਾ ਸ਼ੁਰੂ ਹੋ ਗਏ ਨੇ ਹਾਂ ਹਾਂ ਥੈਟ ਮੀਨਸ ਕਿ ਅਸੀਂ ਪਾਸਟ ਵਿੱਚ ਵੀ ਉ ਆਪਣਾ ਜੋ ਕੀਤਾ ਉਹਨੂੰ ਮਾਸ਼ਾਅੱਲਾ ਪੋਜੀਟਿਵਲੀ ਲੋਕ ਅਜੇ ਤੱਕ ਵੀ ਪਸੰਦ ਕਰਦੇ ਨੇ ਹੂੰ ਹੂੰ ਤੇ ਇਹ ਤੇ ਕਿਧਰੇ ਮੇਰੀ ਤੇ ਫਿਰ ਇੱਕ ਮੁਚ ਮੇ ਉਤਾਰ ਦੇ ਮੇਰੀ شناخت ਖਤਮ ਹੋ ਜਾਂਦੀ ਹੂੰ ਹੂੰ ਔਰ ਮੈਨ ਦੱਸਣਾ ਹੀ ਪੈਂਦਾ ਔਰ ਜਿਹੜੇ ਲੋਕ ਬੱਚੇ ਤੁਹਾਡੀ ਏਜ ਦੇ ਵੱਡੇ ਹੋਏ ਨੇ ਉਹ ਮੋਸਟਲੀ ਪਛਾਣ ਨਹੀਂ ਲੈਂਦੇ ਨੇ ਔਰ ਕੋਈ ਗੱਲ ਕਰੋ ਕੋਈ ਕਿਸੇ ਨਾ ਕਿਸੇ ਐਂਗਲ ਤੋਂ ਦੇਖਦੇ ਰਹਿੰਦੇ ਨੇ ਕਿ ਯਾਰ ਕਿਧਰੇ ਵੇਖਿਆ ਹੈ ਬੰਦੇ ਨੂੰ ਹੂੰ ਹੂੰ ਇਹਨੂੰ ਉਦੋਂ ਇੱਕਦਮ ਪਤਾ ਚੱਲਦਾ ਹੈ ਕਿ ਉਹ ਜਦੋਂ ਜੰਮ ਮਾਰਦੇ ਨੇ ਕੋਈ ਚਾਰਲੀ ਮਾਮੂ ਸਾਡੇ ਸਾਹਮਣੇ ਬੈਠਾ ਹੂੰ ਹੂੰ ਤੇ ਉਹਨਾਂ ਦੀ ਖੁਸ਼ੀ ਦੀ ਇੰਤਿਹਾਈ ਨਹੀਂ ਹੁੰਦੀ ਜਿਹੜੇ ਹੁਣ ਬੱਚੇ ਵੇਖ ਰਹੇ ਨੇ ਉਹਨਾਂ ਵਾਸਤੇ ਕਿ ਅਗਰ ਕੋਈ ਦੋ ਤਿੰਨ ਡਾਇਲੌਗ ਅਸੀਂ ਦੇ ਸਕੀਏ ਤੇ ਉਹ ਵੀ ਸ਼ਾਇਦ ਖੁਸ਼ ਹੋ ਜਾਣਗੇ। ਇਫ ਹੁਣ ਦੇ ਬੱਚੇ ਦੇ ਸਾਨੂੰ ਮੇਰਾ ਖਿਆਲ ਹੈ ਨਹੀਂ ਪਛਾਣਦੇ ਹੀ ਨਹੀਂ ਵਿਚਾਰੇ। ਉਹ ਹੁਣ ਜਿਹੜਾ ਸ਼ੋਅ ਵੇਖਣਗੇ ਉਹ ਉਹਨਾਂ ਦੀ ਜਿਹੜਾ ਤੁਹਾਡੇ ਨਾਲ ਇਸ ਸ਼ੋਅ ਥਰੂ ਬਣ ਜਾਏਗੀ ਕਿ ਅੱਛਾ ਅਸੀਂ ਵੀ ਟੀਵੀ ਤੇ ਚਾਰਲੀ ਮਾਮੂ ਨੂੰ ਵੇਖਿਆ। ਮੈਂ ਤੇ ਉਹਨਾਂ ਨੂੰ ਵੀ ਕਹਾਂਗਾ ਕਿ ਹਮ ਚਾਹੇ ਮੇ ਖੇ ਲਾ ਡਬੋ ਡੋ ਵੋ ਕੇ ਖਾਏਗਾ। ਉਹ ਵੀ ਇਕੱਲਾ ਖਾਏਗਾ। ਇਹ ਡਾਇਲੌਗ ਬੱਚਿਆਂ ਲਈ ਸਟਾਰਟ ਕਰੋ। ਹਾਂ ਹਾਂ ਅਸੀਂ ਖੁਸ਼ ਹਾਂ ਸਰ। अच्छा बाकी ਜਿਹੜਾ ਕੰਟੈਂਟ ਤੁਸੀਂ ਟੈਲੀਵਿਜ਼ਨ ਤੇ ਵੇਖ ਰਹੇ ਹੋ ਡਰਾਮੇ ਦੇ ਇਤਬਾਰ ਦੇ ਨਾਲ ਜਿਹੜਾ ਪ੍ਰਾਈਵੇਟ ਸੈਕਟਰ ਤੇ ਵੀ ਬਣ ਰਿਹਾ ਹੈ ਪੀਪੀਵੀ ਵੀ ਚੀਜ਼ਾਂ ਪੇਸ਼ ਕਰ ਰਿਹਾ ਉਹਦੇ ਮਿਆਰ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬੀਇੰਗ ਐਨ ਐਕਟਰ ਜਿੱਥੋਂ ਮੈਨੂੰ ਅੱਜ ਇੰਨੀ ਖੁਸ਼ਬੂ ਆ ਰਹੀ ਹੈ ਮੇਰਾ ਕਰ ਹੈ ਇੱਕ ਤਰ੍ਹਾਂ ਦਾ ਔਰ ਇਹ ਮਹਿਫਿਲ ਸਜੇ ਤੇ ਮੇਰਾ ਖਿਆਲ ਹੈ ਸਾਡਾ ਇਸ ਘਰ ਦੀ ਵਜ੍ਹਾ ਤੋਂ ਪੀਟੀਵੀ ਦੀ ਵਜ੍ਹਾ ਤੋਂ ਸਾਡਿਆ ਨਾਮ ਪੂਰੀ ਦੁਨੀਆ 'ਚ ਮਚ ਗਿਆ ਹੈ ਸਾਡਾ ہمسਾਇਆ ਮਾਲਕ ਅਜੇ ਤੱਕ ਸਾਡੀਆਂ ਨਕਲਾਂ ਕਰਦਾ ਹੈ ਤੇ ਇਹਦੀ ਬਹਾਲੀ ਜਿਹੜੀ ਹੈ ਮੇਰੀ ਨਜ਼ਰ ਚ ਅਗਰ ਹੋ ਜਾਏ ਤੇ ਸਾਡਾ ਏਡਾਰਾ ਬਹੁਤ ਅੱਗੇ ਨਿਕਲ ਸਕਦਾ ਹੈ ਬਹੁਤ ਅੱਗੇ ਪੀਟੀਵੀ ਯਕੀਨੀ ਤੌਰ ਤੇ ਬੜੀ ਜਲਦੀ ਬਹੁਤ ਨਵੇਂ ਡਰਾਮੇ ਤੁਹਾਨੂੰ ਵੇਖਣ ਨੂੰ ਲੱਭਣਗੇ ਇਸ ਪਲੇਟਫਾਰਮ ਤੋਂ ਔਰ ਲੋਕਲ ਪ੍ਰੋਡਕਸ਼ਨ ਵੀ ਹੋਵੇਗੀ ਐਨਕ ਵਾਲੇ ਜਿੰਦਾ ਕਾਨਸੈਪਟ ਹੈ ਸੀ ਕਿ ਇੱਕ ਨਸਤੂਰ ਜੇ ਨਾਏਗਾ ਜਿਹੜਾ ਬਿਮਾਰੀਆਂ ਔਰ ਬੁਰਾਈਆਂ ਜਿਹੜੀਆਂ ਨੂੰ ਖਤਮ ਕਰ ਦੇਗਾ ਬਚਾ ਲੇਗਾ ਸਭ ਨੂੰ ਅੱਛਾ ਇਸ ਤੋਂ ਇਲਾਵਾ ਕੀ ਸਿਚੁਏਸ਼ਨ ਵੇਖਦੇ ਹੋ ਕਿ ਕੀ ਆਈਡੀਆਸ ਤੁਹਾਡੇ ਕੋਲ ਜ਼ਿੰਨ ਚ ਹੈ ਨੇ ਕਿ ਪੀਟੀਵੀ ਬੱਚਿਆਂ ਦਾ ਜਿਹੜਾ ਡਰਾਮਾ ਉਹ ਤੇ ਬਣਾ ਹੀ ਲੇਗਾ ਇਸ ਤੋਂ ਇਲਾਵਾ ਕੀ ਹੋ ਸਕਦਾ ਬੱਚਿਆਂ ਆਸਤੇ ਅਗਰ ਕੋਈ ਤਨਜ਼ੀਮ ਵੇਖ ਰਹੀ ਏ ਜਾਂ ਹਾਈ ਅਫੀਸ਼ੀਅਲਸ ਵੇਖ ਰਹੇ ਨੇ ਇਸ ਟਾਈਮ ਮਸਲਨ ਮੇਰੇ ਜ਼ਿੰਨ ਜਿੱਤੇ ਥੀਏਟਰ ਹੁੰਦਾ ਬੱਚਿਆਂ ਦਾ ਜਿਹੜਾ ਕਿ ਇੱਕ ਜ਼ਮਾਨੇ ਚ ਹਮਰਾ ਚ ਹੁੰਦਾ ਸੀ ਬੱਚੋਂ ਦਾ ਥੀਏਟਰ ਔਰ ਅਜੀਜ਼ ਅਸਰੀ ਸਾਹਿਬ ਕਰਦੇ ਸਨ ਪੈਰੈਂਟ ਕੂਪਰ ਉਹਨਾਂ ਦੇ ਨਾਲ ਹੁੰਦੀਆਂ ਸਨ ਹੋਰ ਇਸ ਤਰ੍ਹਾਂ ਦੇ ਵੱਡੇ ਨਾਂ ਔਰ ਉਹ ਜ਼ਿਆਦਾ ਸਿਕਨ ਚ ਕਰਨ ਦਾ ਮرحله ਸੀ ਅੱਜ ਵੀ ਥੋੜਾ ਬਹੁਤ ਅਲਹਮਰਾਜ ਹੋ ਰਿਹਾ ਜਿੰਨਰ ਜਾਦੂਗਰ ਦੇ ਨਾਂ ਤੋਂ ਜਾਂ ਲੇਕਿਨ ਉਹ ਇਕੱਲਾ ਹੀ ਹੁੰਦਾ ਲੇਕਿਨ ਬਹੁਤ ਜ਼ਿਆਦਾ ਨਹੀਂ ਇਸ ਤਰ੍ਹਾਂ ਦੇ ਹੋਰ ਕੀ ਆਈਡੀਆਜ਼ ਹੋ ਸਕਦੇ ਨੇ ਕਿ ਬੱਚੇ ਸਕਰੀਨ ਟਾਈਮ ਘੱਟ ਕਰ ਦੇਣ ਔਰ ਫਿਜ਼ੀਕਲੀ ਪ੍ਰੈਕਟੀਕਲੀ ਕੋਈ ਚੀਜ਼ਾਂ ਕਰਨ ਉੱਥੇ ਦੇਖੋ ਨਾ ਸਾਡੇ ਅਸੀਪ ਪਾਸ਼ਾ ਨੂੰ ਬੜਾ ਕ੍ਰੈਡਿਟ ਜਾਂਦਾ ਹੈ ਕਿ ਜਦੋਂ ਦਾ ਇਨਗ ਵਾਲਾ ਜਿੰਨ ਮੁਖਿਆ ਉਹਨੇ ਉਹ ਨਾਮ ਜਿਹੜਾ ਖਤਮ ਨਹੀਂ ਹੋਣ ਦਿੱਤਾ ਉਹ ਫ੍ਰੀ ਆਫ ਟਿਕਟ ਹੁੰਦਾ ਹੈ ਉਹ ਇੱਕ ਮੁਜਾਹਿਦਾਨਾ ਕੰਮ ਹੈ ਜੀ ਉਹਦੇ ਤੇ ਲੱਗਿਆ ਹੈ ਅੱਲਾ ਉਹਨੂੰ ਲੰਬੀ ਉਮਰ ਦੇਵੇ ਤੇ ਇਹ ਇਨਗਵਲਾ ਜਿੰਨ ਉੱਥੇ ਚੱਲਦਾ ਹੀ ਰਹਿਣਾ ਜਦੋਂ ਤੱਕ ਕੋਈ ਉਤੋਂ ਨਹੀਂ ਪੈਂਦਾ ਕਿ ਵੀ ਇਹਨੂੰ ਬੰਦ ਕਰੋ ਲੇਕਿਨ ਬੱਚਿਆਂ ਲਈ ਉਹ ਹੈ ਮੈਂ ਤੁਹਾਡੇ ਸਵਾਲ ਦਾ ਜਵਾਬ ਹੀ ਦਿਆਂਗਾ ਕਿ ਜੋ ਅੱਜਕਲ ਸੋਸ਼ਲ ਮੀਡੀਆ ਤੇ ਬੱਚਾ ਕਾਰਟੂਨਸ ਦੇਖਦਾ ਹੈ ਔਰ ਜਨਰਲੀ ਕੋਈ ਇੱਕਦ ਦਾ ਪਲੇ ਚੱਲਦਾ ਹੈ ਜੋ ਤੁਹਨ ਪਤਾ ਹੈ ਤਰੱਕੀ ਇਫੈਕਟਸ ਦੀ ਜਿਹੜੀ ਹੋ ਗਈ ਹੈ ਨਾ ਹੂੰ ਹੂੰ ਤੇ ਉਹ ਲੇਟੈਸਟ ਵਰਜਨ ਜਿਹੜਾ ਬਣੇ ਫਿਰ ਉਹ ਅਗਰ ਸਾਨੂੰ ਲੋਗਾਂ ਨੂੰ ਜਾਂ ਕੋਈ ਨਵੇਂ ਵੀ ਆਣ ਤੇ ਉਹ ਜਿਹੜੇ ਫਿਊਚਰਿਸਟਿਕ ਚੀਜ਼ਾਂ ਨੇ ਅਗਰ ਉਹਦੇ ਚ ਅਸੀਂ ਦਿਖਾਵਾਂਗੇ ਤੇ ਮੇਰਾ ਨਹੀਂ خیال ਬੱਚੇ ਉਹਨੂੰ ਨਾ ਛੱਡਣ ਹੂੰ ਹੂੰ ਉਹਨਾਂ ਨੂੰ ਵੱਡੀ ਸਕਰੀਨ ਵੀ ਮਿਲੇਗੀ ਔਰ ਉਹ ਲੈਪਟਾਪ ਔਰ ਫੋਨ ਚੋਂ ਫੌਰਨ ਟੀਵੀ ਤੇ ਤੇ ਕਮਸ ਕਮ ਆ ਜਾਣਗੇ ਨਾ ਯਾਨੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਜਦੀਦ ਟੈਕਨੋਲੋਜੀ ਆਈ ਜਦੀਦ ਟੈਕਨੋਲੋਜੀ ਇਸਤੇਮਾਲ ਹੋਏ ਸਾਡੇ ਕੈਮਰਾਜ਼ ਇਹ ਉਹ ਜੋ ਵੀ ਸਿਸਟਮ ਹੈ ਵੀ ਐਫ ਐਕਸ ਜਾਂ ਇਸਤੇਮਾਲ ਹੋਏ ਇਫੈਕਟ ਸਭ ਸਪੈਸ਼ਲ ਇਫੈਕਟ ਇਸਤੇਮਾਲ ਕਰੋ ਤੇ ਮੇਰਾ ਨਹੀਂ ਖਿਆਲ ਕਿ ਕੋਈ ਬੱਚਾ ਵੀ ਨਹੀਂ ਦੇਖੇ ਹਾਂ ਮਸਟਰ ਜੀ ਕੋਈ ਕਮੀ ਤੇ ਹੈ ਨਹੀਂ ਲੋਕਾਂ ਦੀ ਜੀ ਬੜੇ ਬੜੇ ਇੰਟੈਲੀਜੈਂਟ ਸਾਡੇ ਲੋਕ ਬੈਠੇ ਨੇ ਇਸ ਫੀਲਡ ਦੇ ਹਾਂ ਅਸਲ ਸਾਹਿਬ ਜਿਵੇਂ ਜੇਕੇ ਰੋਲਿੰਗ ਰਾਈਟਰ ਦਾ ਨਾਮ ਹੈ ਜਿਨੇ ਹੈਰੀ ਪੋਟਰ ਤੇ ਬੱਚਿਆਂ ਦਾ ਨਾਵਲ ਲਿਖਿਆ ਔਰ ਉਹ ਫਿਰ ਦੁਨੀਆ ਸਾਰੀ ਉਹਨੂੰ ਜਾਣਦੀ ਔਰ ਬੇਸਿਕਲੀ ਬੱਚਿਆਂ ਦੀ ਇੱਕ ਫਿਲਮ ਬਣੀ ਔਰ ਉਹਦੀ ਫਿਰ ਕਿੰਨੇ ਸੀਜ਼ਨ ਦੀ ਬਣ ਗਏ ਮੇਰੇ ਖਿਆਲੇ ਤੁਹਾਡਾ ਇਸ਼ਾਰਾ ਉਹਦੇ ਹੱਲ ਹੈ ਕਿ ਉਸ ਤਰ੍ਹਾਂ ਦੀ ਪ੍ਰੋਡਕਸ਼ਨ ਵੈਲਿਊ ਹੋਵੇ ਔਰ ਅਸੀਂ ਲੋਕਲੀ ਅਸੀਂ ਉਹਨੂੰ ਬਣਾਈਏ ਸਾਡੀ ਆਪਣੀ ਕਹਾਣੀ ਹੋਵੇ ਸਾਡੇ ਆਪਣੇ ਕੈਰੈਕਟਰਸ ਹੋਵੇ ਤੇ ਬੱਚੇ OTT ਪਲੇਟਫਾਰਮਸ ਛੱਡ ਕੇ ਜਾਂ ਹੋਰ ਦੁਨੀਆ ਦਾ ਨਵਾਬ ਦੇਖਣ ਦੀ ਬਜਾਏ ਆਪਣਾ ਵੇਖਣਗੇ ਔਰ ਜ਼ਿਆਦਾ ਜੁੜ ਸਕਣਗੇ ਬਿਲਕੁਲ ਆਪਣੀ 100% ਸੋਸਾਇਟੀ ਬਲਕਿ ਜਿਹੜੇ ਪੀਟੀਵੀ ਦੇ ਆਊਟ ਆਫ ਪਾਕਿਸਤਾਨ ਵੀ ਓਵਰ ਸੀਜ਼ ਮਾਸ਼ਾਅੱਲਾ ਚੈਨਲਸ ਚੱਲਦੇ ਨੇ ਉਹਦੇ ਤੇ ਵੀ ਜਾਣਾ ਚਾਹੀਦਾ। ਸਾਡੇ ਉੱਥੇ ਵੀ ਬਹੁਤ ਸਾਰੀ ਕਾਮ ਬੈਠੀ ਬਾਹਰ ਜਾ ਕੇ ਔਰ ਉਹ ਜਿਹੜੇ ਉੱਥੇ ਲੋਕ ਤੁਹਾਨੂੰ ਪਤਾ ਹੈ ਕਿ ਉਹ ਬਹਿ ਕੇ ਤਲਾਸ਼ ਕਰਦੇ ਨੇ ਯਾਰ ਪਾਕਿਸਤਾਨ ਦਾ ਕੋਈ ਚੈਨਲ ਹੋਵੇ। ਜਿਸ ਤਰ੍ਹਾਂ ਸਾਡਾ ਨੈਸ਼ਨਲ ਟੀਵੀ ਹੈ ਔਰ ਉਹ ਜਿਹੜੇ ਪੁਰਾਣੇ ਲੋਕ ਫਨਕਾਰ ਨੇ ਇਹ ਉਹ ਉਹ ਸਾਰਿਆਂ ਨੂੰ ਦੇਖਣਾ ਚਾਹੁੰਦੇ ਨੇ ਤੇ ਜਿਹੜਾ ਨਵਾਂ ਕੰਮ ਹੈ ਸਾਡਾ ਉਹ ਵੀ ਉਹਨਾਂ ਨਾਲ ਇੰਟਰੋਡਿਊਸ ਹੋਣਾ ਚਾਹੀਦਾ। ਵੈਲ ਕਿ ਤੁਹਾਡੀ ਗੱਲ ਤੋਂ ਮੇਰੇ ਜ਼ਿਹਨ 'ਚ ਆਉਂਦਾ ਹੈ ਕਿ ਇੱਕ ਪਲੇਟਫਾਰਮ ਬਣਾਇਆ ਹੈ ਪੀਟੀਵੀ ਨੇ ਆ ਓਟੀਟੀ ਪਲੇਟਫਾਰਮ ਜਿਹਨੂੰ ਪੀਟੀਵੀ ਫਲਿਕਸ ਦੇ ਨਾਂ ਤੋਂ ਅਸੀਂ ਜਾਣਦੇ ਹਾਂ ਉਹ ਅਗਰ ਤੁਸੀਂ ਸਬਸਕ੍ਰਿਪਸ਼ਨ ਲੈਂਦੇ ਹੋ ਡਾਊਨਲੋਡ ਕਰਦੇ ਹੋ ਤੇ ਪੀਟੀਵੀ ਦਾ ਸਾਰਾ ਪੁਰਾਣਾ ਕੰਮ ਜਿਹੜਾ ਅਣਕਾਲੇ ਜਨ ਤੋਂ ਲੈ ਕੇ ਔਰ ਸਾਰੇ ਕਲਾਸਿਕ ਡਰਾਮੇ ਤਨਹਾਈਆਂ ਹੋ ਜਾਏ ਜਾਂ ਧੂਪ ਕਿਨਾਰੇ ਹੋ ਜਾਏ ਜਾਂ ਸੋਨਾ ਚਾਂਦੀ ਹੋ ਜਾਏ ਜਾਂ बाकी जिन्ने ਵੀ ਅંધੇਰਾ ਚਾਲਾ ਇਹ ਕੋਲਾ ਜਿੰਨ ਹੋ ਜਾਈ ਇਹਨਾਂ ਕੋਲਾ ਜਿੰਨ ਦਾ ਜ਼ਿਕਰ ਕਰਦੇ ਤੇ ਇਹ ਸਾਰੇ ਡਰਾਮੇ ਅਗਰ ਤੁਸੀਂ ਦੁਬਾਰਾ ਵੇਖਣਾ ਚਾਹੁੰਦੇ ਹੋ ਤਾਂ ਪੀਟੀਵੀ ਫਲਿਕਸ ਜਿਹੜਾ ਹੈ ਉਹਦੀ ਸਬਸਕ੍ਰਿਪਸ਼ਨ ਲੈ ਸਕਦੇ ਹੋ ਉਹਨੂੰ ਡਾਊਨਲੋਡ ਕਰ ਸਕਦੇ ਹੋ ਦੁਨੀਆ ਦੇ ਕਿਸੇ ਵੀ ਨੁੱਕਰ 'ਚ ਬੈ ਕੇ ਆਪਣੇ ਬਚਪਨ ਨੂੰ ਵੀ ਯਾਦ ਕਰ ਸਕਦੇ ਹੋਰ ਆਪਣੇ ਬੱਚਿਆਂ ਨੂੰ ਕਲਾਸਿਕ ਡਰਾਮੇ ਜਿਹੜੇ ਨੇ ਉਹ ਜ਼ਰੂਰ ਵਖਾ ਸਕਦੇ ਹੋ ਅੱਛਾ ਇਸ ਡਰਾਮੇ ਦੇ ਨਾਲ ਤੁਹਾਡੀਆਂ ਯਾਦਾਂ ਤੇ ਖੈਰ ਜੁੜੀਆਂ ਹੀ ਨੇ ਲੇਕਿਨ ਕੈਮਰੇ ਦੇ ਫਰੰਟ 'ਚ ਅਸੀਂ ਵੇਖ ਲਿਆ ਬੈਕ ਤੇ ਉੱਤੇ ਕੀ ਹੁੰਦਾ ਸੀ ਕਿਹੜੇ ਬਲੂਪਰਜ਼ ਹੁੰਦੇ ਸਨ ਕੋਈ ਅਸਰਾਂ ਦੀ ਇੱਕ ਯਾਦ ਕਿ ਇਮਰਾਨ ਨੇ ਗਲਤ ਡਾਇਲੌਗ ਬੋਲਿਆ ਜਾਂ ਮੋਤਰ ਨੇ ਬੋਲਿਆ ਕਿਉਂਕਿ ਤੁਹਾਡੀ ਕੈਮਿਸਟਰੀ ਉਹਨਾਂ ਨਾਲ ਬਣਦੀ ਸੀ ਔਰ ਜ਼ਿਆਦਾ ਤੁਹਾਡੇ ਜਿਹੜੇ ਸੀਨਸ ਨੇ ਉਹਨਾਂ ਦੋ ਬੱਚਿਆਂ ਦੇ ਨਾਲ ਹੀ ਹੁੰਦੇ ਸਨ ਯਾਰ ਨਸਤੂਰ ਜਕੂਟੇ ਨਾਲ ਹੁੰਦੇ ਸਨ ਜਾਂ ਫਿਰ ਜਿਹੜੀ ਫੈਮਿਲੀ ਸੀ ਤੇ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਯਾਦਗਾਰ ਵਾਕਿਆ ਜਿਹੜਾ ਪਹਿਲੇ ਨਹੀਂ ਤੁਸੀਂ ਸੁਣਾਇਆ ਕਦੇ ਉੱਥੇ ਬੜੇ ਹੀ ਵਾਕਿਆਤ ਨੇ ਜੀ ਉੱਥੇ ਫਿਰ ਗਿਣਨਾ ਸ਼ੁਰੂ ਕਰਾਂਗੇ ਤੇ ਮੇਰਾ ਖਿਆਲ ਹੈ 250 ਐਪੀਸੋਡ ਹੈਗਾ ਹਰ ਐਪੀਸੋਡ ਤੇ ਕੋਈ ਨਾ ਕੋਈ ਕੰਮ ਹੁੰਦਾ ਸੀ ਕੋਈ ਇੱਕ ਅੱਧਾ ਔਰ ਸਾਡੀ ਮੋਸਟ ਟੈਲੈਂਟਡ ਜਿਹੜਾ ਬੱਚਾ ਸੀ ਉਹ ਮੋਤਰ ਸੀ ਜੀ ਅਜਲਾਲ ਦੀ ਛੋਟੀ ਸਿਸਟਰ ਬਿਲਕੁਲ ਤੇ ਮੋਤਰ ਚ ਹੀ ਟੈਲੈਂਟ ਹੈ ਸੀ ਕਿ ਮੈਂ ਆਂ ਸ਼ਹਿਜ਼ਾਦ ਕੈਸਰ ਹੈ ਉਹ ਬੱਚੀ ਨੇ ਸਾਰਾ ਉਹਦੇ ਪੇਰੈਂਟਸ ਉਹਨੂੰ ਸਕ੍ਰਿਪਟ ਇੱਕ ਦਵਾ ਸੁਣਾਉਂਦੇ ਸਨ ਬਸ ਉਹ ਪੜ ਨਹੀਂ ਸਕਦੀ ਸੀ ਉਰਦੂ ਯਾਦ ਨਹੀਂ ਕਰਦੀ ਸੀ ਉਨੇ ਸੁਣਨਾ ਹੁੰਦਾ ਸੀ ਤੇ ਅਗਰ ਮੇਰਾ ਡਾਇਲੋਗ ਗਲਤ ਹੋਏ ਤੇ ਉਥੇ ਹੀ ਮੋਤਰ ਨੇ ਬੋਲਣਾ ਨਹੀਂ मामੂ ਆਪਕੇ ਇਹ ਲਾਈਨ ਸੀ ਹਾਂ ਕੋਈ ਕੋਈ ਐਕਟਰ ਐਸਾ ਨਹੀਂ ਸੀ ਜਿਹਦਾ ਉਹਨੂੰ ਬੱਚੀ ਨੂੰ ਲਾਈਨ ਨਹੀਂ ਯਾਦ ਹੋਏਗੀ ਉਹ ਪੂਰਾ ਇੱਕ ਦਿਨ ਦਾ ਸਕ੍ਰਿਪਟ ਜਿਹੜਾ ਹੈ ਨਾ ਉਹਦੇ ਦਿਮਾਗ ਚ ਇੱਕ ਇੱਕ ਲਫ਼ਜ਼ ਹੁੰਦਾ ਹੈ ਬਿਲਕੁਲ ਤੇ ਉਹ ਸ਼ੀ ਵਾਸ ਵੈਰੀ ਜੀਨੀਅਸ ਸਭ ਤੋਂ ਫਨੀਐਸਟ ਸੀਨ ਹੈ ਹੋਇਆ ਸੀ ਕਿ ਰੇਮੂ ਬਾਬਾ ਸਾਡੇ ਮੁਲਾਜ਼ਮ ਸਨ ਜੀ ਜੀ ਤੇ ਜਿਸ ਤਰ੍ਹਾਂ ਰੈਸਲ ਉਹਦੋਂ ਡਰਾਈ ਰੈਸਲ ਹੁੰਦੀ ਸੀ ਉਦੇ ਬਾਅਦ ਦੂਸਰੀ ਰੈਸਲ ਫਿਰ ਅਸੀਂ ਉਹ ਟੁਰ ਫਿਰ ਕੇ ਪੂਰੀ ਆਪਣੀ ਕਰਨੀ ਤੇ ਡ్రਾਇ ਰੈਸਲ ਵਿੱਚ ਹੀ ਜਾਲੇ ਲੱਗੇ ਸਨ ਮਕੜੀ ਦੇ ਜਾਲੇ ਤੇ ਉਹ ਰੈਮੂ ਬਾਬਾ ਬੜਾ ਸਾਦਾ ਆਦਮੀ ਸੀ ਬਹੁਤ ਸਾਦਾ ਅੱਛਾ ਆਦਮੀ ਸੀ ਤੇ ਉਹਨਾਂ ਨੇ ਸਾਡੇ ਪ੍ਰੋਡਿਊਸਰ ਕਹਿੰਿਆ ਯਾਰ ਡ్రਾਇ ਰੈਸਲੇ ਕਰ ਲੈ ਤਾਂ ਉਹ ਰੈਮੂ ਨੇ ਸੀਨ ਦੇ ਵਿੱਚ ਉਹ ਜਾਲੇ ਲਾਣੇ ਸੰ ਕਪੜਾ ਫੜ ਕੇ ਉਹ ਰੈਮੂ ਬਾਬਾ ਨੇ ਡਰਾਈ ਰਿਸਲ ਚ ਪੂਰੀ ਰਾਤ ਦੀ ਮਿਹਨਤ ਜਿਹੜੀ ਸੈਟ ਲਾਉਣ ਵਾਲੀ ਸੀ ਉਹਨੇ ਜਾ ਕੇ ਤੇ ਜੋ ਸ਼ੁਰੂ ਹੋਇਆ ਉਹ ਸਾਰੇ ਜਾਲੇ ਜੂਲੇ ਲਾ ਕੇ ਤੇ ਉਹ ਧਰ ਦਿੱਤੇ ਨੇ ਉਹਦੇ ਪਾਸੇ ਕਾਸਾ ਕੁ ਕੰਟਾਦੋ ਟਾਈਮ ਲੱਗਿਆ ਉਹਨਾਂ ਨੂੰ ਦੁਬਾਰਾ ਉਹਨੇ ਕੇ ਜਾਲੇ ਲਾਉਣੇ ਚ ਹਾਂ ਬਿਲਕੁਲ ਇਸ ਤਰ੍ਹਾਂ ਮੀਡੀਆ ਦੇ ਵਿੱਚ ਹੋ ਰਿਹਾ ਐਕਟਿੰਗ ਦੇ ਮਾਮਲੇ ਚ ਇਹ ਵਾਲੇ ਬਲੂਪਰਸ ਹੁੰਦੇ ਨੇ ਜਿਹੜੇ ਬਾਅਦ ਚ ਯਾਦਾਂ ਬਣ ਜਾਂਦੇ ਨੇ ਅੱਛਾ ਮਾਂ ਬੋਲੀ ਵਾਸਤੇ ਵੀ ਪੀਟੀਵੀ ਬੜਾ ਕੰਮ ਕਰ ਰਿਹਾ ਜਿਹਦਾ ਇੱਕ ਪ੍ਰੋਗਰਾਮ ਜਿਹੜਾ ਅਸੀਂ ਕਰ ਹੀ ਰਹੇ ਹਾਂ ਔਰ ਮਾਂ ਬੋਲੀ ਲਈ ਵੈਸੇ ਵੀ ਮੇਰੇ ਖਿਆਲ ਹੈ ਕਿ ਸਾਨੂੰ ਕੰਮ ਕਰਨਾ ਚਾਹੀਦਾ ਹੈ ਉਹ ਨਹੀਂ ਭੁੱਲਣਾ ਚਾਹੀਦਾ ਸਾਡਾ ਜੀ ਮੈਂ ਇਹ ਚਾਹ ਰਿਹਾ ਕਿ ਤੁਸੀਂ ਇੱਕ ਤਰੀਕਾ ਅਗਰ ਅਸੀਂ ਕਰੀਏ ਕਿ ਤੁਸੀਂ ਆਪਣੇ ਸਪੈਸ਼ਲ ਐਕਸੈਂਟ ਦੇ ਨਾਲ ਕਰੈਕਟਰ ਦੇ ਕੋਈ ਮਾਂ ਬੋਲੀ ਦੇ ਹਵਾਲੇ ਨਾਲ ਕੋਈ ਪੈਗਾਮ ਸਾਡੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੋ ਦੇਣਾ ਚਾਹੋ ਤਾਂ ਜ਼ਰੂਰ ਇਹ ਮੇਰੇ ਲਈ ਬੜੀ ਮੁਕੱਦਸ ਗੱਲ ਹੈ ਕਿ ਮੈਨੂੰ ਪੂਰੀ ਦੁਨੀਆ ਤੇ ਜਿਹੜੇ ਸਾਡੇ ਪੰਜਾਬ ਦੇ ਭਰਾ ਬੈਠੇ ਨੇ ਉਹਨਾਂ ਨੂੰ ਇਹ ਪੈਗਾਮ ਦੇਣ ਲਈ ਕਿਹਾ ਗਿਆ ਹੈ ਤੇ ਮੈਂ ਸਮਝਦਾ ਜਿਹੜੀਆਂ ਕੌਮਾਂ ਆਪਣੀ ਅਸਲੀਅਤ ਛੱਡ ਜਾਂਦੀਆਂ ਨੇ ਭੁੱਲ ਜਾਂਦੀਆਂ ਨੇ ਸਾਨੂੰ ਉਹ ਕਾਇਮ-ਦਾਇਮ ਰੱਖਣ ਲਈ ਸਾਡੇ ਵੱਡਿਆਂ ਦੀਆਂ ਜਿਹੜੀਆਂ ਯਾਦਾਂ ਨੇ ਔਰ ਉਹਨਾਂ ਦੇ ਜਿਹੜੇ ਸਾਨੂੰ ਸਿਖਾਏ ਸਾਰਾ ਅਦਬ ਹੈਗਾ ਉਹ ਅਸੀਂ ਅਗਰ ਇਹਨੂੰ ਆਪਣੇ ਜੰਮਦਿਆਂ ਬੱਚਿਆਂ ਨੂੰ ਵੀ ਪੰਜਾਬੀ 'ਚ ਹੀ ਅਗਰ ਅਸੀਂ ਸਿਖਾਈਏ ਤੇ ਮੇਰਾ ਖਿਆਲ ਹੈ ਇਹ ਪੰਜਾਬੀ ਮੁੱਕਣ ਨਹੀਂ ਲੱਗੀ ਔਰ ਇਹਦੇ ਵਧਨ ਨਾਲ ਸਾਡੀ ਕੌਮ ਦਾ ਨਾਮ ਉੱਚਾ ਹੁੰਦਾ ਹੈ ਤੇ ਬਾਕੀ ਅਸੀਂ ਅੰਗਰੇਜ਼ੀਆ ਤੇ ਉਰਦੂ ਦੇ ਅਸੀਂ ਬੋਲ ਹੀ ਲੈਣੀ ਹੁੰਦੀ ਉਹ ਤੇ ਅਸੀਂ ਸਿੱਖਣਾ ਹੈ ਨਾ ਅਸੀਂ ਤੇ ਇਹ ਜਿਹੜੇ ਸਾਡੇ ਅੰਦਰੋਂ ਨਿਕਲਦੀ ਏ ਇਹਨੂੰ ਕਾਇਮ ਰੱਖਣ ਲਈ ਮੈਂ ਸਮਝਦਾ ਸਾਨੂੰ ਕਦੀ ਵੀ ਪਿੱਛੇ ਨਹੀਂ ਹੋਣਾ ਚਾਹੀਦਾ ਔਰ ਹਰ ਵਕਤ ਆਪਣੇ ਬੱਚਿਆਂ ਨੂੰ ਇਹ ਸਿਖਾਣੀ ਚਾਹੀਦੀ ਏ ਜਿਹੜੇ ਬਾਹਰ ਜਾ ਕੇ ਉਹ ਚਿੱਟੇ ਕਾਮ ਬਣ ਜਾਂਦੇ ਨੇ ਉਹਨਾਂ ਨੂੰ ਵੈਲਿਊ ਦਾ ਨਹੀਂ ਪਤਾ ਹੁੰਦਾ ਕਿ ਮੇਰਾ ਮਾਂ ਪਿਓ ਕੀ ਏ ਤੇ ਮੇਰੇ ਇਹੋ ਹੀ ਸੁਨੇਹੇ ਹੈ ਕਿ ਨੂੰ ਸਦਾ ਕਾਇਮ ਰਹਿਣਾ ਚਾਹੀਦਾ ਬਹੁਤ ਵਧੀਆ ਬਹੁਤ ਖੂਬਸੂਰਤ ਪੈਗਾਮ ਹੈ ਰਕੀਨੀ ਤੌਰ ਤੇ ਲੋਕਾਂ ਦੇ ਦਿਲਾਂ ਤੇ ਘਰ ਕਰੇਗਾ ਔਰ ਉਹ ਜਿਹੜਾ ਤੁਸੀਂ ਜ਼ਿਕਰ ਪੰਡਾਰੇ ਦਾ ਕੀਤਾ ਸੀ ਪੰਡਾਰਾ ਜੁੜਿਆ ਹੁੰਦਾ ਦਰਬਾਰ ਨਾਲ ਕਿਸੇ ਐਸੇ ਥਾਂ ਨਾਲ ਜਿੱਥੇ ਲਕਾਈ ਦੀ ਖਿਦਮਤ ਹੁੰਦੀ ਹੈ ਔਰ ਲਕਾਈ ਦੀ ਖਿਦਮਤ ਲਕਾਈ ਦੀ ਬੋਲੀ ਚ ਹੁੰਦੀ ਸਾਰੇ ਸੂਫੀ ਬਾਬੇ ਨੇ ਪੰਜਾਬੀ ਵਰਤੀ ਹੈ ਔਰ ਜਿਹੜਾ ਤੁਸੀਂ ਦੱਸ ਰਹੇ ਹੋ ਸਾਰਾ ਸਿਲਸਿਲਾ ਉਹਦੇ ਚ ਵੀ ਕਿਨੀ ਤਰ੍ਹਾਂ ਤੇ ਪੰਜਾਬੀ ਹੀ ਵੱਟ ਕੇ ਇਸਤੇਮਾਲ ਕਰਦੇ ਰਹੇ ਨੇ ਉਹਨੂੰ ਭੁੱਲ ਜਾਣਾ ਆਪਣੇ ਵਿਰਸੇ ਨੂੰ ਛੱਡ ਦੇਣਾ ਹੈ ਪਰ ਉਹਨੂੰ ਭੁੱਲ ਜਾਣਾ ਜਿਹੜਾ ਹੈ ਉਹ ਨੁਕਸਾਨ ਦੇ ਇਸ ਕਰਕੇ ਵੀ ਹੁੰਦਾ ਹੈ ਕਿ ਜਿਹੜੇ ਕਿਹਾ ਜਾਂਦਾ ਕਿ ਸੂਫੀ ਬਾਬੇ ਪੰਜਾਬ ਚ ਆ ਕੇ ਉਹਨਾਂ ਨੇ ਇਸਲਾਮ ਦੀ ਸ਼ਮਾ ਰੋਸ਼ਨ ਕੀਤੀ ਲੋਕਾਂ ਨੂੰ ਇਸਲਾਮ ਬਾਰੇ ਦੱਸਿਆ ਉਹ ਜਿਹੜੀ ਬੋਲੀ ਬੋਲ ਗਏ ਨੇ ਉਹਨੂੰ ਛੱਡ ਦੇਣਾ ਔਰ ਉਹਨੂੰ ਮਤਲਬ ਮਾੜਾ ਕਹਿਣਾ ਕਿਉਂਕਿ ਰੱਬ ਨੇ ਬਣਾਈਆਂ ਨੇ ਬੋਲੀਆਂ ਸਾਰੀਆਂ ਇਨਸਾਨ ਨੇ ਤੇ ਨਹੀਂ ਬਣਾਈਆਂ ਉਹਦੇ ਨਾਲ ਤੱਕਾ ਕਰਨਾ ਜਿ ਕਿੰਨੀ ਤੌਰ ਤੇ ਥੋੜਾ ਜਿਹਾ ਬੁਰੀ ਚੀਜ਼ ਮੰਨੀ ਜਾ ਸਕਦੀ ਥੈਂਕ ਯੂ ਸੋ ਮੱਚ ਚਾਰਲੀ मामੂ ਤੁਸੀਂ ਆਏ ਬਹੁਤ ਸ਼ੁਕਰੀਆ ਜੀ ਮੈਨੂੰ ਇੱਥੇ ਬੁਲਾਣ ਦਾ ਔਰ ਰੀਕ੍ਰੀਏਟ ਕੀਤੇ ਤੁਸੀਂ ਉਹ ਸਾਰੀਆਂ ਮੈਮਰੀਜ਼ ਘਟੋਕਟ ਮੇਰੀਆਂ ਔਰ ਮੇਰੀ ਉਮਰ ਦੇ ਬਾਕੀ ਜਿਹੜੇ ਨੌਜਵਾਨ ਹੋਣ ਹੋ ਗਏ ਨੇ ਪਹਿਲੇ ਬੱਚੇ ਸਨ ਜਿਹੜੇ ਵੇਖਦੇ ਰੋਜ਼ ਆਣਾ ਚਾਹੀਦਾ ਮੈਨੂੰ ਲੱਗਦਾ ਹੈ ਮੈਂ ਆਪਣੇ ਘਰ ਬੜੇ ਅਦੀਰਵਾਦਾਂ ਤੁਸੀਂ ਯਕੀਨੀ ਤੌਰ ਤੇ ਆਪਣੇ ਘਰ ਰੋਜ਼ ਆਇਆ ਕਰੋ ਔਰ ਇੱਥੇ ਰੌਣਕ ਲੱਗੀ ਰਵੇ ਕਰੇ ਔਰ ਇਸੇ ਤਰ੍ਹਾਂ ਸੀ ਤੁਹਾਨੂੰ ਮੁਸਕਰਾਣ ਦੇ ਉਦੋਂ ਵੀ ਤੁਸੀਂ ਇੰਨੇ ਹੀ ਲਿਸ਼ਕਦੇ ਹੋ ਔਰ ਹੋਣ ਵੀ ਤੁਸੀਂ ਵਰਨਾ ਇੰਗਲਿਸ਼ ਕਿਤੇ ਹੋ ਇੱਕ ਤੇ ਇਸ ਜਵਾਨੀ ਦਾ ਰਾਸ ਜਿਹੜਾ ਅਗਲੇ ਪ੍ਰੋਗਰਾਮ ਵਿੱਚ ਤੁਹਾਨੂੰ ਪੁੱਛਾਂਗੇ ਜਦੋਂ ਤੁਸੀਂ ਆਵੋਗੇ ਔਰ ਜਿਹੜੀਆਂ ਰਹਿ ਗਈਆਂ ਨੇ ਗੱਲਾਂ ਉਹ ਫਿਰ ਤੁਹਾਡੇ ਨਾਲ ਕਰਾਂਗੇ ਜੀ ਨਾਜ਼ਰੀਨ ਅਸਦ ਭੰਡਾਰਾ ਸਾਹਿਬ ਨਾਲ ਗੱਲਬਾਤ ਹੋਈ ਉਹਨਾਂ ਨੂੰ ਭੰਡਾਰਾ ਕਿਉਂ ਕਿਹਾ ਜਾਂਦਾ ਹੈ ਇਹ ਵੀ ਅਸੀਂ ਜਾਣਿਆ ਮਾਂ ਬੋਲੀ ਦੀ ਅਹਿਮੀਅਤ ਬਾਰੇ ਵੀ ਗੱਲ ਹੋਈ ਔਰ ਬੱਚਿਆਂ ਦੇ ਹਵਾਲੇ ਨਾਲ ਡਰਾਮਾਸ ਔਰ ਕੰਟੈਂਟ ਕਿਉਂ ਚਾਹੀਦਾ ਬਹੁਤ ਜ਼ਿਆਦਾ ਜ਼ਰੂਰੀ ਇਹ ਸਾਰੀਆਂ ਗੱਲਾਂ ਤੁਸੀਂ ਅ ਅਸਦ ਸਾਹਿਬ ਕੋਲੋਂ ਸੁਣੀਆਂ ਔਰ ਇੱਕ ਨੀ ਤੌਰ ਤੇ ਇੰਜੋਏ ਕੀਤੀਆਂ ਵਣ ਗਏ ਔਰ ਜਿਹੜੀ ਸ਼ੁਰੂਤ ਗੱਲ ਹੋਈ ਸੀ ਆ ਪ੍ਰੋਗਰਾਮ ਦੇ ਕਿ ਅਸੀਂ ਜੀਣਾ ਛੱਡ ਜਾਂਦੇ ਆ ਸਾਨੂੰ ਲੱਗਦਾ ਜ਼ਿੰਦਗੀ ਬਹੁਤ ਮੁਸ਼ਕਿਲ ਹੈ ਲੇਕਿਨ ਇੱਡੀ ਵੀ ਮੁਸ਼ਕਿਲ ਨਹੀਂ ਉਹਦੇ ਵਿੱਚੋਂ ਰਾਹ ਤੇ ਜ਼ਰੂਰ ਲੱਭੋ ਛੋਟੀ ਛੋਟੀ ਖੁਸ਼ੀ ਜਿਵੇਂ ਮੈਂ ਜ਼ਿਕਰ ਕੀਤਾ ਕਿ ਮੌਸਮੀ ਫਲ ਖਾਣਾ ਸੇਤਲੇ ਵੀ ਚੰਗਾ ਖੁਸ਼ਲੇ ਵੀ ਚੰਗਾ ਮੁਸਕਰਾਣਦੇ ਬੱਚੇ ਨੂੰ ਥੋੜੀ ਦੇਰ ਵੇਖੋਗੇ ਤੇ ਤੁਹਾਡਾ ਹਾਸਾ ਨਿਕਲ ਜਾਏਗਾ ਕਦੇ ਨਾ ਕਦੇ ਆਪਣੇ ਅੰਦਰ ਦਾ ਬੱਚਾ ਜਗਾ ਕੇ ਵੇਖੋ ਉਹ ਬੱਚਾ ਜਿਹੜਾ ਅਨਕਵਾਲਾ ਜਿੰਨ ਵੇਖਦਾ ਸੀ ਤੇ ਜਿੰਨਾ ਪੂਤਾਂ ਤੋਂ ਡਰਦਾ ਸੀ ਔਰ ਨਸਤੂਰ ਜਿੱਤਦਾ ਸੀ ਤੇ ਖੁਸ਼ੀ ਨਾਲ ਨਾਰੇ ਮਾਰਦਾ ਸੀ ਔਰ ਕੋਈ ਬਲਾ ਆ ਜਾਏ ਤੇ ਕਰਨਾਨੀ ਚੁੜੇਲ ਆ ਜਾਏ ਤੇ ਡਰ ਜਾਂਦਾ ਸੀ ਉਹ ਦਿਨ ਵੀ ਕਦੇ ਨਾ ਕਦੇ ਯਾਦ ਕੀਤਾ ਕਰੋ ਚਿਹਰੇ ਤੇ ਖੁਸ਼ੀ ਰਹਿੰਦੀ ਇਸੇ ਗੱਲ ਦੇ ਨਾਲ ਪ੍ਰੋਗਰਾਮ ਦਾ اختتام ਕਰਨੇ ਆ ਥੱਲੇ ਐਡਰੈਸ ਚੱਲਦਾ ਪਿਆ ਤੁਸੀਂ ਖਤ ਪੱਤਰ ਚਿੱਠੀ ਜ਼ਰੂਰ ਪਾ ਸਕਦੇ ਹੋ ਈਮੇਲ ਪਾ ਸਕਦੇ ਹੋ ਦੱਸ ਸਕਦੇ ਹੋ ਪ੍ਰੋਗਰਾਮ ਕਿਹੋ ਜਿਹਾ ਲੱਗਾ مزید ਦੇ ਵਿੱਚ ਕੀ ਦੇਖਣਾ ਚਾਹੁੰਦੇ ਹੋ ਮੈਨੂੰ ਅਲੀ ਉਸਮਾਨ ਬਾਜਵਾ ਨੂੰ ਇਜਾਜ਼ਤ ਦਿਓ ਵਰ ਜਾਂਦੀ ਏਰੀ ਕਵਾਂਗੇ ਕਿ ਲਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰੱਖੇ